ਆਪਣੇ ਲੋਕ ਪਾ ਰਹੇ ਨੇ ਜਾਂ ਇਹਨਾਂ ਦੇ ਪੈਰੀਆਂ ਨੇ? ਫਿਲਹਾਲ ਤੇ ਇਹਨਾਂ ਨੂੰ ਪੈਰੀਆਂ ਜੀ। ਕੀ ਜ਼ਮਾਨਾ ਆ ਗਿਆ, ਕਦੇ ਖੁਦ ਲੜਾਈਆਂ ਲੜਦੇ ਹੁੰਦੇ ਸੀ, ਹੁਣ ਲੜਾਈ ਦੇਖਣ ਤੋਂ ਵੀ ਗਏ। ਘਬਰਾਓ ਨਾ ਪਾਪਾ, ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਮੈਂ ਤਾਂ ਕਹਿੰਦਾ ਡੈਡ ਜੀ ਹੁਣੀ ਨਿਕਲ ਲਈਏ, ਇੱਕਦਮ ਤੋਂ ਅੜਦੋਂ ਭੱਜਿਆ ਵੀ ਨਹੀਂ ਜਾਣਾ। ਸਾਰੇ ਪੈਰੀ ਔਲਾਦ ਜਦੋਂ ਦੀ ਜੰਮੀ ਹੈ ਬਾਪ ਨੂੰ ਡਰਾਬੇ ਦਿੰਦੀ ਆਈ ਹੈ, ਮੈਂ ਦੇਖ ਲੂੰਗਾ ਕੱਲੇ ਕੱਲੇ ਨੂੰ। ਕਹੋ ਸੁਣ ਲੂੰਗਾ ਕੱਲੇ ਕੱਲੇ ਨੂੰ। ਥੱਪੜ ਮਾਰੂੰਗਾ ਲਾਏ ਦੇ, ਘੰਟੇ ਦਾ ਬੋਲੀ ਜਾਂਦਾ, ਚੁੱਪ ਕਰ। ਅੱਜ ਨਹੀਂ ਬਚਦਾ ਤੂੰ। ਇਹ ਤਾਂ ਜਗਤਾਰ ਸਿੰਘ ਦੀ ਆਵਾਜ਼ ਆਈ ਹੈ। ਸਿਰਫ ਆਵਾਜ਼ ਹੀ ਨਹੀਂ ਆਈ, ਜਗਤਾਰ ਸਿੰਘ ਆਪ ਵੀ ਆਇਆ। ਚੰਗਾ ਹੋਇਆ ਜਗਤਾਰ ਸਿੰਘ ਤੂੰ ਖੁਦ ਆ ਗਿਆ। ਅੱਜ ਸਾਰੀ ਦੁਸ਼ਮਣੀ ਦੀ ਜੜ ਵੀ ਮਕਾ ਦੇਣਾ ਮੈਂ। ਮੇਰੀ ਲੱਤ। ਓਏ ਇਹ ਟਾਇਰ ਨੇ ਵੀ ਹੁਣੇ ਫਟਣਾ ਸੀ। ਗੋਲੀ ਫੁੱਟੀ ਹੈ। ਹੈਂ ਜਗਤਾਰ ਸਿੰਘ, ਚਰਨ ਸਿੰਘ, ਤੁਹਾਡੇ ਦੋਹਾਂ ਦੀ ਦੁਸ਼ਮਣੀ ਕਰਕੇ ਪਿੰਡ ਦੇ ਵਿੱਚ ਪੁਲਿਸ ਦੀ ਇੱਕ ਪੱਕੀ ਚੌਂਕੀ ਬਣਾਉਣੀ ਪੈ ਗਈ। ਥਾਣੇਦਾਰਾ, ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਕਿਉਂ ਨਹੀਂ ਰਹਿ ਸਕਦੀਆਂ, ਜੇ ਮਿਆਨ ਹੀ ਥੋੜੀ ਵੱਡੀ ਹੋ ਜਾਏ? ਕੀ ਮਤਲਬ ਹੈ ਥਾਣੇਦਾਰਾ? ਓਏ ਦਿਲ ਵੱਡੇ ਕਰੋ, ਰੋਜ਼ ਰੋਜ਼ ਇਹ ਬੰਦੂਕਾਂ ਚੋਂ ਧੂਏ ਕੱਢਣ ਨਾਲੋਂ ਚੰਗਾ ਇੱਕ ਵਾਰੀ ਬੈਠ ਕੇ ਦਿਲਾਂ ਦੇ ਗੁਬਾਰ ਕੱਢ ਹੀ ਲਓ। ਥਾਣੇਦਾਰ ਸਾਹਿਬ, ਇਹ ਗੱਲ ਤੁਸੀਂ ਸਿਆਣੇ ਤੇ ਪੜ੍ਹੇ ਲਿਖੇ ਅਫਸਰਾਂ ਵਾਲੀ ਕੀਤੀ ਹੈ। ਇਸ ਰਾਹ ਤੇ ਮੈਨੂੰ ਵੀ ਅੱਗੇ ਹਨੇਰਾ ਹੀ ਦਿਸਦਾ, ਅੱਗੇ ਜਿਵੇਂ ਜਗਤਾਰ ਸਿੰਘ ਦੀ ਮਰਜ਼ੀ। ਓਏ ਖਸਮਾ, ਨਾਲੇ ਪਿਆਰ ਪਾਉਣ ਦੀ ਗੱਲ ਕਰਦਾ, ਨਾਲੇ ਮੂੰਹ ਫੇਰੀ ਖੜਾ। ਓਏ ਮੇਰੇ ਵੱਲ ਦੇਖ ਕੇ ਤਾਂ ਗੱਲ ਕਰ। ਆਪਣੇ ਵੱਲੋਂ ਤਾਂ ਮੈਂ ਤੇਰੇ ਵੱਲ ਹੀ ਦੇਖ ਕੇ ਗੱਲ ਕਰ ਰਿਹਾ। ਰੱਸੀ ਜਲ ਗਈ ਪਰ ਬਲ ਨਹੀਂ ਗਿਆ। ਬਈ ਆਪਸ ਚ ਬਹਿ ਕੇ ਵਿਚਾਰ ਕਰ ਲੋ, ਨਹੀਂ ਤਾਂ ਐਸੀ ਧਾਰਾ ਲਗਾ ਕੇ ਅੰਦਰ ਤੁੰਨਾਗਾ ਨਾ ਕਿ ਤੁਹਾਡੇ ਨਿਆਣਿਆਂ ਦੇ ਵਿਆਹ ਵੀ ਤਿਹਾੜ ਜੇਲ੍ਹ ਚ ਹੀ ਹੋਣਗੇ। ਚਰਨ ਸਿੰਘ ਦੀ ਧੀ ਰੂਪ ਦਾ ਵਿਆਹ ਮੇਰੇ ਪੁੱਤ ਜੀਤੇ ਨਾਲ ਹੋਏਗਾ। ਕੀ? ਤੇ ਜਿਸ ਦਿਨ ਮੈਂ ਦਾਦਾ ਬਣੂਗਾ ਉਸੇ ਦਿਨ ਮੈਂ ਨਾਨਾ ਬਣੂਗਾ। ਨਹੀਂ, ਇਹ ਨਹੀਂ ਹੋ ਸਕਦਾ। ਮੈਂ ਤਾਂ ਤੁਹਾਨੂੰ ਸਮਝੌਤਾ ਕਰਨ ਨੂੰ ਕਿਹਾ ਸੀ, ਰਿਸ਼ਤਾ ਕਰਨ ਨੂੰ ਨਹੀਂ। ਪਰ ਰਿਸ਼ਤਾ ਤਾਂ ਹੁਣ ਹੋ ਗਿਆ ਥਾਣੇਦਾਰ ਸਾਹਿਬ। ਹਾਂ, ਰਿਸ਼ਤਾ ਤਾਂ ਹੁਣ ਹੋ ਹੀ ਗਿਆ, ਕਿੰਨੀ ਵਧੀਆ ਗੱਲ ਹੈ। ਇਸੇ ਬਹਾਨੇ ਪਿੰਡ ਚੋਂ ਤੁਹਾਡੀ ਚੌਕੀ ਚੱਕੀ ਜਾਊਗੀ। ਪਰ ਇਹ ਗੱਲ ਤੂੰ ਥਾਣੇਦਾਰ ਸਾਹਿਬ ਕੋਲੋਂ ਨਜ਼ਰਾਂ ਚੁਰਾ ਕੇ ਕਿਉਂ ਕਰ ਰਹੇ? ਆਪਾਂ ਕੋਈ ਚੋਰੀ ਥੋੜੀ ਕੀਤੀ ਹੈ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ। ਹਾਂ ਠੀਕ ਹੈ ਨਾ ਤੂੰ, ਪਰ ਤੂੰ ਵੀ ਇੱਕ ਗੱਲ ਯਾਦ ਰੱਖੀ, ਜੇ ਤੂੰ ਇਸ ਰਿਸ਼ਤੇ ਤੋਂ ਮੁੱਕ ਰਿਹਾ, ਮੇਰੇ ਇੱਜ਼ਤ ਦਾ ਮਜ਼ਾਕ ਉਡਾਇਆ, ਤਾਂ ਇਸ ਪਿੰਡ ਦੀ ਧਰਤੀ ਪੁੱਟਿਆ ਪਾਣੀ ਨਹੀਂ ਖੂਨ ਨਿਕਲੇਗਾ ਓਏ। ਪਰ ਇਹ ਗੱਲ ਤੂੰ ਮੇਰੇ ਨਾਲ ਕਰ ਚਰਨ ਸਿਆ, ਇਸ ਗੱਲ ਦਾ ਥਾਣੇਦਾਰ ਸਾਹਿਬ ਨਾਲ ਕੀ ਲੈਣਾ ਦੇਣਾ? ਨਹੀਂ ਜੀ, ਉਹ ਕਹਿੰਦੇ ਆ ਨਾ, ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ। ਪਰ ਸਾਡੀ ਤਾਂ ਹੁਣ ਧੀ ਵੀ ਰੂਪ ਹੈ ਤੇ ਨੂੰਹ ਵੀ ਰੂਪ ਹੀ ਹੈ। ਸਮਝੌਤਾ ਚੰਗਾ ਕਰਵਾਤਾ। ਲੈ ਰੂਪ, ਮੈਂ ਤਾਂ ਡਰ ਹੀ ਗਿਆ ਸੀਗਾ ਕਿ ਤੈਨੂੰ ਬੁਰਾ ਲੱਗਿਆ ਹੋਣਾ। ਕੀ ਲੋੜ ਸੀ ਉਹਨੇ ਦੀਆਂ ਜੱਫੀਆਂ ਪਵਾਉਣ ਦੀ? ਤੇ ਹੋਰ ਆਪਣੇ ਸਹੁਰੇ ਦੇ ਮੈਂ ਕੇਸ ਪਵਾ ਦਿੰਦਾ? ਮੈਂ ਤੇ ਉਹਨਾਂ ਨੂੰ ਦੁਸ਼ਮਣੀ ਖਤਮ ਕਰਨ ਨੂੰ ਕਿਹਾ ਸੀ, ਨਾ ਕਿ ਕੁੜਮਾਚਾਰੀ ਸ਼ੁਰੂ ਕਰਨ ਨੂੰ। ਪੇਪਰ ਤੋਂ ਥਾਣੇਦਾਰ ਦੇ ਦਿੱਤੇ ਤੇ ਬੜੇ ਜੱਜ ਫਿਰਦਾ। 57 ਚ ਦੋਨੇ ਧਿਰਾਂ ਅੰਦਰ ਹੋਣੀਆਂ ਸੀ, ਜਗਤਾਰ ਸਿੰਘ ਦੇ ਤਲਿੱਤਰ ਫੇਰ ਵੀ ਦਿੰਦਾ, ਆਪਣੇ ਸਹੁਰੇ ਨੂੰ ਫੈਂਟਦਾ ਚੰਗਾ ਲੱਗਣਾ ਸੀ, ਕੱਲ ਨੂੰ ਤੇਰੇ ਮੇਰੇ ਵਿਆਹ ਤੋਂ ਮੁੱਕਰ ਜਾਂਦੇ ਫੇਰ। ਹੁਣ ਬੜਾ ਮੁੰਦਰੀ ਪਾ ਕੇ ਭੇਜਿਆ ਨਾ ਉਹਨਾਂ ਨੇ, ਠੀਕ ਆ ਖੋਲੇ ਨੇ ਮੇਰਾ ਵਿਆਹ ਉੱਥੇ। ਮੈਂ ਵੀ ਆਪਣੇ ਕਾਕੇ ਨੂੰ ਕਿਹਾ ਕਰਨਾ, ਪੁੱਤ ਸਤਿ ਸ਼੍ਰੀ ਅਕਾਲ ਕਰ, ਤੇਰਾ ਕਨਵਰਟਡ ਮਾਮਾ ਹੈ। ਓ ਸ਼ੁਭ ਸ਼ੁਭ ਬੋਲ, ਹਲੇ ਗੱਲ ਹੀ ਹੋਈ ਹੈ, ਕਿਹੜਾ ਛੁਹਾਰਾ ਲੱਗ ਗਿਆ ਜਾਂ ਫੇਰੇ ਹੋ ਗਏ ਨੇ? ਹਾਏ ਹਾਏ, ਕਿੱਡੀ ਕਾਲੀ ਪਈ ਹੈ ਤੈਨੂੰ ਕਾਕੇ ਦੀ, ਲੱਭ ਲੈਣੇ ਆ ਕੋਈ ਨਾ ਕੋਈ ਹੱਲ, ਸਬਰ ਰੱਖ। ਜੇ ਤੂੰ ਕੋਈ ਹੱਲ ਨਾ ਲੱਭਿਆ ਨਾ, ਮੈਂ ਵੀ ਜਾਣ ਕੇ ਆਪਣੀ ਡੋਲੀ ਨਾ ਤੇਰੇ ਠਾਣੇ ਅੱਗੋਂ ਦੀ ਕੱਢੂੰਗੀ। ਨਹੀਂ ਰੂਹ, ਇਹ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਕਿ ਤੇਰੀ ਡੋਲੀ ਮੇਰੇ ਥਾਣੇ ਅੱਗੋਂ ਲੰਘੇ, ਮੈਂ ਆਪਣੀ ਬਦਲੀ ਕਰਾ ਲਾਂਗਾ। ਉਤ ਜੱਟਾਂ ਦੇ ਬਲਾਉਂਦੇ ਬੱਕਰੇ, ਉਤ ਜੱਟਾਂ ਕਿੱਥੇ ਚੱਲਿਆ? ਘਰ ਛੱਡ ਕੇ ਸ਼ਹਿਰ ਚੱਲਿਆ। ਕਿਉਂ?
प्यो की मर्जी रिश्ता करने तो चंगा मैं शहर च जाके बूट पालशा करके रोटी खा लूंगा। मैं प्यो सारी जिंदगी रोटियां खाता मर गया, बूट तो कदे पालिश किए नहीं, मैं चरण सिंह की जवाब दू कि कह दो इतने दारू पीपी के किन्नी देर सेट होंदा रहू, शहर गया कम कर सेट करने। हाँ अगला कहू इतने कम कर ला, इतने मौलड दे तेरे एनू कम कहने हो तुसी? ओ लोग खून पसीने की कमाई खांदे आ ते असी खून बहाउण दी ते हड्डियां तोड़न दी? लोग हड्डियां चप जांदे ने, तेरे कोलों हड्डियां तोड़न दी कमाई नहीं खांदी जांदी? ओथे जाके रहेगा किथे? बल्ली मामा मर गया। कदों? ओ मैं कह रहा भी बल्ली मामा मर गया, ओदे कोले जाके रहूंगा मैं। ओ मेरा साला ड्रामेबाज है, ओदी अपनी जिंदगी दा साली भंड भंड निकलगी, मैं तेनू तहसीलदार ला दू। हाँ तुसी तो बड़ा मैनू ऐसा चुल बाता भी मैं छुट्टियां लेके चले आवा, इतने तो सारा सड़क से भी पैदल तुरना होता ना, सिर से हेलमेट पाना पैंदा, पता नहीं साली कड़े पास आके सिर च डांग वजनी है। गल सुनो, जे तू साले नौटंकी को गया ना तो मेरे तो बुरा कोई नहीं होगा, साले ने अपने तो अद्धी उम्र वाली ऑर्केस्ट्रा डांसर ना ब्याह कराया है। हाँ तो इस गल का साड़ा बापू नू लप्पड़ मारू साले से खिंच के दफा हो जाए, तो जो चार दिन पैसे मुक गए ना इतने बूथी लटकाई आएगा मेरे को। चलिया चलिया मैं नाले कह दो चरण सिंह की कुड़ी नू, इस तो पहला मैनू उड़ीकदी दी उम्र निकल जाए, आवे निकल जाए किसी नाल, मैं निकलन लग्या बल्ली मामे अली। इन्ने साल बाद मैनू देख के बल्ली मामा किन्ना खुश है। निकल जा इत्थों सूर जा पुत्रा, अपनी मनहूस शक्ल विखाई मैनू। इस तरह स्ट्रेंथ नाल बोली दे बेटा। ओ राइटर तां सिर्फ लिख दिंदा, ओ जरूर तां एक्टर पाउंदा है। चलो बच्चे 15 मिनट का ब्रेक ले लो, मैं अपने भाण जी मिल ला। मामा जी जुत्ती पौरा जी। हाँ खुश रह खुश रह। ओए तेरे प्यो ने रस्सा क्यों खोलता अज? ओ किथे खोल दिया जी रस्सा? हाँ अज तो मैं रस्सा तोड़ा के भजाया अभी। चल चंगा होया, थोड़े इलाके की पुलिस नूं थोड़ा जिहा आराम तो मिलू। सही गल है जी, उत्थे तो रोटी खाण तो लैके जी टॉयलेट जाण तक डैडी की मर्जी चलती है। आ हुण देख लो मैनू कहिंदे तेरा विआह भी मेरी मर्जी नाल होऊगा। दस साडी भैण भी अपनी मर्जी नाल विआह करा लैंदी तां नौबत नहीं सी आउणी। किदां दी गल करदे हो मामा जी, फिर तां मैं भी नहीं सी आउणा। ओ चल जो हो गया सो हो गया। अरे गलत है यार, तेरा प्यो तेरी मर्जी तो बिना तेरा ब्याह किवें कर सकदा है? साला ब्याह तां इहो जी चीज है जिहड़ा बंदा अपनी मर्जी नाल करे तां ही मजा आउंदा है। सही गल है जी, नहीं तां साले लोक ही मजा लैंदे आ थोड़े कुत्तकले जी दा। बंद कर, मामी आ रही है तेरी। अच्छा जी। हां जी चल मत्था टेक मामी नूं। ओ तेरी ये तो स्वीटी है, बुल बुल ऑर्केस्ट्रा दी डांसर है। ये किथे ले गया भाई? डांसर किसी दी मामी नहीं हो सकती। आ नहीं नहीं अब ये तो बहुत अच्छी है मामी, मतलब बहुत अच्छा डांस कर दी मामी। जी जी ओ केड़ा गड़ा मशहूर जे भाभी जी दा। अज रा लिखी गुजारांगे रात के अल्लाह करे दिन ना चढ़े। भाई मामा जी यकीन मनियो, आ रल के गुजारांगे रात वाले रिकॉर्ड दे उते, जदों मामी ढुमके लाउंदी आ ना मुंडे तां सारे लिट लिट जांदे आ। भाई उहनां तां लाड़े नूं शगन नहीं इकट्ठा हुंदा जिन्ना मामी नूं चढ़ावा चढ़ जांदा। मैं तुहानूं कितें देखिया लगदा लुधियाणा भुल गए, इक घुट बणा दे ज़ाकिया वाकी मेरे ते रोड़ दे। इक घुट नहीं हुंदा ओए, दो घुट हुंदे आ। हुशियारपुर वापस भी तो आ गए सी। ओ ता जी रात नूं पीती खाधी चबारी गई, जदों सवेरे होश आया पता लग्या भी 1.5 लाख दी आ तां लैण आ गए। चलो छड्डो जी घड़ी नूं, इह भाण जा जी अपना अपने कोल ही रहू हुण। हां जी ओए पतंदरा मत्था दा टेक लै मामी नूं, उम्र दी छोटी है रिश्ते दी रिस्पेक्ट रहिंदी है। चल चुक तले। हाँ जी चल हुण दस करेंगे की? कुछ भी कर लांगे मामा जी, भांडगिरी नूं छड्ड के जी। आ गया ना अपने प्यो वालियां हरकतां ते? नहीं नहीं जी काम तो बहुत वधिया जी, पर औखा मामा जी, हुण सारे बंदे तुहाडे वरगे टैलेंटड थोड़ा हुंदे जी। ओह तां है। चल ठीक है मैं करूँ कोई जुगाड़, मेरा एक दोस्त है संदीप उहनूं कहूंगा, वह कितने ना कितने तैनूं फिट जरूर करूंगा। ठीक है जी, उही करदा। वह फिलहाल तो दो दो प्रोजेक्ट संभाल रहे हैं। दो दो प्रोजेक्ट? मैं उजड़ गई है, उजड़ गई। ते तोड़े तो आज मैं उधर गया। मेरी भी गल सुनो यार जसमीत अनु। मैं सोचा एहो जी केड़ी नौकरी है, सोमवार तो वीरवार बंदे दी शक्ल ही नहीं दसदी। मैं भी सोचा ऐसी केड़ी नौकरी है, बंदा शुक्रवार शनिवार छुमंतर ही होया रहंदा। तुसी घर चलो, थानू मैं दसदी घर चलो। चलो सुनो सी मेरे लोग, तुसी सुनो सी मेरी गल। हेलो सुनो दसदी यार मेरी गल, सुनो मेरी गल तो सुनो यार। कोट वांगू ना मेरे भी दो टुकड़े कर लो ते घर ले जाओ अपने, तुसी अद्धा अद्धा करके मैनू। जिदा कोट भी दो टुकड़े होया एक बंदे नू नहीं टक सकदा, मैं सिंगल पीस ने दो कर टके होए थोड़े। कितने कमी रह गई सी मेरे ब्याज कि तुसी दूजा ब्याह करा लिया? चाट पापड़ी दी कमी रह गई सी, ओ थोड़ गई सी। मेरा मामा आज तक साडे नाल रुस्से होया वे मेनू तई पल्ले नहीं मिले ब्याज। 300 कह के 800 लोका दी बारात लेके आओगे तो सामान तक कटूगा ही की करिए? साडी रिश्तेदारी बहुत ज्यादा, तेरे ब्याज सारे पूरे नहीं आए, रिश्तेदारी भुगतान वास्ते दूजा ब्याह करना पिया। तुसी एक गल मेरे तो क्यों लगाई कि तुसी एक होर ब्याह कीता होया? तू आप दस ये गल भला दसन वाली हुंदी है? अज मैं कुछ कहो
ਸਰਕਾਰੀ ਨੌਕਰੀ ਜਿਹੜੀ ਮੈਨੂੰ ਮਿਲੀ ਸੀ ਤੇ ਮੇਰੀ ਦੁਕਾਨ ਆ ਜਿਹੜੀ ਮੈਂ ਖੁਦ ਪਾਈ ਲੇਟ ਹੋ ਗਿਆ ਮੈਂ। ਉਹ ਜੀਜਾ ਜੀ ਉਹ ਤਾਂ ਆਪ 10 ਵਜੇ ਆਉਂਦੀ ਹੈ, ਤੁਹਾਨੂੰ 8 ਵਜੇ ਕਿਵੇਂ ਠਾ ਦੂ? ਰਾਤੀ ਘੱਟ ਪੀ ਕਿਤੇ ਨੀ ਸੁੱਤੇ ਯਾਰ? ਤੈਨੂੰ ਕਿੰਨੀ ਵਾਰੀ ਕਿਹਾ ਸਾਡੀ ਮੀਆਂ ਬੀਵੀ ਦੀ ਦਾਲ 'ਚ ਆਪਣੀ ਕੱਛੀ ਨਾ ਮਾਰਿਆ ਕਰ, ਫਿਰ ਇਸੇ ਦਖਲ ਕਰਕੇ ਸਾਡੀ ਦਾਲ ਨੂੰ ਅੱਜ ਤੱਕ ਤੜਕਾ ਨਹੀਂ ਲੱਗਾ। ਵਰਨਾ ਤੈਨੂੰ ਇਸ ਘਰ 'ਚ ਮਾਮਾ ਜੀ ਹੁੰਦੀ ਹੋਣੀ ਸੀ ਉਹਨੂੰ, ਮੈਂ ਪਹਿਲਾਂ ਬੌਂਦ ਲਿਆਉਣਾ ਹੋਰ ਦਿਮਾਗ ਨਾ ਖਰਾਬ ਕਰਿਆ। ਇਹ ਜਿਹੜਾ ਤੁਸੀਂ ਸੋਮਵਾਰ ਤੋਂ ਵੀਰਵਾਰ ਟੂਰ ਕਰਦੇ ਹੋ ਨਾ, ਇਹ ਉਹਦਾ ਅਸਰ ਹੈ। ਪਲੀਜ਼ ਅੱਜ ਨਾ ਜਾ, ਇਸ ਹਫ਼ਤੇ ਛੁੱਟੀ ਲੈ ਲਓ। ਜਿੰਨਾ ਬਰਡਨ ਹੈ ਨਾ ਮੇਰੇ ਤੇ ਕੰਮ ਦਾ, ਮੈਂ ਸਿਰਫ ਆਹ ਲੈ ਸਕਦਾ, ਛੁੱਟੀ ਨਹੀਂ ਲੈ ਸਕਦਾ। ਉੱਠ ਕੇ ਪਾਣੀ ਗਰਮ ਕਰ, ਮੈਂ ਨਹਾ ਕੇ ਜਾਣਾ। ਇੰਨੀ ਗਰਮੀ 'ਚ ਗਰਮ ਪਾਣੀ ਬੌਂਦਲੇ ਕਿਉਂ ਪਿਓ? ਠੀਕ ਤਾਂ ਹੋ? ਆਹੋ ਗਰਮ ਪਾਣੀ, ਮੇਰੇ ਟੌਨਸਿਲਸ ਹੋਇਆ, ਮੈਂ ਗਰਾਰੇ ਕਰਕੇ ਜਾਣਾ, ਨਹਾਉਣਾ ਠੰਡੇ ਪਾਣੀ ਨਾਲ ਹੀ ਆ। ਗੱਲ ਸੁਣ, ਇਹਨੇ ਹੋਰ ਤੇ ਕਿਤੇ ਜਾਣਾ ਨਹੀਂ ਹੁੰਦਾ, ਇਹਨੂੰ ਸਕੂਲ ਹੀ ਦਾਖਲ ਕਰਾ ਦੇ ਦੁਬਾਰਾ। ਲੋਕਾਂ ਕਤੂਰੇ ਰੱਖੇ ਹੁੰਦੇ, ਅਸੀਂ ਸੂਰ ਰੱਖੇ ਆ। ਤੇਰੇ ਜੀਜਾ ਜੀ ਮੈਨੂੰ ਢਿੱਲੇ ਲੱਗਦੇ। ਦੀਦੀ ਤੈਨੂੰ ਢਿੱਲੇ ਲੱਗਦੇ, ਮੈਨੂੰ ਹਿੱਲੇ ਲੱਗਦੇ ਆ। ਧਿਆਨ ਨਾਲ ਜਾਣਾ। ਆਓ ਠੀਕ ਹੈ, ਬਾਏ 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 ਬਾਏ। ਖੋਲਦੇ ਹੁਣ ਖੱਟਾ ਡੀਕਦੇ। ਹਾਂਜੀ ਭਾਬੀ ਜੀ, ਸਤਿ ਸ੍ਰੀ ਅਕਾਲ। ਭਾਬੀ ਜੀ ਦਾ ਕੀ ਹਾਲ ਹੈ? ਚੰਗੀ ਭਲੀ ਹੈ ਜੀ, ਠੀਕ ਠਾਕ। ਤੇ ਭਾਬੀ ਜੀ ਦਾ ਕੀ ਹਾਲ ਹੈ? ਉਹ ਵੀ ਠੀਕ ਠਾਕ। ਭਾਬੀ ਜੀ ਤੁਸੀਂ ਸਵੇਰ ਸਵੇਰੇ ਕਿੱਧਰ ਤਿਆਰੀ ਕਰ ਲਈ ਜੀ? ਵਿਆਹ ਦਾ ਫੰਕਸ਼ਨ ਲਾਉਣ ਜਾਣਾ। ਮੈਂ ਤਾਂ ਬਥੇਰਾ ਸਮਝਾਉਣਾ ਬਈ, ਨਾਟਕਾਂ 'ਚ ਇੰਨਾ ਨਾਂ ਚੱਲਦਾ ਹੈ ਮੇਰਾ, 6 ਮਹੀਨੇ 'ਚ ਇੱਕ ਵਾਰੀ ਤਾਂ ਅਖਬਾਰ 'ਚ ਫੋਟੋ ਛਪਦੀ ਓ ਛਪਦੀ ਹੈ। ਰਹਿਣ ਰਹਿਣਾ ਸ਼ਾਦੀ ਦੇ ਫੰਕਸ਼ਨਾਂ ਨੂੰ। ਹਾਂਜੀ, ਤੁਹਾਡਾ ਤਾਂ ਸਿਰਫ ਨਾਂ ਹੀ ਚੱਲਦਾ ਆ, ਘਰ ਤਾਂ ਆਰਕੈਸਟਰਾ ਨਾਲ ਹੀ ਚੱਲਦਾ ਆ ਨਾ। ਵੈਸੇ ਭਾਬੀ ਜੀ ਕੰਮ ਤੇ ਤੁਹਾਡੇ ਵਾਲਾ ਵੀ ਔਖਾ ਹੀ ਹੈ, ਸ਼ਰਾਬੀ ਇੱਕ ਵਾਰੀ ਦੰਦਾਂ 'ਚ ਨੋਟ ਫਸਾ ਕੇ ਪਰ ਅੰਦਰ ਛੱਡਦੇ ਤੇ ਨਹੀਂ ਹੋਣੇ ਛੇਤੀ, ਦੰਦਾਂ ਨਾਲ ਹੀ ਖਿੱਚਣਾ ਪੈਂਦਾ ਹੁਣ। ਹਾਂਜੀ, ਸਤਾਰਿਆਂ ਵਾਲਾ ਘੱਗਰਾ ਪਾਤਾ ਜੀ ਟੈਚੀ 'ਚ, ਉਹ ਜਲੇਬੀ ਬਾਈ ਵਾਲੀ ਸੀਡੀ ਵੀ ਪਾ ਦੀ, ਸ਼ੀਲਾ ਦੀ ਜਵਾਨੀ ਵੀ ਪਾ ਦੂੰ ਜੀ। ਉਹ ਕਾਕਾ, ਹਾਂਜੀ, ਅੰਦਰ ਟੇਬਲ ਤੇ ਕਾਰ ਦੀ ਚਾਬੀ ਵੀ ਚੱਕ ਲਿਆ। ਅੱਛਾ, ਸੁੱਕ ਗਈ। ਹਾਂਜੀ, ਆ ਕੀ ਕੰਮ ਕੀਤਾ ਤੁਸੀਂ? ਕੰਮ ਤੁਹਾਡਾ ਇੱਕ ਨਹੀਂ ਚੱਲਦਾ, ਨੌਕਰ ਤੁਸੀਂ ਦੋ ਦੋ ਰੱਖੇ ਨੇ, ਇਹ ਮੁੰਡਾ ਨਵਾਂ ਰੱਖਿਆ ਹੁਣ? ਭਾਂਜਾ ਹੈ ਮੇਰਾ, ਭਾਂਜਾ ਕਾਹਦਾ ਹੋਈ ਹੈ। ਜੀਜਾ ਸਾਡਾ ਬਦਮਾਸ਼, ਇਹ ਆਪਣੇ ਪਿਓ ਦਾ ਵੀ ਪਿਓ ਹੈ, ਲੋਕਾਂ ਦੀਆਂ ਹੱਡੀਆਂ ਤੋੜਨ ਤੋਂ ਸਿਵਾਏ ਡੱਕਾ ਨਹੀਂ ਤੋੜਦਾ ਵੇਲਾ। ਹਾਂਜੀ, ਤੇਰੀ ਮੌਜ ਹੈ ਕਾਕਾ, ਹੈ 3 ਦਿਨ ਇੱਧਰ 4 ਦਿਨ ਉੱਧਰ। ਤੁਸੀਂ ਲੈ ਲਓ ਇਹੋ ਜਿਹੀਆਂ ਮੌਜਾਂ, ਇੱਕ ਵਿਆਹ ਕਰਾ ਕੇ ਬੰਦਾ 2 ਪੈਰਾਂ ਤੇ ਭੱਜਿਆ ਫਿਰਦਾ, ਤੇ 2 ਵਿਆਹ ਕਰਾ ਕੇ ਤੇ ਫਿਰ ਹੱਥ ਵੀ ਥੱਲੇ ਲਾਉਣੇ ਪੈਂਦੇ ਆ, ਆ ਪੂਛ ਹੀ ਨਹੀਂ ਉਗਦੀ ਬੰਦੇ ਦੇ, ਹਾਲਤ ਕੁੱਤੇ ਵਾਲੀ ਹੋ ਜਾਂਦੀ ਬੰਦੇ ਦੀ। ਮਾਮਾ ਜੀ, ਹਾਂਜੀ, ਚਾਬੀ ਲਿਆ, ਆ ਲੈ ਵੀ ਫੜ, ਆ ਲਿਓ ਜੀ, ਆ ਲੋ ਫੜੋ। ਅੱਛਾ ਵੀ ਉਹ ਸੌਰੀ, ਤੈਨੂੰ ਗੇਟ ਖੋਲਣ ਨੂੰ ਕਹਿ ਤਾ ਸੀ। ਉਹ ਨਾ ਨਾ ਜੀ, ਕੋਈ ਗੱਲੇ ਨਹੀਂ, ਤੁਸੀਂ ਮਾਮਾ ਜੀ ਦੇ ਗੈਸਟ ਹੋ, ਨਹੀਂ ਤਾਂ ਗੇਟ ਵਾਲੀ ਕਿਹੜੀ ਗੱਲ ਆ, ਮੈਂ ਤਾਂ 1 ਮਿੰਟ ਤੋਂ ਪਹਿਲਾਂ ਤੇਰੇ ਵਰਗਾ ਬੰਦਾ ਖੋਲ ਕੇ ਰੱਖਦਾ। ਠੀਕ ਹੈ ਟਿੰਗਰਾ ਸਾਹਿਬ, ਮੈਂ ਚੱਲਦਾ, ਚੰਗਾ ਛੁੱਟੀ। ਠੀਕ ਹੈ ਵੀ, ਠੀਕ ਹੈ। ਵੈਸੇ ਇਹਨਾਂ ਤੇਲ ਕਿਤੇ ਮੇਰੀਆਂ ਪੁੜਪੜੀਆਂ 'ਚ ਚੱਸਿਆ ਕਰੇ ਨਾ, ਤਰਾਵਟ ਆ ਜਾਏ ਸਿਰ 'ਚ ਮੇਰੇ।
मेरी मां ने दसिया सी कि बंदा जदों कमाईया करके घर बड़े ना तां तेल चोगे घर वाड़ी दा वीर जी छावलपुरी जूलर आया दुकान का किराया दे मेहर सिंह जी अगे अर्ज किया है फूलां दी महक ते गुलाबां दी खुशबू गुलाब भी फूल नहीं हुंदे नाले महक ते खुशबू मेहर सिंह जी पहला पूरा सुन लिया करो ठीक है सुनाओ फूलां दी महक ते गुलाबां दी खुशबू बाबा दोवें इक्को ही ने मैं किथे कहया दो अग्गे सत श्री अकाल जी सत श्री अकाल लड़ी सत श्री अकाल जी जिंदे रहो बेटा कदों आए बस अठ कवितावां तो हो ही गईयां मेरे आए नु तुसी डॉक्टर आले गए आज दवाई लैन पुत्र जी डॉक्टर कहंदा मैं दवाई घरे पहुंचा दिया करांगा तुसी आउण दी खेचल ना करया करो कवितावां दा घट शकीन होणा है डॉक्टर खैर मैं सोचा हुण टाइम हो गया भाई साल भर दा कट्ठा किराया दे दिए दिमाग तो बोझ उतर जांदा है 50 रुपए महीने दे हिसाब नाल अपूरे ए बनदे हैं थोड़े 600 रुपए गिन लो आ तुसी चंगा कीता वैसे इस काम लई जेड़ा अटैची रख लिया ना वरना इन्नी पेमेंट बंदा जेब च लेके घूमे खतरा ही हुंदा लूट खो दा डर रहंदा है ना घरों अड्डे ते जाइए ना आटो वाला 100 रुपया ले लैंदा उत्थों तक दा ਤੁਸੀਂ 50 ਰੁਪਏ ਮਹੀਨੇ ਤੇ ਸਾਡੀ ਦੁਕਾਨ ਦੱਬੀ ਬੈਠੇ ਹੋ ਦੱਬੀ ਨਹੀਂ ਹੋਈ ਸਨ 1943 ਵਿੱਚ ਮੇਰੇ ਪਿਤਾ ਜੀ ਨੇ 10 ਰੁਪਏ ਮਹੀਨੇ ਤੇ ਲਈ ਸੀ ਉਹ ਦੁਕਾਨ ਤੁਹਾਡੇ ਬਜ਼ੁਰਗਾਂ ਤੋਂ ਕੀ ਹੁੰਦੇ ਆ 10 ਰੁਪਏ ਅਸੀਂ ਸਿੱਧਾ ਜੰਪ ਮਾਰ ਕੇ 50 ਰੁਪਏ ਕਰ ਦਿੱਤਾ ਮਹੀਨੇ ਦਾ ਕਮਾਈਆਂ ਕਮੀਆਂ ਕਿੱਥੇ ਰਹਿ ਗਈਆਂ ਅੱਜ ਕੱਲ ਕੀ ਡਰਾਮੇਬਾਜ਼ੀ ਹੈ ਵੈਸੇ ਹੈ 2000 ਰੁਪਇਆ ਮਹੀਨੇ ਦਾ ਉਹ ਗੋਲ ਗੱਪਿਆਂ ਵਾਲੇ ਕੋਲੋਂ ਲੈਨੇ ਹੋ ਤੁਸੀਂ ਜਿਹੜਾ ਸਾਡੀ ਦੁਕਾਨ ਦੇ ਬਾਹਰ ਖੜਾ ਕੀਤਾ ਹੋਇਆ ਨਾ ਨਾ ਦੋਨੀ ਨਹੀਂ ਦਿੰਦਾ ਜੀ ਸਾਨੂੰ ਹੀ ਪਤਾ ਹੈ ਕਿੱਦਾਂ ਗੋਲ ਗੱਪੇ ਖਾ ਖੂ ਕੇ ਮਸੀ ਪੈਸੇ ਪੂਰੇ ਕਰੀਦੇ ਆ ਹੱਥ ਜੋੜੇ ਤੁਹਾਡੇ ਅੱਗੇ ਕਿਰਾਇਆ ਵਧਾ ਦਿਓ ਅੱਗੇ ਖਰਚੇ ਬੜੇ ਨੇ ਕੁੜੀ ਦਾ ਵਿਆਹ ਵੀ ਕਰਨਾ ਸੀ ਦੇਖ ਲਓ ਜੀ ਹੁਣ ਕੁੜੀਆਂ ਦਾ ਵਿਆਹ ਵੀ ਕਿਰਾਏਦਾਰਾਂ ਦੇ ਸਿਰੋਂ ਹੀ ਕਰੋਗੇ ਸਤਿ ਸ੍ਰੀ ਅਕਾਲ ਜੀ ਪੈਸੇ ਨਾਲ ਨਹੀਂ ਰੱਜਦਾ ਇਹ ਟੱਬਰ ਲੁੱਟ ਕੇ ਖਾ ਲਿਆ ਸਾਨੂੰ ਤਾਂ ਸ਼ਰਮ ਕਰੋ ਸਾਲਾ ਕਮੀਨਾ ਕਮੀਨਾ ਤਾਂ ਹੈ ਪਰ ਕਵਤਾ ਦਾ ਪ੍ਰੇਮੀ ਹੈ ਇੱਕ ਨਵੀਂ ਕਵਤਾ ਹੈ ਬੇਟਾ ਯਾਰ ਸਾਹ ਤੇ ਲੈ ਲੈਂਦਾ ਮੈਂ ਤੇ ਪਾਣੀ ਵੀ ਨਹੀਂ ਪੀਤਾ ਅਜੇ ਮੇਰੇ ਸਿਰ 'ਚ ਪਾ ਦਿਓ ਕਵਤਾ ਮੁੰਡੇ ਨੂੰ ਦੱਸਿਆ ਜੀ ਜਿਹੜਾ ਰਿਸ਼ਤਾ ਆਪਾਂ ਅਖਬਾਰ 'ਚ ਪਸੰਦ ਕੀਤਾ ਕੀ ਗੱਲ ਮੇਰਾ ਹੁਣ ਤੀਜਾ ਵਿਆਹ ਕਰਨਾ ਜੇ ਤੀਜਾ ਨਹੀਂ ਮੈਂ ਕਿਹਾ ਸੁਖਨਾ ਰੱਬ ਨੇ ਆ ਦੋਵਾਂ ਚਿੱਟੀ ਇੱਕ ਦਿੱਤੀ ਤੋਈ ਮੈਨੂੰ ਅੱਗੇ ਫਿਟੇ ਮੂੰਹ ਤੇਰਾ ਓਏ ਕਮਲਿਆ ਆਪਣੀ ਪ੍ਰੀਤ ਲਈ ਹਾਏ ਹਾਏ ਕਿਹੜੀ ਸ਼ਰਮ ਆ ਗਈ ਯਾਰ ਮੈਂ ਕਹਿੰਦਾ ਜੇ ਰਿਸ਼ਤਾ ਠੀਕ ਹੈ ਨਾ ਫਿਰ ਝੱਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਕਰਿਓ ਬਿਲਕੁਲ ਓਏ ਹੱਥ ਜੋੜੇ ਤੁਹਾਡੇ ਅੱਗੇ ਡੈਡੀ ਜੀ ਜੇ ਗੱਲ ਬਣਦੀ ਹੋਈ ਤੇ ਤੁਸੀਂ ਆਪਣੀ ਆ ਸ਼ਾਇਰੀ ਤੇ ਕੰਟਰੋਲ ਰੱਖਿਓ ਨਾਬੇ ਵਾਲਿਆਂ ਨੇ ਵੀ ਡੈਡੀ ਦਾ ਫੋਨ ਚੁੱਕਣਾ ਬੰਦ ਕਰਤਾ ਸੀ ਅਨੂ ਉਹ ਮੁੰਡੇ ਦਾ ਨੰਬਰ ਤਾਂ ਦੱਸ ਪੁੱਤਰ ਸੁਣ ਜੀ ਮੈਂ ਨੰਬਰ ਦੇਣੀ ਹੈ ਤੁਸੀਂ ਜ਼ਰਾ ਫੋਨ ਮਾਰਿਓ ਹੁਣੇ ਮਾਰ ਦਿੰਨੇ ਆ ਕਿਹਦੇ ਮਾਰਨਾ ਫੋਨ ਓਏ ਹੋਏ ਓਹੋ ਨੰਬਰ ਲਗਾਉਣਾ ਬੋਲੋ ਨੰਬਰ 98 72 211 342 ਜਸਮੀਤ मुश्किल ही लगना लग ही नहीं रहा नहीं लग रहा नेटवर्क ही नहीं लग रहा जी फोन नहीं लग रहा तो छुआरा कितों लगना थोड़ा नहीं लग रहा मेरा लग गया हेलो हेलो मैं जी सत श्री अकाल परिवार मिल के गल करदे आ जी बिल्कुल बस एक्चुअली मेरे हस्बैंड हुणे ही टूर ते गए वीरवार आ जांदे मैं उहनां दे नाल गल कर लैनी आ लो जी मेरे हस्बैंड भी टूर तों हुणे वापस आए ने ਮੈਂ ਉਹਨਾਂ ਨਾਲ ਗੱਲ ਕਰ ਲੈਣੀ ਆ ਤੇ ਫਿਰ ਆਪਾਂ ਮਿਲਦੇ ਆਂ ਹਾਂਜੀ ਇਹਨੇ ਰਿਸ਼ਤਾ ਕਿੱਥੇ ਹੋਣ ਦੇਣਾ ਇਹਨੇ ਤੇ ਪਹਿਲੇ ਵੀ ਕੈਨਸਲ ਕਰਾ ਦੇਣੇ ਤੁਹਾਨੂੰ ਮੈਂ ਦੱਸਾਂ ਇਹਨੂੰ ਚੁੱਪ ਕਰਾ ਲਓ ਅਸੀਂ ਨਹੀਂ ਆ ਗਏ ਯਾਰ ਕਿਉਂ ਚੌਧਰਾਣੀਆਂ ਬਣਦੀਆਂ ਜਨਾਨੀਆਂ ਤੁਹਾਨੂੰ ਮੈਂ ਦੱਸਾਂ ਮੈਨੂੰ ਸੁਣੋ ਗੱਲ ਇਹ ਰਿਸ਼ਤਾ ਹੋ ਜਾਣਾ ਮੈਨੂੰ ਵਾਈਬਸ ਆ ਰਹੀਆਂ ਰਿਸ਼ਤਾ ਹੋ ਜਾਣਾ ਮੁੰਡੇ ਦੀ ਗੱਲ ਤਾਂ ਸਿਆਣੀ ਹੈ ਗੱਲ ਤਾਂ ਬਿਲਕੁਲ ਸਿਆਣੀ ਹੈ ਜੀ ਹੋਇਆ ਵੇਖੋ ਤੁਹਾਡੇ ਹੱਥ ਜੋੜੇ ਮੈਂ ਪੈਰ ਫੜੇ ਤੁਹਾਡੇ ਤੁਸੀਂ ਵਿੱਚ ਇਨਵੋਲਵ ਨਹੀਂ ਹੋਣਾ ਇਸ ਗੱਲ ਦੇ ਵਿੱਚ ਔਰ ਖਾਸ ਤੌਰ ਤੇ ਤੂੰ ਮੇਰੀ ਗੱਲ ਸੁਣ ਲੈ ਹਣ ਘੱਟੋ ਘੱਟ ਤੂੰ ਨਹੀਂ ਇਸ ਮਾਮਲੇ 'ਚ ਬੋਲਣਾ ਤੁਸੀਂ ਨਹੀਂ ਇਨਵੋਲਵ ਹੋਣਾ ਮੈਂ ਡੀਲ ਕਰਾਂਗਾ ਯਾਰ ਉਹਦਾ ਹਸਬੈਂਡ ਟੂਰ ਤੇ ਗਿਆ ਨਾ
ਉਹਨੂੰ ਆ ਲੈਂਦੇ ਇਧਰੋਂ ਮੈਂ ਹਸਬੈਂਡ ਉਧਰੋਂ ਉਹ ਹਸਬੈਂਡ ਹਸਬੈਂਡ ਉਹ ਹਸਬੈਂਡ ਹੀ ਹੋਣ ਦਿਓ ਸਾਨੂੰ ਇਹ ਹਸਬੈਂਡ ਟੂ ਹਸਬੈਂਡ ਗੱਲ ਹੋਏਗੀ ਤਾਂ ਇਹ ਰਿਸ਼ਤਾ ਹੋਣਾ ਜੇ ਮੈਂ ਹੱਥ ਜੋੜੇ ਤੁਹਾਡੇ ਅੱਗੇ ਤੁਸੀਂ ਕਿਸੇ ਨੇ ਵਿੱਚ ਨਹੀਂ ਬੋਲਣਾ ਮੇਰਾ ਮਰੇ ਦਾ ਮੂੰਹ ਵੇਖੋਗੇ ਜਿਸ ਰਿਸ਼ਤੇ 'ਚ ਆਇਆ ਕੋਈ ਜਣਾ ਠੀਕ ਹੈ ਨਾ ਇਹ ਰਿਸ਼ਤਾ ਵਰਕਾ ਪਾੜ ਦਿਓ ਪਹਿਲਾ ਵਿਆਹ ਹੋ ਜਿਹਦੇ ਚ ਦਾਜ ਘਰ ਦਾ ਘਰ ਚ ਰਹਿ ਜਾਣਾ ਭੰਬਲ ਭੂਸੇ ਚ ਪਾ ਦਿਆ ਬਈ ਇਧਰੋਂ ਭਰਾ ਦੀ ਮਿਲਣੀ ਕਰਕੇ ਕੰਬਲ ਦੇ ਗਿਆ ਉਧਰੋਂ ਜੀਜੇ ਦੀ ਮਿਲਣੀ ਕਰਕੇ ਮੁੰਦਰੀ ਲੈ ਗਿਆ ਸਮਝ ਨੀ ਆਈ ਉਹ ਤੂੰ ਆਪਦਾ ਦੇਖ ਤੂੰ ਲੋਕਾਂ ਤੋਂ ਕੀ ਲੈਣਾ ਕਿਉਂ ਨੀ ਲੈਣਾ ਲੋਕਾਂ ਕੋਲੋਂ ਮੇਰੀਆਂ ਵੋਟੀਆਂ ਲੋਕਾਂ ਨੂੰ ਕੀ ਕਹਿਣਗੀਆਂ ਬਈ ਅਸੀਂ ਆਪਸ ਚ ਦੋਵੇਂ ਸਕੀਆਂ ਸੌਂਕਣਾ ਵਾ ਉਹ ਗੱਲ ਸੁਣ ਤੇਰੇ ਸਾਲੇ ਨੂੰ ਕੋਈ ਢੰਗ ਦਾ ਰਿਸ਼ਤਾ ਭੇਜਿਆ ਉਹਨੇ ਤੇਰੀ ਭੈਣ ਨੂੰ ਦੇਖਣ ਹੀ ਨਹੀਂ ਜਾਣਾ ਹਾਂਜੀ ਟਿੰਗਰਾ ਸਾਹਿਬ 60 ਸਾਲ ਦੇ ਹੋ ਗਏ ਹੋ 59 ਪਾਈ 59 ਚੱਲ ਇੱਕ ਬਚਿਆ ਵਿੱਚੋਂ ਜਿਹੜਾ ਇੱਕ ਰਹਿ ਗਿਆ ਉਹਦੇ ਚ ਕੋਈ ਇੱਕ ਅਕਲ ਦੀ ਗੱਲ ਕਰ ਲਓ ਜਿਵੇਂ ਇੱਕ ਕੰਮ ਹੋ ਸਕਦਾ ਕੀ ਤੇਰੇ ਸਾਲੇ ਨੂੰ ਤੇਰੀ ਭੈਣ ਦੀ ਥਾਂ ਕੋਈ ਹੋਰ ਕੁੜੀ ਦਿਖਾਈਏ ਜਿਹਨੂੰ ਦੇਖ ਕੇ ਉਹ ਦੁਖੀ ਹੋ ਜਾਵੇ ਪਰਫੈਕਟ ਬਿਲਕੁਲ ਠੀਕ ਹੈ ਤੇ ਫਿਰ ਇਹਦਾ ਮਤਲਬ ਮੇਰੇ ਸਾਲੇ ਦੀ ਥਾਂ ਤੇ ਮੇਰੇ ਘਰਦਿਆਂ ਨੂੰ ਕੋਈ ਹੋਰ ਮੁੰਡਾ ਵਿਖਾਈਏ ਵਿਖਾਈਏ ਐਸਾ ਜਿਹਨੂੰ ਵੇਖ ਕੇ ਮੇਰੇ ਘਰਦਿਆਂ ਦੀਆਂ ਚੀਕਾਂ ਨਿਕਲ ਜਾਣ ਹਾਂਜੀ ਇਹਦਾ ਮਤਲਬ ਆਪਾਂ ਨੂੰ ਹੁਣ ਇੱਕ ਘਟੀਆ ਜਿਹਾ ਮੁੰਡਾ ਚਾਹੀਦਾ ਤੇ ਇੱਕ ਬੈਡ ਇੰਪ੍ਰੈਸ਼ਨ ਪਾਉਣ ਵਾਲੀ ਕੁੜੀ ਚਾਹੀਦੀ ਬਸ ਹਾਂਜੀ ਮੇਰੇ ਕੋਲ ਇੱਕ ਜ਼ਬਰਦਸਤ ਕੁੜੀ ਹੈ ਇੰਨੀ ਚੰਗੀ ਹੈ ਜਿੰਨਾ ਮਰਜ਼ੀ ਬੈਡ ਇੰਪ੍ਰੈਸ਼ਨ ਪਵਾ ਲਓ ਹਾਂਜੀ ਖੋਜੂ ਤੂੰ ਆਪਣੇ ਸਾਲੇ ਨੂੰ ਕੱਲ ਸਵੇਰੇ ਕੋਠੀ ਨੰਬਰ 4140 ਸੈਕਟਰ 5 ਚ ਭੇਜ ਵਾਹ ਜੀ ਵਾਹ ਵੀਆਈਪੀ ਸੈਕਟਰ ਚ ਰਹਿੰਦੇ ਹੋ ਜੀ ਵੈਸੇ ਤੁਹਾਡਾ ਘਰ ਬਹੁਤ ਹੀ ਵਧੀਆ ਆਪਣਾ ਹੈ ਜਾਂ ਕਿਰਾਏ ਤੇ ਕਿਰਾਏ ਤੇ ਸੀ ਜੀ ਪਰ ਆਪਾਂ ਦੱਬ ਲਿਆ ਕਿਹੜਾ ਸਾਲਾ ਛਡਾ ਲੂ ਹਾਂਜੀ ਉਹ ਜੀ ਲੜਕੀ ਉਹ ਜੀ ਡਿਨਰ ਲਈ ਮੁਰਗੇ ਦਾ ਇੰਤਜ਼ਾਮ ਕਰ ਰਹੀ ਹੈ ਹਾਂਜੀ ਮੁਰਗਾ ਆਪ ਬਣਾਓ ਨਾ ਨਾ ਬਣਾਉਣਾ ਤਾਂ ਮੈਂ ਆ ਉਹ ਤਾਂ ਬਸ ਵੱਢ ਰਹੀ ਹੈ ਕੁੜੀ ਵੱਢ ਰਹੀ ਹੈ ਜੀ ਮੁਰਗਾ ਮੁਰਗੇ 'ਚ ਕਿਹੜੀ ਗੱਲ ਹੈ ਉਹਦਾ ਤਾਂ ਬੱਕਰੇ ਤੇ ਹੱਥ ਬਹੁਤ ਸਾਫ ਹੈ ਭਾਈ ਹਾਂਜੀ ਇਹ ਜੀ ਸਾਡੇ ਘਰੇ ਸਭ ਮੁਰਗੇ ਵੱਢਣ ਵਾਲੇ ਕੰਮ ਕੁਮ ਨਾ ਥੋੜੇ ਲੈ ਤੋਂ ਬਾਅਦ ਨਹੀਂ ਵੱਢਿਆ ਕਰੂ ਜਿਉਂਦੇ ਮੁਰਗੇ ਨੂੰ ਸਿੱਧਾ ਸੀਟੀ ਮਰਵਾ ਦਿਆ ਕਰੂ ਮਨਿੰਦਰ ਸਾਡੀ ਬਸ ਨਿਕਲ ਜਾਣੀ ਹੈ ਹੈਨਾ ਗੱਲ ਸੁਣੋ ਜੀ ਬਸ ਦੀ ਚਿੰਤਾ ਨਾ ਕਰੋ ਤੁਸੀਂ ਹਾਂ ਸਾਡੀ ਬਿਟੀਆ ਲੰਡੀ ਜੀਪ ਤੁਹਾਨੂੰ ਆਪ ਛੱਡ ਕੇ ਆਊਗੀ ਜੇ ਛੱਡਣ ਗਈ ਲੇਟ ਹੋ ਗਈ ਜੀ ਕੱਲੀ ਕੁੜੀ ਰਾਤ ਦਾ ਟਾਈਮ ਚੋਰ ਚੱਕੇ ਪੁਲਿਸ ਬਿਲਕੁਲ ਚਿੰਤਾ ਨਾ ਕਰੋ ਜੀ ਚੋਰ ਪੁਲਿਸ ਦੀ ਉਹਦੀ ਤਾਂ ਸਿੱਧੀ ਦੋਵੇਂ ਪਾਸੇ ਸੈਟਿੰਗ ਹੈ ਹਾਂਜੀ ਮਨਿੰਦਰ ਸਾਡੀ ਆਖਰੀ ਬਸ ਤਾਂ ਨਿਕਲ ਜਾ ਅਸੀਂ ਚੱਲੀਏ ਸਤਿ ਸ਼੍ਰੀ ਅਕਾਲ ਕੁੜੀ ਨੂੰ ਮਿਲ ਕੇ ਜਾਓ ਕੁੜੀ ਪ੍ਰੀਤ ਮਨਿੰਦਰ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਗਲੇ ਮਿਲੋ ਨਾ How are you? ਉਹ ਭੈਣ ਜੀ ਨੂੰ ਗਲੇ ਮਿਲੋ ਸਿੱਧੀ ਮੁੰਡਿਆਂ ਨੂੰ ਪੈ ਜਾਂਦੀ ਹੈ ਸੌਰੀ ਬਹੁਤ ਭੋਲੀ ਹੈ ਹਾਂਜੀ ਹਾਂ ਨਹੀਂ ਬਸ ਠੀਕ ਹੈ ਠੀਕ ਹੈ ਮਨਿੰਦਰ ਚੱਲ ਸਾਡੀ ਬਸ ਨਿਕਲ ਜਾਣੀ ਹੈ ਬੜੇ ਹਿੰਮਤ ਵਾਲਿਓ ਜੀ ਬੱਕਰੇ ਮੁਰਗੇ ਆਪ ਹੀ ਉਹ ਜੀ ਬੜੀ ਫਨੀ ਸਟੋਰੀ ਹੈ ਓਕੇ ਚਲਿਓ ਇੱਕ ਵਾਰੀ ਕੀ ਹੋਇਆ ਸਾਡੇ ਘਰ ਨਾ ਪਿੰਡੋਂ ਬੜੇ ਸਾਰੇ ਮਹਿਮਾਨ ਆ ਗਏ ਡੈਡੀ ਘਰੇ ਹੈਗੇ ਨਹੀਂ ਸੀ ਹੈ ਮੈਂ ਸੋਚਾਂ ਚ ਪੈ ਗਈ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਕੀ ਕਰਾਂ ਮਟਨ ਮਟਨ ਅਸੀਂ ਬਾਹਰ ਤੋਂ ਮੰਗਾਉਂਦੇ ਹੈਗੇ ਨਹੀਂ ਤਾਂ ਮੈਂ ਕੀ ਕੀਤਾ ਫਰਸਟ ਟਾਈਮ ਲਾਈਫ ਚ ਪਹਿਲੀ ਵਾਰੀ ਡੈਡੀ ਦੀ ਬੋਤਲ ਚੋਂ ਇੱਕ ਮੋਟਾ ਜਿਹਾ ਪੈਗ ਲਾ ਲਿਆ ਪੈਗ ਅੱਛਾ ਪੈਗ ਲਾ ਕੇ ਚੜ ਗਈ ਮੈਨੂੰ ਮੇਰੇ ਤੇ ਹਿੰਮਤ ਆ ਗਈ ਮੈਂ ਪਿੱਛੋਂ ਹਵੇਲੀ ਚੋਂ ਬੱਕਰਾ ਫੜ ਕੇ ਲਿਆਈ ਮੈਂ ਬੱਕਰੇ ਨੂੰ ਫੜਾਂ ਬੱਕਰਾ ਮੇਰੇ ਹੱਥ ਚੋਂ ਨਿਕਲ ਨਿਕਲ ਜਾਵੇ ਨਿਕਲ ਨਿਕਲ ਜਾਵੇ ਮੈਂ ਵੀ ਫੜ ਕੇ ਝੜਕਾਤਾ ਫੇਰ ਕੀ ਬਸ ਇੱਕਦਮ ਤਾਜ਼ਾ ਤਾਜ਼ਾ ਮਟਨ ਬੁੜਾ ਕੇ ਵਰਤਾਤਾ ਫੇਰੇ ਮੈਂ ਹੱਸ ਹੱਸ ਕੇ ਕਮਲੀ ਹੋ ਗਈ ਜਦ ਮੈਂ ਵੇਖਿਆ ਬੱਕਰਾ ਸਾਡੀ ਹਵੇਲੀ ਚ ਤੁਰਦਾ ਫਿਰ ਤੂੰ ਕੁੱਤਾ ਸਾਡਾ ਗਾਇਬ ਸ਼ਰਾਬ ਕਰੀ ਹੋਈ ਸੀ ਨਾ ਪਰ ਤੂੰ ਜੋ ਪ੍ਰਾਹੁਣਿਆਂ ਨਾਲ ਕੀਤਾ ਹੈ ਨਾ ਉਹਨੂੰ ਕਹਿੰਦੇ ਆ ਕੁੱਤੇ ਖਾਣੀ ਸਾਡੀ ਬਸ ਨਿਕਲ ਜਾਣੀ ਮੈਂ ਤਾਂ ਚਲਦੀ ਆ ਪਰ ਤੂੰ ਬਾਅਦ ਚ ਆ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭੈਣ ਜੀ ਤੀਜੀ ਮੈਨੂੰ ਵੀ ਨਾਲ ਲੈ ਜਾ ਲੈ ਜਾ ਭੈਣ ਜੀ ਜਵਾਬ ਤਾਂ ਦਿੰਦੇ ਜਾਂਦੇ ਬਸ ਜਵਾਬ ਹੀ ਸਮਝੋ ਉਹ ਕੁੜੀ ਵਿਚਾਰੀ ਤਾਂ ਰਾਤ ਨੂੰ ਕਛੂਆ ਛਾਪ ਨਹੀਂ ਬਾਲਦੀ ਕਿ ਕਿਤੇ ਕੋਈ ਮੱਛਰ ਨਾ ਮਰ ਜਾਵੇ ਤੇ ਅਸੀਂ ਉਸ ਤੋਂ ਕੁੱਤੇ ਬੱਕਰੇ ਮੁਰਗੇ ਸਭ ਢਾ ਲੇ ਬਸ ਹੁਣ ਆਪਾਂ ਨੂੰ ਨਾ ਇੱਕ ਵਾਹ ਯਾਦ ਜਿਹਾ ਮੁੰਡਾ ਚਾਹੀਦਾ ਜੋ ਚੰਗੀ ਤਰ੍ਹਾਂ ਜ਼ਲਾਲਤ ਖਲਾਰੇ ਮੇਰੇ ਘਰ ਦਿਆਂ ਸਾਹਮਣੇ ਹੋਰ ਵਾਲਾ ਹੀ ਕੁਝ ਨਹੀਂ ਜੀ ਸਮਝੋ ਹੋ ਗਿਆ ਹਾਂਜੀ ਕੀ ਬਾਤ ਹੈ ਬਲੀ ਸਾਹਿਬ ਹਾਂਜੀ ਮਮਾ ਜੀ ਆ ਜਾ ਮੇਰੇ ਸ਼ੇਰ ਹਾਂਜੀ ਹੈਲੋ ਜੀ ਕਾਕਾ ਇੱਕ ਕੰਮ ਕਰੇਗਾ ਕਰਾਂਗੇ ਮਾਮਾ ਜੀ ਮਿਹਨਤ ਤੋਂ ਤਾਂ ਆਪਾਂ ਭੋਰਾ ਨਹੀਂ ਡਰਦੇ ਸ਼ਾਬਾਸ਼ ਇਹਨਾਂ ਦੇ ਘਰ ਮੁੰਡਾ ਬਣ ਕੇ ਜਾਣਾ ਕਮਾਲ ਦੀ ਗੱਲ ਆ ਉਹ ਮੇਰੇ ਝਾਂਜਰਾਂ ਪਾਈਆਂ ਦੇਖ ਲਈਆਂ ਮੈਂ ਤਾਂ ਪਹਿਲੇ ਹੀ ਮੁੰਡਾ
ਉਹ ਨਹੀਂ ਉਹ ਗੱਲ ਨਹੀਂ ਹੈ ਇਹਦੀ ਭੈਣ ਲਈ ਰਿਸ਼ਤਾ ਆ ਰਿਹਾ ਪਰ ਉਹ ਮੁੰਡਾ ਕਰੈਕਟਰਲੈਸ ਹੈ ਪਰ ਇਹਦੇ ਘਰ ਵਾਲੇ ਅੜੇ ਹੋਏ ਹੈ ਉੱਥੇ ਹੀ ਰਿਸ਼ਤਾ ਕਰਨਾ ਸਮਝ ਗਿਆ ਜਿਹੜੇ ਕਿ ਮੁੰਡੇ ਦਾ ਖੜਕੈਂਤਾ ਲਾਉਣਾ ਉਹ ਪਾ ਦਿਆਂਗੇ 6 ਮਹੀਨੇ ਲਈ ਬੈਡ ਤੇ ਮਾਮਾ ਜੀ ਮੈਂ ਬੈਠਾ ਟੈਨਸ਼ਨ ਨਾ ਲਓ ਉਹ ਤੂੰ ਆਪਣੇ ਪਿਓ ਦੀ ਚੈਰਿਟੀ ਚੋਂ ਬਾਹਰ ਨਿਕਲ ਅੱਛਾ ਜੀ ਤੂੰ ਉਸ ਮੁੰਡੇ ਦੀ ਥਾਂ ਸਾਡੇ ਨਾਲ ਜਾ ਕੇ ਬੈਡ ਇੰਪ੍ਰੈਸ਼ਨ ਪਾਉਣਾ ਹੈ ਠੀਕ ਕਹਿੰਦੇ ਸੀ ਬਾਪੂ ਜੀ ਜਿਹ ਜਿਹਾ ਭੰਡ ਤੇਰਾ ਮਾਮਾ ਆਪ ਹੈ ਉਹ ਜਿਹਾ ਭੰਡ ਤੈਨੂੰ ਬਣਾ ਦੂਗਾ ਯਾਰ ਬੱਲੀ ਸਾਹਿਬ ਇਹ ਮੁੰਡਾ ਬੈਡ ਇੰਪ੍ਰੈਸ਼ਨ ਪਾ ਲੂਗਾ ਉਹ ਇਹਦਾ ਤਾਂ ਪੈਂਦਾ ਹੀ ਬੈਡ ਇੰਪ੍ਰੈਸ਼ਨ ਹੈ ਕਿਉਂ ਮੇਰੇ ਗੱਲ ਕਰਦੇ ਦੇ ਮੂੰਹ ਚੋਂ ਲਾਲਾਂ ਦਿਖਦੀਆਂ ਨੇ ਜਾਂ ਮੈਂ ਹਕਲਾ ਕੇ ਬੋਲਦਾ ਵਾਂ ਸੁਣਦੇ ਹੋ ਮੈਥੋਂ ਵੈਰੀ ਗੁੱਡ ਬਸ ਇਦਾਂ ਹੀ ਟੁੱਟ ਟੁੱਟ ਕੇ ਪਈ ਮੇਰੇ ਘਰਦਿਆਂ ਨੂੰ ਮੇਰੇ ਘਰਦਿਆਂ ਦੇ ਤਾਂ ਡੇਲੇ ਬਾਹਰ ਆ ਜਾਣੇ ਹੋਰ ਦੱਸੋ ਬੇਟਾ ਜੀ ਰੁਚੀ ਕੀ ਹੈ ਆਪਣੀ ਹੁਣ ਰੁਚੀ ਕਾਹਦੀ ਆਪਣੀ ਜੀ ਉਹ ਤਾਂ ਸਾਲੀ ਬੀਏ ਚ ਛੱਡ ਦਿੱਤੀ ਸੀ ਜੀ ਐਕਚੁਅਲੀ ਨਾ ਜੀ ਬਾਹਲੀ ਜਗ੍ਹਾ ਹੀ ਪੇਚੇ ਪਾਏ ਹੋਏ ਸੀ ਜੀ ਰੁਚੀ ਸ਼ਰਮਾ ਨੇ ਤਾਂ ਓਹੋ ਪਾਣੀ ਤਾਂ ਪੀ ਲੈਣ ਦੇ ਮੁੰਡੇ ਨੂੰ ਉਹ ਮੈਂ ਮੁੰਡੇ ਦੇ ਅੱਗੋਂ ਪਾਣੀ ਚੁੱਕ ਲਿਆ ਗੱਲ ਕਰਾਂਗੇ ਤਾਂ ਗੱਲ ਖੁੱਲੇਗੀ ਨਾ ਅੱਛਾ ਪੁੱਤਰ ਜੀ ਕਵਿਤਾ ਨੂੰ ਕਿੰਨਾ ਗੁਲਾਈ ਕਰਦੇ ਹੋ ਤੁਸੀਂ ਕਵਿਤਾ ਓਹੋ ਅੱਛਾ ਅੱਛਾ ਉਹ ਬਾਲ ਕਿਸ਼ਨ ਦੀ ਕੁੜੀ ਦੀ ਗੱਲ ਕਰਦੇ ਆ ਉਹ ਜੀ ਲੋਕ ਤਾਂ ਐਵੇਂ ਗੱਲਾਂ ਬਣਾ ਦਿੰਦੇ ਆ ਇਹ ਤਾਂ ਮੁਸ਼ਕਿਲ ਨਾਲ ਦੋ ਤਿੰਨ ਵਾਰੀ ਮਿਲਿਆ ਹੋਊ ਬਸ ਤੁਸੀਂ ਦਵਾਈ ਖਾ ਕੇ ਸੌਂ ਜਾਓ ਥੋੜੀ ਦੇਰ ਅੱਛਾ ਉਪਰ ਮੈਂ ਆਪਾਂ ਨੂੰ ਕੁੜੀ ਪਸੰਦ ਆ ਪਰ ਕੁੜੀ ਤੇ ਤੁਸੀਂ ਅਜੇ ਦੇਖੀ ਨਹੀਂ ਓ ਜੀ ਇਹ ਤਾਂ ਸ਼ਹਿਰ ਦੀ ਹਰ ਆਂਦੀ ਜਾਂਦੀ ਕੁੜੀ ਨੂੰ ਦੇਖਦਾ ਮੇਰਾ ਸ਼ੇਰ ਹਾਂਜੀ ਉਹਨਾਂ ਚੋਂ ਕੋਈ ਕਹੂ ਹਾਂਜੀ ਸਮਝਾ ਦੇਖ ਲਈ ਜੀ ਕਾਲੀ ਚਲਾਨ ਤੇਰੀਆਂ ਸੱਤ ਪੁਸ਼ਤਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ ਦਫਾ ਹੋ ਜਾ ਦਫਾ ਹੋ ਜਾ ਦਫਾ ਹੋ ਜਾ ਬਹਿ ਜਾ ਪੁੱਤ ਬਹਿ ਜਾ ਦਫਾ ਹੋ ਜੂ ਕੀ ਗੱਲ ਹੋ ਗਈ ਕਾਕਾ ਜੀ ਹਾਂ ਕਾਕਾ ਬਗਾਨੀ ਥਾਂ ਆਏ ਆ ਇੱਥੇ ਤੇ ਸਾਡਾ ਜਲੂਸ ਨਾ ਕੱਢ ਤੂੰ ਸਾਲਿਆ ਕਦੇ ਤੱਕ ਖੜਾ ਛੱਡਿਆ ਕਰ ਤੂੰ ਕਿਨੀ ਦਾ ਚਲ ਦਫਾਓ ਕੀ ਹੋ ਗਿਆ ਭੈਣ ਜੀ ਭੈਣ ਜੀ ਪਿਛਲੇ 4 ਸਾਲ ਤੋਂ ਪਤਾ ਨਹੀਂ ਕਿਹੜਾ ਕਾਲੀ ਚਰਨ ਹੈ ਹਵਾ ਚਦੇ ਨਾਲ ਪੰਗੇ ਲੈਂਦਾ ਰਹਿੰਦਾ ਵਿਚਾਰੇ ਨਾਲ ਇਹ ਮਤਲਬ ਕਾਲੀ ਚਰਨ ਸਿਰਫ ਇਹਨਾਂ ਨੂੰ ਦਿਸਦਾ ਕਿ ਤੁਹਾਨੂੰ ਵੀ ਕਦੇ ਦਰਸ਼ਨ ਹੋਏ ਮੈਨੂੰ ਨਾ ਇਹਨੂੰ ਹੀ ਦਿਸਦਾ ਹੈ ਬੇਟਾ ਸਾਨੂੰ ਤੇ ਬਸ ਕਦੇ ਕਦੇ ਹਵਾ 'ਚ ਕਾਲਾ ਕਾਲਾ ਗੋਲਾ ਹੀ ਦਿਸਦਾ ਹੈ ਹੋੜਾ ਹੋੜਾ ਸਾਲਾ ਮੇਰਾ ਉਹ ਬੇਟਾ ਜੀ ਡਿੱਗ ਪਾਗੇ ਸੋਫੇ ਤੋਂ ਬਿਠਾਓ ਜੀ ਇਹਦਾ ਕੰਟਰੋਲ ਨਹੀਂ ਰਹਿੰਦਾ ਜੀ ਇਹ ਤਾਂ 2-3 ਵਾਰੀ ਪੱਖੇ 'ਚ ਹੱਥ ਦੇ ਚੁੱਕਿਆ ਪੱਖੇ 'ਚ ਪਰ ਇਹ ਕਾਲੀ ਚਰਨ ਦਾ ਕੀ ਚੱਕਰ ਹੈ ਕਾਲੀ ਚਰਨ ਅੰਕਲ ਕਿਹੜੇ ਕਾਲੀ ਚਰਨ ਜੀ ਆ ਸੁਣ ਲਓ ਜਿਹੜਾ ਉਹਨੇ ਉੱਪਰ ਆਇਆ ਸੀ ਮੈਂ ਤਾਂ ਜਦੋਂ ਦਾ ਇੱਥੇ ਬੈਠਾ ਜੀ ਮੈਨੂੰ ਕੀ ਪਤਾ ਤੁਹਾਡੇ ਉੱਪਰ ਕੌਣ ਆਉਂਦਾ ਤੇ ਕੌਣ ਜਾਂਦਾ ਹਾਂਜੀ ਤੂੰ ਹੁਣ ਦੁਬਾਰਾ ਮਰੇ ਕਿਉਂ ਮੇਰੇ ਹੱਥੋਂ ਬੈ ਜਾ ਕੱਕਾ ਬੈ ਜਾ ਭਾਈ ਸਾਹਿਬ ਕਾਲੀ ਚਰਨ ਦੁਬਾਰਾ ਪ੍ਰਗਟ ਹੋਏ ਸੀ ਕੌਣ ਨੇ ਜੀ ਇਹ ਕਾਲੀ ਚਰਨ ਜੀ ਸ਼ੁਕਰ ਕਰੋ ਕਾਕਾ ਜੀ ਕਾਲੀ ਚਰਨ ਜੀ ਛੇਤੀ ਚਲੇ ਗਏ ਨਹੀਂ ਤਾਂ ਤੁਸੀਂ ਤਾਂ ਫੇਰ ਪੱਖੇ ਛਾ ਦੇਣ ਲੱਗੇ ਸੀ ਤੁਸੀਂ ਪੱਖਾ ਹੀ ਬੰਦ ਕਰ ਦਿਓ ਕਾਲੀ ਚਰਨ ਨੇ ਤਾਂ ਆਉਂਦੇ ਜਾਂਦੇ ਰਹਿਣਾ ਫੇਰ ਟੰਟਾ ਪੈ ਜੂ ਮੈਂ ਕਹਿੰਦੀ ਹਾਂ ਕੁੜੀ ਨੂੰ ਬੁਲਾ ਹੀ ਲੈਨੇ ਆਪਾਂ ਨਹੀਂ ਨਹੀਂ ਉਹ ਤਾਂ ਤਿਆਰ ਹੀ ਨਹੀਂ ਹੋਈ ਹੋਣੀ ਹਲੇ ਉਹ ਤਾਂ ਜੀ ਹਲੇ ਸੌ ਕੇ ਨਹੀਂ ਉੱਠੀ ਹੋਣੀ ਆਜ ਲਓ ਜੀ ਪ੍ਰੀਤਾ ਆ ਹੀ ਗਈ ਲੈ ਬਈ ਮਨਿੰਦਰ ਦੇਖ ਲੈ ਕੁੜੀ ਉਹ ਸਾਲੇ ਕਾਲੀ ਚਰਨ ਦਾ ਪਤਾ ਨਹੀਂ ਕਦੋਂ ਆ ਜਾਵੇ ਕਾਲੀ ਚਰਨ ਹੁਣ ਨਹੀਂ ਆਉਂਦਾ ਜੀ ਕਾਲੀ ਚਰਨ ਇਹੋ ਜਿਹੀਆਂ ਚੀਜ਼ਾਂ ਭਲਾ ਦੱਸ ਕੇ ਆਉਂਦੀਆਂ ਹੁੰਦੀਆਂ ਕਦੋਂ ਉਹਨੇ ਆ ਜਾਣਾ ਕੀ ਪਤਾ ਹੁਣ ਤਾਂ ਔਖਾ ਹੀ ਆਊਗਾ ਜੀ ਮਨਿੰਦਰ ਐਨੀ ਗੌਰ ਨਾਲ ਨਹੀਂ ਦੇਖੀਦਾ ਐਵੇਂ ਕੋਈ ਨੁਕਸ ਹੀ ਦਿਸ ਪੈਂਦਾ ਹੁਣ ਤਾਂ ਸਾਰੇ ਨੁਕਸ ਦੂਰ ਹੋ ਗਏ ਲੱਗਦੇ ਆ ਆ ਉੱਪਰ ਕੁਝ ਹੈ ਕਿ ਮੈਨੂੰ ਭਲੇਖਾ ਜਿਹਾ ਪਈ ਜਾਂਦਾ ਹਾਂ ਉੱਪਰ ਤਾਂ ਹੁਣ ਮਾਮਾ ਪੱਖਾ ਹੀ ਆ ਨਹੀਂ ਉਹ ਫੇਰ ਵੀ ਜ਼ਰਾ ਗੌਰ ਨਾਲ ਵੇਖ ਲਓ ਕਿਤੇ ਉਹ ਕਾਲੀ ਚਰਨ ਆਇਆ ਹੋਵੇ ਉੱਤੇ ਆਉਂਦੀਆਂ ਤਾਂ ਉਹ ਚੀਜ਼ਾਂ ਨੇ ਬਾਈ ਜੀ ਜਿਹੜੀਆਂ ਹੋਣ ਸਾਫ਼ ਸਾਫ਼ ਗੱਲ ਕਰੋ ਕਾਕਾ ਜੀ ਇਹ ਤਾਂ ਅੱਗੇ ਠੀਕ ਨਹੀਂ ਰਹਿੰਦੇ ਮੈਂ ਦੱਸਦਾ ਜੀ ਸਾਰੀ ਗੱਲ ਸਾਫ਼ ਸਾਫ਼ ਦੇਖੀ ਸਾਫ਼ ਕਰਨ ਲੱਗਾ ਕਿਤੇ ਗੰਦ ਹੀ ਨਾ ਪਾ ਦੇਈਂ ਵੀਰ ਅਖਬਾਰ 'ਚ ਪੜ੍ਹ ਕੇ ਜੀ ਅਸੀਂ ਕੁੜੀ ਦੇਖਣ ਤਾਂ ਆ ਗਏ ਪਰ ਤੁਹਾਡੀ ਅਮੀਰੀ ਦੇਖ ਕੇ ਸਾਨੂੰ ਲੱਗਿਆ ਕਿ ਸਾਡੀ ਹੈਸੀਅਤ ਤੁਹਾਡੇ ਅੱਗੇ ਬੜੀ ਛੋਟੀ ਹੈ ਅਸੀਂ ਐਡੇ ਵੱਡੇ ਘਰ ਨਾਲ ਮੱਥਾ ਨਹੀਂ ਲਾ ਸਕਦੇ ਤੇ ਅਸੀਂ ਆਉਂਦਿਆਂ ਨੇ ਇਹ ਪਲੈਨਿੰਗ ਕੀਤੀ ਕਿ ਇਸ ਰਿਸ਼ਤੇ ਦੇ ਲਈ ਅਸੀਂ ਤੁਹਾਡੇ ਤੋਂ ਹੀ ਨਾਂਹ ਕਰਵਾ ਦੇਣੀਆਂ ਸੱਚਾਈ ਤਾਂ ਇਹ ਆ ਕਿ ਮੈਂ ਤਾਂ ਕਦੇ ਕਾਲੀ ਚਰਨ ਨੂੰ ਦੇਖਿਆ ਵੀ ਨਹੀਂ ਤੇ ਨਾ ਹੀ ਮੇਰਾ ਇਹ ਹੱਥ ਕਦੇ ਪੱਖੇ 'ਚ ਆਇਆ ਮੰਮੀ ਜੀ ਡੈਡੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਇਹਨਾਂ ਦੀ ਸ਼ਰੀਫੀ ਸਾਦਗੀ ਲੜਕੀ ਦੀ ਮਾਸੂਮੀਅਤ ਤੇ ਭਾਈ ਸਾਹਿਬ ਉਹਨਾਂ ਦਾ ਭੋਲਾਪਣ ਦੇਖ ਕੇ ਇਹ ਝੂਠ ਦਾ ਹੋਰ ਡਰਾਮਾ ਨਹੀਂ ਕਰ ਸਕਦਾ ਇਹੀ ਸੱਚਾਈ ਹੈ ਹੁਣ ਤੁਸੀਂ ਭਾਵੇਂ ਇਸ ਰਿਸ਼ਤੇ ਲਈ ਹਾਂ ਕਰੋ ਤੇ ਭਾਵੇਂ ਨਾ ਬੇਟਾ ਜੀ ਖੜੇ ਹੋਵੋ ਇੱਧਰ ਆਓ ਮੇਰੇ ਕੋਲ ਅਰਜ਼ ਕੀਤਾ ਪੁੱਤਰ ਜੀ
ਇੰਨਾ ਸੱਚ, ਇੰਨੀ ਸ਼ਰਾਫਤ, ਇੰਨੀ ਸਾਫ ਗੋਈ, ਏਦਾਂ ਦਾ ਪੁੱਤਰ ਤੇ ਵਿਰਲਾ ਹੀ ਜੰਮਦਾ ਕੋਈ। ਕੀ ਡਰਾਮਾ ਹੋ ਰਿਹਾ ਯਾਰ ਵੈਸੇ, ਹੈਂ? ਸਾਨੂੰ ਕੀ ਪਤਾ ਯਾਰ, ਪਹਿਲਾਂ ਝੂਠ ਸੀਗਾ ਕਿ ਹੁਣ ਝੂਠ ਹੈ। ਸ਼ਾਂਤ ਰਹਿ ਪੁੱਤਰ, ਅਸੀਂ ਉਮਰ ਖਾਧੀ ਹੈ। ਮੈਂ ਇਸ ਮੁੰਡੇ ਦੀਆਂ ਅੱਖਾਂ ਦੇਖ ਕੇ ਦੱਸ ਸਕਦੀ ਹਾਂ ਕਿ ਹੁਣ ਸੱਚ ਬੋਲ ਰਿਹਾ। ਓਏ ਮਨਿੰਦਰ, ਇਹ ਕੀ ਪਾਗਲਪਨ ਕਰ ਰਹੇ ਹਾਂ? ਹਾਂ, ਜੇ ਸੱਚ ਤੇ ਪਹਿਰਾ ਦੇਣਾ ਪਾਗਲਪਨ ਹੈ ਤੇ ਮੈਂ ਪਾਗਲ ਹਾਂ। ਜੇ ਕਿਸੇ ਨੂੰ ਸਹੀ ਗੱਲ ਦੱਸਣਾ ਪਾਗਲਪਨ ਹੈ ਤਾਂ ਮੈਂ ਪਾਗਲ ਹਾਂ। ਹਾਂ ਮੈਂ ਪਾਗਲ, ਹਾਂ ਮੈਂ ਪਾਗਲ, ਹਾਂ। ਏਦਾਂ ਨਾ ਬੋਲੋ ਜੀਜਾ ਜੀ। ਉਹ ਪੁੱਤਰ ਤੂੰ ਘਬਰਾ ਨਾ, ਸਾਡੀ ਅਮੀਰੀ ਵੀ ਸਿਰਫ ਵਿਖਾਵੇ ਦੀ ਹੈ। ਕੋਠੀ ਸਾਡੀ ਬੈਂਕ ਕੋਲ ਪਲੈਜ ਹੋਈ ਪਈ ਹੈ, ਗੱਡੀਆਂ ਸਾਡੀਆਂ ਕਿਸ਼ਤਾਂ ਤੇ ਨੇ, ਤੇ ਕਮੇਟੀ ਚੁੱਕੇ ਤਾਂ ਪਿਛਲੇ ਮਹੀਨੇ ਸਾਰੇ ਜਣੇ ਅਸੀਂ ਮਨੀ ਕਰਨ ਹੋ ਕੇ ਆਏ ਆ। ਸਾਨੂੰ ਤਾਂ ਰਿਸ਼ਤਾ ਮਨਜ਼ੂਰ ਹੈ ਜੀ, ਤੂੰ ਕੀ ਕਹਿਨੀ ਹੈ ਪੁੱਤਰ? ਲਓ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਉਹ ਭਾਈ ਸਾਹਿਬ, ਬਹੁਤਾ ਸੋਚੋ ਨਾ, ਚਲੋ ਜੱਫੀ ਪਾਓ ਜਾ ਕੇ। ਓ ਬੇਟਾ, ਜੱਫੀ ਪਾਓ। ਹਲੋ, ਗੱਲ ਸੁਣ। ਓਏ ਹੈਲੋ। ਓ ਯਾਰ ਇੱਕ ਮਿੰਟ, ਮਾਮਾ ਜੀ ਆ ਫੇਸਬੁੱਕ ਦੇ ਉੱਤੇ ਫਰੈਂਡ ਰਿਕੁਐਸਟ ਕਿਵੇਂ ਭੇਜੀ ਦੀ ਆ? ਕਿਹਨੂੰ ਭੇਜਣੀ ਹੈ? ਇਹਦੀ ਭੈਣ ਨੂੰ ਭੇਜਣੀ ਜੀ। ਤੇਰੀ ਭੈਣ ਨੂੰ? ਅਜੇ ਮੇਰੀ ਭੈਣ ਨੂੰ ਫਰੈਂਡ ਰਿਕੁਐਸਟ ਭੇਜੀ? ਤੈਨੂੰ ਮੈਂ ਦੱਸਾਂ, ਤੇਰੇ ਇੰਟਰਨੈਟ ਦੀਆਂ ਤਾਰਾਂ ਪੜ ਦੇਣੀਆਂ ਮੈਂ। ਓ ਨਹੀਂ ਨਹੀਂ ਵੀਰੇ, ਕੱਲੀ ਤੇਰੀ ਭੈਣ ਨੂੰ ਥੋੜੀ ਭੇਜਣੀ ਆ, ਆਪਾਂ ਤੁਹਾਡੀਆਂ ਦੋਨੇ ਘਰ ਵਾਲੀਆਂ ਨੂੰ ਵੀ ਭੇਜ ਦੇਣੀਆਂ। ਆਪਾਂ ਨੇ ਇੱਕ ਫੈਮਿਲੀ ਦਾ ਗਰੁੱਪ ਬਣਾ ਲੈਣਾ ਵਾ, ਪਤਾ ਲੱਗਣਾ ਚਾਹੀਦਾ ਸਭ ਨੂੰ ਬਈ ਕਿਹਦੀਆਂ ਕਿੰਨੀਆਂ ਘਰ ਵਾਲੀਆਂ, ਕੀ ਕੀ ਹੈ ਤੇ ਕੀ ਕੀ ਹੈ, ਕੀ 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 ਹੈ, ਕੀ ਕੀ ਹੈ। ਹੱਥ ਹੁੰਦੀ ਹੈ ਯਾਰ ਬੱਲੀ ਸਾਹਿਬ ਕਿਸੇ ਗੱਲ ਦੀ? ਅੱਗੇ ਅੱਤਵਾਦੀ ਇੰਟਰਨੈਟ ਤੇ ਧਮਕੀਆਂ ਦਿੰਦੇ ਹੁੰਦੇ ਸੀ, ਹੁਣ ਆ ਸੜਕ ਛਾਪ ਗੁੰਡੇ ਵੀ ਧਮਕੀਆਂ ਦੇਣ ਲੱਗ ਪਏ ਯਾਰ। ਉਹ ਬੱਲੀ ਭਾਜੀ ਸਮਝਾਓ ਇਹਨੂੰ ਯਾਰ, ਮੇਰੀ ਭੈਣ ਹੈ ਯਾਰ ਉਹ। ਨਾ ਜੇ ਤੇਰੀ ਭੈਣ ਆ ਤਾਂ ਘਰੇ ਬਿਠਾਉਣੀ ਆ, ਕਿਤੇ ਵਿਆਹਣੀ ਨਹੀਂ। ਵਿਆਹਣੀ ਹੈ ਪਰ ਤੇਰੇ ਵਰਗੇ ਨਾਲ ਨਹੀਂ ਵਿਆਹਣੀ। ਕੀ ਗੱਲ, ਮੈਂ ਧੂਆ ਮਾਰਦਾ ਵਾਂ ਜਿਹੜੇ ਤੇਰੀ ਭੈਣ ਨੂੰ ਕਾਲੀ ਕਰ ਦੂੰ? ਓਏ ਅਸੀਂ ਖਾਨਦਾਨੀ ਬੰਦੇ ਆ, ਹੈ ਅਸੀਂ ਤਾਂ ਸੜਕਾਂ ਤੋਂ ਕਾਗਜ਼ ਚੱਕਦੇ ਆ। ਤੂੰ ਬਦਮਾਸ਼ਾਂ ਦੇ ਘਰੋਂ ਹੈ ਬਦਮਾਸ਼ਾ? ਨਾ ਨਾ, ਮੈਂ ਤਾਂ ਐ ਕਿਹਾ ਸੀ ਬਈ ਤੇਰਾ ਪਿਓ ਬਹੁਤ ਸਮਝਦਾਰ ਬਦਮਾਸ਼। ਦੇਖੋ ਮਾਮਾ ਜੀ, ਇਹਦੀ ਭੈਣ ਨਾਲ ਮੇਰਾ ਵਿਆਹ ਤਾਂ ਤੁਸੀਂ ਉਹ ਕਰਾਉਣਾ, ਹੁਣ ਤੁਹਾਡੀ ਮਰਜ਼ੀ ਆ। ਤੁਸੀਂ ਮਿਲਣੀ ਵਾਲੇ ਕੰਬਲ ਲੈ ਕੇ ਕਰਾਉਣਾ ਜਾਂ ਆਪਣੇ ਉੱਤੇ ਕੰਬਲ ਪਵਾ ਕੇ ਆਪਣੀ ਕੰਬਲ ਕੁੱਟ ਕਰਾ ਕੇ ਕਰਾਉਣਾ। ਦੇਖ ਵੀਰ, ਜੇ ਮੈਂ ਬਦਮਾਸ਼ ਹੀ ਬਣਨਾ ਹੁੰਦਾ ਨਾ, ਮੈਂ ਆਪਣੇ ਪਿਓ ਦਾ ਘਰ ਛੱਡ ਕੇ ਨਾ ਇੱਥੇ ਮਾਮਾ ਜੀ ਕੋਲੇ ਕੰਮ ਲੱਭਣ ਆਉਂਦਾ। ਪ੍ਰੀਤ ਤਾਂ ਮੈਨੂੰ ਪਹਿਲੀ ਨਜ਼ਰੇ ਚੰਗੀ ਲੱਗੀ, ਮੈਨੂੰ ਲੱਗਦਾ ਮੈਂ ਵੀ ਪ੍ਰੀਤ ਨੂੰ ਚੰਗਾ ਲੱਗਿਆ ਤੇ ਮੈਂ ਉਹਨੂੰ ਖਾਨਦਾਨੀ ਲੋਕਾਂ ਕੋਲ ਵਿਆਹ ਕੇ ਲਿਆਉਣਾ ਚਾਹੁੰਦਾ। ਚਲੋ, ਮੈਂ ਆਪਣੀ ਭੈਣ ਵਾਸਤੇ ਕਿਸੇ ਚੰਗੇ ਮੁੰਡੇ ਦੇ ਸੁਪਨੇ ਵੇਖੇ ਹੋਏ ਆ। ਵੀ ਇਹ ਸੁਪਨੇ ਬਹੁਤੇ ਕਲੀਅਰ ਨਹੀਂ ਹੁੰਦੇ, ਲਾਈਟਿੰਗ ਨਹੀਂ ਨਾ ਹੁੰਦੀ। ਮੈਨੂੰ ਲੱਗਦਾ ਜਿਹੜਾ ਮੁੰਡਾ ਤੇ ਸੁਪਨੇ 'ਚ ਦੇਖਿਆ ਉਹ ਮੈਂ ਹੀ ਆ। ਹੁਣ ਆਪਣੀ ਭੈਣ ਨੂੰ ਜਾ ਕੇ ਸਮਝਾ ਵੀ ਫੇਸਬੁੱਕ ਚੈੱਕ ਕਰੇ, ਮੈਂ ਉਹਨੂੰ ਫਰੈਂਡ ਰਿਕੁਐਸਟ ਭੇਜ ਰਿਹਾ। ਆਪਣੀ ਭੈਣ ਦੇ ਕੰਪਿਊਟਰ 'ਚ ਭਾਵੇਂ ਕੋਲੋਂ ਨਾ ਵਾਇਰਸ ਪਾਣਾ ਪਵੇ, ਮੈਨੂੰ ਤੇਰੀ ਫਰੈਂਡ ਰਿਕੁਐਸਟ ਨਹੀਂ ਐਕਸੈਪਟ ਹੋਣ ਦਿੰਦਾ ਮੈਂ। ਸਿਆਣਾ ਬਣ ਮੇਰੇ ਵੀਰ, ਆਪਣੀ ਭੈਣ ਨੂੰ ਕਹਿ ਵੀ ਮੇਰੀ ਫਰੈਂਡ ਰਿਕੁਐਸਟ ਐਕਸੈਪਟ ਕਰ ਲੈ, ਨਹੀਂ ਤਾਂ ਉਹਨੂੰ ਕਾਫੀ ਕੁਝ ਐਕਸੈਪਟ ਕਰਨਾ ਪੈ ਜਾਣਾ। ਬੇਟਾ ਜੀ, ਆ ਗੁਲਾਬ ਜਾਮਣ ਤਾਂ ਓਵੇਂ ਦੇ ਓਵੇਂ ਪਏ ਆ। ਓ ਮੰਮੀ ਜੀ, ਜਦੋਂ ਤੁਸੀਂ ਆਪਣੇ ਬਾਗ ਦਾ ਗੁਲਾਬ ਮੇਰੀ ਝੋਲੀ 'ਚ ਪਾਤਾ, ਆ ਜਾਮਣ ਜੁਮਣ 'ਚ ਕੀ ਰੱਖਿਆ ਜੀ? ਸਾਰਾ ਡਰਾਮੇ ਬਾਜ਼। ਅਸੀਂ ਤਾਂ ਦੇਖੋ ਜੀ ਪਿਆਰ ਦੇ ਭੁੱਖੇ ਆ, ਨਾਲੇ ਜਾਮਣ ਦਾ ਕੀ ਹੈ ਜੀ, ਇਹ ਤਾਂ ਮਾਰਕੀਟ ਦੇ ਵਿੱਚੋਂ 5 ਰੁਪਏ ਦਾ ਮਿਲ ਜਾਂਦਾ। ਅਰੇ ਜਦੋਂ ਕਾਕਾ ਕਿਤੇ ਤੂੰ ਮੁੱਲ ਲੈ ਕੇ ਖਾਧਾ ਹੋਣਾ ਉਦੋਂ 5 ਦਾ ਸੀਗਾ, ਹੁਣ 10 ਦਾ ਹੋ ਗਿਆ। ਵੈਸੇ ਲਾ ਲਓ ਜੁਹਾਰਾ ਕਾਕਾ ਜੀ ਨੂੰ, ਗੁਲਾਬ ਜਾਮਣ ਦਾ ਰੇਟ ਨਹੀਂ ਪਤਾ। ਉਹ ਬਾਈ ਜੀ, ਕਬੀਲਦਾਰੀ 'ਚ ਪੈਣ ਲਈ ਆਟੇ ਦਾਲ ਦਾ ਭਾਅ ਪਤਾ ਹੋਣਾ ਚਾਹੀਦਾ, ਆ ਜਾਮਣ ਤਾਂ ਲਗਜ਼ਰੀ ਆਈਟਮਾਂ ਜੀ। ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਹਾਂਜੀ, ਗੱਲ ਤਾਂ ਸਿਆਣੀ ਹੈ। ਕੀ ਸਿਆਣੀ ਗੱਲ, ਜਨਰਲ ਨੌਲੇਜ ਵੀ ਕੋਈ ਚੀਜ਼ ਹੁੰਦੀ ਹੈ। ਲਓ ਜੀ, ਤੁਸੀਂ ਮੈਨੂੰ ਕੁੜੀ ਦੇਣੀ ਹੈ ਕਿ ਡਿਗਰੀ ਦੇਣੀ ਹੈ ਜੀ? ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਹਾਂਜੀ, ਗੱਲ ਤਾਂ ਸਿਆਣੀ ਹੈ। ਲਓ ਜੀ, ਪ੍ਰੀਤ ਆ ਗਈ ਚਾਹ ਲੈ ਕੇ। ਹੈਲੋ, ਆ ਖਾਨਦਾਨੀ ਘਰਾਂ ਦੀਆਂ ਕੁੜੀਆਂ ਤਾਂ ਵਿੱਚ ਆ ਕੇ ਨਹੀਂ ਪੈਂਦੀਆਂ ਹੁੰਦੀਆਂ? ਕੋਈ ਨਹੀਂ ਵੀਰ ਜੀ, ਮੈਂ ਸਾਈਡ ਤੇ ਬਹਿ ਜਾਂਦੀ ਹਾਂ। ਓ ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਵਿੱਚ ਆ ਕੇ ਨਹੀਂ ਪੈਂਦੀਆਂ ਹੁੰਦੀਆਂ। ਓ ਬੇਟਾ ਜੀ, ਅਸੀਂ ਸਾਰੇ ਚੱਲਦੇ ਆ, ਇਹਨਾਂ ਦੋਵਾਂ ਨੂੰ ਬਹਿ ਕੇ ਗੱਲਾਂ ਕਰਨ ਦਿਓ। ਗੱਲ ਤਾਂ ਸਿਆਣੀ ਹੈ ਡੈਡੀ ਜੀ ਦੀ। ਕੀ ਗੱਲਾਂ ਕਰਨੀਆਂ, ਹੈ ਹੋ ਗਈਆਂ ਗੱਲਾਂ? ਤੁਸੀਂ ਨਾ ਅਗਲੀ ਨੇ 100 ਗੱਲਾਂ ਪੁੱਛਣੀਆਂ ਹੁੰਦੀਆਂ। ਕਿਉਂ 100 ਗੱਲਾਂ ਨੂੰ ਨਾ ਕਮੇਟੀ ਪਾਈ ਆਪਸ? ਜਦੋਂ ਮੈਂ ਤੈਨੂੰ ਵੇਖਣ ਗਿਆ ਸੀ 2 ਗੱਲਾਂ ਕੀਤੀਆਂ ਸੀ ਆਪਾਂ। ਹਾਂਜੀ ਭਾਜੀ, ਤੁਹਾਡਾ ਤਾਂ ਲੱਕੀ ਨੰਬਰ ਹੀ 2 ਆ। ਅੱਛਾ, ਤੁਸੀਂ ਮੈਨੂੰ ਨਹੀਂ ਕਦੀ ਦੱਸਿਆ, ਬੜੇ 2 ਨੰਬਰੀ ਹੋ ਤੁਸੀਂ। ਆ ਮੰਮਾ ਜੀ, ਆ ਡੈਡਾ ਜੀ, ਦੇਖੋ ਘਰ ਘਰ ਹੁੰਦਾ ਬਾਹਰ ਬਾਹਰ ਹੁੰਦਾ, ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਪ੍ਰੀਤ ਨੂੰ ਲਿਜਾ ਕੇ ਬਾਹਰ ਗੁਲਾਬ ਜਾਮਣ ਖਿਲਾ ਲਿਆ ਵਾਂ। ਇਸੇ ਬਹਾਨੇ ਗੁਲਾਬ ਜਾਮਣ ਦਾ ਰੇਟ ਪਤਾ ਲੱਗ ਜੂ ਬਈ, 5 ਦੀ ਹੈ ਕਿ 10 ਦੀ ਹੈ? ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਕੀ ਸਿਆਣੀ ਗੱਲ, ਕਿਤੇ ਨਹੀਂ ਜਾਣਾ ਹੈਗਾ ਬਾਹਰ ਬੂਰ। ਬੇਟੇ ਤੁਸੀਂ ਜਾਓ ਘੁੰਮਣ, ਇਹਦੀ ਨਾ ਸੁਣੋ, ਇਹ ਤਾਂ ਵਿਆਹ ਤੋਂ ਬਾਅਦ ਨਹੀਂ ਇਹਨੂੰ ਘੁਮਾਉਣ ਲੈ ਕੇ ਗਿਆ। ਜ਼ਿੰਮੇਵਾਰੀ ਵੀ ਡਬਲ ਹੈ ਨਾ ਜੀ, ਮਤਲਬ ਪਰਿਵਾਰ ਵੀ ਨੌਕਰੀ ਵੀ, 2 ਚੀਜ਼ਾਂ। ਪ੍ਰੀਤ,
ज्यादा दूर नहीं जाना फिर कितने इतने नेड़े तेड़े घूमे हो यार। थैंक यू मामा, थैंक यू डैडा। हुण तां बजी नूं गुलाब जामुन दा रेट पता ही लग गया होना। वाहरी वाह, व्हाट अ ब्यूटीफुल प्लेस है ना जी। ततिया ना भाई जी, थैंक यू हाटम हाट। लो जी, वैसे तुहाडा नाम बड़ा सोहणा है, मनिंदर। सोहा सोहणा जी, मनिंदर। मैनूं तां आपदा नाम सुण के नींद आउण लग जांदी है। मनिंदर एदां ना कहो मेरे मनिंदर नूं। मनिंदर कित्थों आ गया तुहाडा? मतलब तुसीं मेरे नां नूं पसंद करदे हो कि मैनूं पसंद करदे हो? पसंद तां मैं तुहानूं ही करदी आ, पावे तुहाडा नाम मनिंदर होवे, पावे बलविंदर, पावे जीता होवे। हां जी जीता। छी, लगदा किसे पिंड दे बदमाश दा नाम है। ਘਰ ਦੇ ਵੀ ਨਾਂ ਰੱਖਣ ਤੋਂ ਪਹਿਲਾਂ ਸੋਚਦੇ ਨਹੀਂ। ਜਿਹਦਾ ਨਾਂ ਹੀ ਰੱਖਤਾ ਪੱਪੂ, ਉਹਨੇ ਸਵਾਹ ਡੀਸੀ ਲੱਗਣਾ। ਡੀਸੀ ਪੱਪੂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ? ਤੁਹਾਨੂੰ ਪ੍ਰੀਤਾ ਪਸੰਦ ਹੈ ਨਾ? ਹਾਂਜੀ। ਅੱਛਾ ਜੀਤੇ, ਮਨਿੰਦਰ, ਮਨਿੰਦਰ ਮੈਨੂੰ ਇੱਕ ਗੱਲ ਸਮਝ ਚ ਨਹੀਂ ਆਈ। ਤੁਹਾਡੇ ਤੇ ਤੁਹਾਡੀ ਮੰਮੀ ਚ ਸਿਰਫ 5-7 ਸਾਲ ਦਾ ਫਰਕ ਲੱਗਦਾ, ਕਿਉਂ? ਉਹ ਨੱਚਦੇ ਬਹੁਤ ਨੇ ਨਾ ਜੀ। ਕੀ ਮਤਲਬ? ਨੱਚਦੇ ਟੱਪਦੇ ਰਹਿੰਦੇ, ਐਕਸਰਸਾਈਜ਼ ਬਹੁਤ ਕਰਦੇ ਆ ਇਸ ਲਈ। ਮਾਡਰਨ ਮਾਮ? ਯੈਸ। ਓ ਵਾਓ, ਫਿਰ ਤਾਂ ਵਿਆਹ ਤੋਂ ਬਾਅਦ ਮੈਨੂੰ ਬਾਹਰ ਕੰਮ ਕਰਨ ਤੋਂ ਨਹੀਂ ਰੋਕਣਗੇ? ਉਹ ਤਾਂ ਆਪ ਕੰਮ ਕਰਨ ਦੇ ਬਹੁਤ ਸ਼ਕੀਨ ਨੇ ਜੀ। ਫਿਰ ਉਹਨਾਂ ਨੂੰ ਵੀ ਪੁੱਛ ਲਓ ਨਾ ਕਿ ਮੈਂ ਬਾਹਰ ਕੀ ਕੰਮ ਕਰਾਂ। ਲਾ, ਉਹਨਾਂ ਨੇ ਕਹਣਾ ਡੀਜੇ ਪਾ ਲਓ। ਡੀਜੇ? ਛੀ, ਮੈਨੂੰ ਡਾਂਸ ਦਾ ਬੜਾ ਸ਼ੌਕ ਹੈ। ਅੱਛਾ, ਜੇ ਮੈਂ ਡਾਂਸ ਅਕੈਡਮੀ ਖੋਲਾਂ ਤਾਂ ਮੰਮੀ ਜੀ ਨੂੰ ਕੋਈ ਇਤਰਾਜ਼ ਤੇ ਨਹੀਂ ਹੋਊਗਾ? ਇਤਰਾਜ਼? ਓਏ, ਉਹਨਾਂ ਨੇ ਤਾਂ ਕਹਿਣਾ ਮੈਂ ਅਕੈਡਮੀ ਦੀ ਪ੍ਰਿੰਸੀਪਲ ਲੱਗ ਜਾਣੀ ਆ। ਚੱਕੋ ਗੁਲਾਬ ਜਾਮਣ ਕਿਰਾਏ, ਰਗੜ ਦੋ ਜੀ। ਅਨੂ, ਅਨੂ ਲੈ ਵੀ ਤੇਰਾ ਸੁਪਨਾ ਪੂਰਾ ਹੋ ਗਿਆ ਈ। ਕੀ ਹੋਇਆ ਮੰਮੀ ਜੀ ਨੂੰ? ਨੀ, ਮੈਂ ਕਿਹੜੇ ਤੇਰੇ ਮਾਂ ਮਾਰ ਲੈ ਜਿਹੜੇ ਤੂੰ ਇਹਦੀ ਮਾਂ ਨੂੰ ਮਾਰਨ ਲੱਗੀ ਆ? ਦੇਖ, ਨਹੀਂ ਨਹੀਂ, ਅੱਜ ਕੱਲ ਤਾਂ ਵੈਸੇ ਵੀ ਮੰਮੀ ਜੀ ਨੂੰਹਾਂ ਦੀ ਥਿੰਕਿੰਗ ਹੈ ਨਾ, ਸੱਸ ਹੋਵੇ ਤੇ ਚੰਗੀ ਹੋਵੇ, ਨਹੀਂ ਤੇ ਕੰਧ ਤੇ ਫੋਟੋ ਟੰਗੀ ਹੋਵੇ। ਆ ਤੇਰਾ ਬਚਪਨ ਦਾ ਸੁਪਨਾ ਸੀ ਨਾ ਸਟੇਜ ਸ਼ੋਅ ਵੇਖਣ ਦਾ, ਉਹ ਅੱਜ ਪੂਰਾ ਹੋ ਜਾਣਾ। ਇਹ ਸੁਪਨਾ ਤਾਂ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਵੇਖਿਆ। ਅਈਆ, ਪਰ ਮੇਰੇ ਸੁਪਨੇ ਹੀ ਤੂੰ ਇੱਕ ਦਿਨ ਲੜੀ ਜਾਂਦੀ ਸੀ, ਮੇਰੇ ਨਾਲ ਮੈਨੂੰ ਕਦੇ ਸਟੇਜ ਸ਼ੋਅ ਨਹੀਂ ਵਿਖਾਇਆ, ਸਟੇਜ ਸ਼ੋਅ ਨਹੀਂ ਵਿਖਾਇਆ। ਆ ਫੜ, 5 ਪਾਸ, ਇੱਕ ਤੇਰਾ, ਇੱਕ ਮੇਰਾ ਤੇ ਬਾਕੀ 3 ਮਹੱਲੇ ਚ ਵੰਡ ਦੇ। ਮਾਂ ਪਿਓ ਨੂੰ ਵੀ ਮਹੱਲੇ ਚ ਵੰਡ ਦੇ, ਉਹ ਅਸੀਂ ਇੱਥੇ ਚੌਕੀਦਾਰੀ ਲਈ ਬੈਠੇ ਆ। ਮੈਂ ਸੋਚਦਾ ਸੀ ਡੈਡੀ ਕੇ ਤੁਹਾਨੂੰ ਸਮਝ ਹੀ ਨਹੀਂ ਆਉਣਾ ਸਟੇਜ ਸ਼ੋਅ। ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਸਵਾ ਗੱਲ ਸਿਆਣੀ ਹੈ ਕਾਕਾ, ਸਾਡੇ ਗੋਡੇ ਖਰਾਬ ਹੋਏ ਆ, ਦਿਮਾਗ ਨਹੀਂ ਕਿ ਸ਼ੋਅ ਸਾਨੂੰ ਸਮਝ ਹੀ ਨਹੀਂ ਆਉਣਾ। ਨਹੀਂ ਡੈਡੀ, ਵੀਰ ਨੂੰ ਤਾਂ ਸਿਰਫ ਭਾਬੀ ਦਿਸਦੀ ਹੈ, ਅਸੀਂ ਤੇ ਜਿਵੇਂ ਤੁੰਦ 'ਚ ਖੜੇ ਆ। ਨਹੀਂ ਨਹੀਂ, ਮੈਂ ਤੇ ਇਹ ਸੀਗਾ ਵੀ ਤੁਹਾਡਾ ਸਟੇਜ ਸ਼ੋਅ 'ਚ ਕੀ ਇੰਟਰਸਟ ਹੈ ਨਾ। ਵਾਹ ਓਏ ਸ਼ੇਰਾ, ਸਾਡਾ ਕੀ ਇੰਟਰਸਟ? ਓਏ, ਮੈਂ ਬਚਪਨ 'ਚ ਰਾਮਲੀਲਾ 'ਚ ਕੰਮ ਕਰਦਾ ਰਿਹਾ ਤੇ ਮੇਰੇ ਤੋਂ ਸੋਨੀ ਚਾਚੀ ਤਾੜਕਾ ਤਾਂ ਅੱਜ ਤੱਕ ਰਾਮਲੀਲਾ ਬਣੀਓ ਹੀ ਨਹੀਂ। ਹਾਂ, ਮੈਂ ਤਾਂ ਛੋਟੇ ਹੁੰਦੇ ਸਕੂਲੇ ਬ੍ਰੇਕ ਡਾਂਸ ਕਰਦੀ ਰਹੀ ਹਾਂ। ਆਹੀ, ਮੇਰੇ ਜੰਮਦੇ ਦੀ ਪਲਸਤਰ ਲੱਗ ਗਿਆ ਸੀ, ਕਹਿੰਦੇ ਕਾਕੇ ਦੀਆਂ 3 ਹੱਡੀਆਂ ਟੁੱਟੀਆਂ ਹੋਈਆਂ। ਚਲੋ ਸਰਸਵਤੀ ਦਿਓ ਬੱਚਿਓ, ਤਿਆਰ ਹੋਵੋ, ਪਾਓ ਕੱਪੜੇ, ਚੱਲੀਏ ਸ਼ੋਅ ਵੇਖਣ। ਚੱਲ ਮੇਰੇ ਕੱਪੜੇ ਕੱਢ। ਥੈਂਕ ਯੂ, ਸ਼ੁਕਰੀਆ, ਮਿਹਰਬਾਨ। ਰੌਣਕ ਮੇਲਾ 2013 'ਚ ਇਸ ਪੇਸ਼ਕਾਰੀ ਤੋਂ ਬਾਅਦ ਹੁਣ ਆ ਰਹੀ ਹੈ ਨੌਜਵਾਨ ਦਿਲਾਂ ਦੀ ਧੜਕਣ। ਇਸ ਮਹਿਫਲ ਦੀ ਜਿੰਦ ਜਾਨ ਆਪਣੇ ਠੁਮਕਿਆਂ ਦਾ ਜਾਦੂ ਚਲਾਉਣ ਲਈ ਪੰਚ ਤੇ ਆ ਰਹੀ ਹੈ ਉਹ ਨਾਜ਼ੁਕ ਤਿਤਲੀ ਬਿਜਲੀ ਦੀ ਤਾਰ, ਜਿਹਨੂੰ ਵੇਖ ਕੇ ਹਰ ਗੱਭਰੂ ਮਾਰਦਾ ਹੈ ਸੀਡੀ। ਪੇਸ਼ ਹੈ ਤੁਹਾਡੀ ਨਜ਼ਰ ਸਵੀਡੀ ਸਵੀਡੀ ਸਵੀਡੀ। ਇੱਕ ਮੇਰਾ ਰੰਗ ਗੁਲਾਬੀ ਹੈ ਤੇ ਦੂਜੇ ਨੈਣ ਨਸ਼ਵੀਲੇ ਮੇਰੇ। ਜਿਹੜੀ ਸ਼ਹਿਰ ਦੀ ਚਰੋਲਾ ਪਾ ਰਹੀ ਹੈ ਇਹ ਆਪਣੀ ਪ੍ਰੀਤ ਦੀ ਸੱਸ ਵਰਗੀ ਨਹੀਂ ਲੱਗਦੀ। ਲੱਗਦੀ ਕੀ ਹਾਈ ਹੋ? ਨਹੀਂ ਨਹੀਂ, ਇਹ ਮੰਮੀ ਜੀ ਥੋੜੇ ਨੇ। ਮੈਂ ਕਹਿੰਦਾ ਵੈਸੇ 100% ਇਹ ਉਹੀ ਨੇ, ਪਰ ਹੈ ਨਹੀਂ ਸ਼ਾਇਦ। ਯਾਰ ਉਹੀ ਹੈ, ਉਹ ਯਾਰ ਉਹੀ ਲੱਗਦੀ ਹੈ। ਉਹ ਠਹਿਰ ਜਾ ਤੂੰ ਇੱਕ ਮਿੰਟ। ਹਾਏ ਰੱਬ, ਸਾਡਾ ਤਾਂ ਜਲੂਸ ਹੀ ਨਿਕਲ ਜਾਣਾ। ਨਹੀਂ ਨਹੀਂ, ਹੋ ਸਕਦਾ ਅਗਲੀ ਆਪਣਾ ਮੁੰਡਾ ਮੰਗੇ ਜਾਂਦੀ ਖੁਸ਼ੀ 'ਚ ਨੱਚਦੀ ਹੋਵੇ। ਵੈਸੇ ਹੈ ਨਹੀਂ ਉਹ। ਤੁਸੀਂ ਮਨਿੰਦਰ ਨੂੰ ਫੋਨ ਕਰਕੇ ਪੁੱਛੋ, ਪੁੱਛੋ ਕਿ ਮੰਮੀ ਕਿੱਥੇ ਹੈ। ਪੁੱਛ, ਸਾਹਮਣੇ ਹੈ, ਹੋਰ ਕਿੱਥੇ ਹੈ। ਆ ਵੈਸੇ ਉਹ ਹੈ ਨਹੀਂ, ਪਰ ਜੇ ਹੈ ਵੀ ਹੈ ਤਾਂ ਕੀ ਮਾੜੀ ਗੱਲ। ਹੁਣ ਸਾਰੀ ਉਮਰ ਨੂੰਹਾਂ ਨੇ ਥੋੜਾ ਕਮਾਈਆਂ ਕਰਦੀਆਂ ਰਹਿਣਾ, ਸੱਸਾਂ ਨੂੰ ਵੀ ਹੱਥ ਪੈਰ ਮਾਰਨੇ ਚਾਹੀਦੇ ਆ ਨਾ। ਆਪਾਂ ਇੱਥੋਂ ਚੱਲਨੇ ਆ, ਤੁਸੀਂ ਫੋਨ ਕਰੋ ਜੀ। ਤੁਸੀਂ ਸਾਰੇ ਬਾਹਰ ਆਓ, ਮੈਂ ਫੋਨ ਕਰਦਾ ਮੁੰਡੇ ਨੂੰ। ਜੀ ਗੱਲ ਤਾਂ ਸੁਣੋ ਮੇਰੀ, ਦੇਖੋ ਪਤਾ ਕੀ ਹੈ,
ਇਸ ਕੰਮ ਦੀ ਕੋਈ ਮਾੜੀ ਗੱਲ ਨੀ ਹੈਗੀ। ਸੱਸ ਜੋ ਵੀ ਹੈਗੀ ਹੈ, ਕਈ ਵਾਰੀ ਕੋਈ ਚੰਗਾ ਰਿਸ਼ਤਾ ਆ ਰਿਹਾ ਹੁੰਦਾ ਨਾ, ਅੱਖਾਂ ਮੀਟਣੀਆਂ ਪੈਂਦੀਆਂ ਕਈ ਗੱਲਾਂ ਤੋਂ। ਹਾਂ ਹਾਂ, ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਸੌ ਗੱਲ ਸਿਆਣੀ ਹੈ, ਮੇਰੇ ਨਾਲ ਬਾਹਰ ਆਓ ਸਾਰੇ। ਪਰ ਉਹ ਜਿਹੜੀ ਸੱਸ ਸੋਚੇ ਕਿ ਉਹਨੇ ਡਾਂਸ ਕੀਤੇ ਛੱਡ ਕੇ ਚਲੇ ਗਏ। ਲੱਗ ਗਿਆ। ਹੈਲੋ ਬੇਟਾ, ਮਾਤਾ ਜੀ ਕਿੱਥੇ ਨੇ? ਕਟੜੇ ਵੀ ਤੇ ਜਵਾਲਾ ਜੀ ਵੀ। ਨਹੀਂ ਨਹੀਂ, ਮੈਂ ਤੁਹਾਡੇ ਮਾਤਾ ਜੀ ਬਾਰੇ ਪੁੱਛ ਰਿਹਾ। ਉਹ ਤਾਂ ਜੀ ਪਰਮਾਤਮਾ ਜੀ ਕੋਲ ਚਲੇ ਗਏ ਜੀ। ਕੀ ਮਤਲਬ? ਪਰਮਾਤਮਾ ਦੀ ਭਗਤੀ ਚ ਲੀਨ ਨੇ ਜੀ ਇਸ ਟਾਈਮ। ਉਹ ਬੇਟਾ, ਇੱਕ ਮਿੰਟ ਗੱਲ ਤਾਂ ਕਰਾ ਦਿਓ। ਬਿਨਾਂ ਬੋਲੇ ਗੱਲ ਕਰਨੀ ਪੈਣੀ ਹੈ ਜੀ, ਇਸ਼ਾਰਿਆਂ ਨਾਲ। ਇਸ਼ਾਰਿਆਂ ਨਾਲ ਗੱਲ? ਤੁਸੀਂ ਛੱਡੋ, ਆਪਾਂ ਘਰ ਹੀ ਚੱਲਦੇ ਆ ਜੀ। ਦੇਖੋ ਬੇਟਾ ਜੀ, ਕੁੜਮਣੀ ਨੂੰ ਇਸ਼ਾਰੇ ਕਰਦੇ ਚੰਗੇ ਨਹੀਂ ਲੱਗਦੇ, ਅਸੀਂ ਘਰੇ ਹੀ ਆ ਜਾਂਦੇ ਆ। ਘਰੇ? ਚਲੋ ਬਈ, ਗਾਣਾ ਖਤਮ ਹੋਣ ਵਾਲਾ ਸੀ, ਮੈਂ ਕਹਿੰਦਾ ਸ਼ਹਿਰ ਵਿੱਚ ਰੌਲਾ ਪੈ ਗਿਆ, ਵੇਖ ਹੀ ਜਾਂਦੇ। ਅੱਛਾ ਚਲੋ, ਜੇ ਪ੍ਰੀਤ ਦੀ ਸੱਸ ਹੀ ਨਿਕਲੀ ਫਿਰ ਤੇ ਘਰੇ ਹੀ ਵੇਖ ਲਿਆ ਕਰਾਂਗੇ। ਯਾਰ ਚੱਲ ਚੱਲ ਚੱਲ। ਛੋਟੂ। ਹਾਂਜੀ। ਜਨਾਨੀ ਬਣ ਜਾ। ਮਾਲਕੋ ਆਗਲ ਠੀਕ ਨੀ, ਮਾਮੀ ਵਾਲੇ ਕੱਪੜੇ ਪਾ ਲਾ। ਸ਼ਰਮ ਕਰੋ, ਤੁਹਾਡੀ ਮਾਮੀ ਹੈ। ਥੱਪੜ ਮਾਰੂ ਸਾਲੇ ਦੇ, ਗੰਦੀ ਸੋਚ। ਮੇਰਾ ਕਹਿਣ ਦਾ ਮਤਲਬ, ਥੋੜੀ ਦੇਰ ਤੋਂ ਮਾਮੀ ਵਾਲਾ ਕੰਮ ਕਰਾਉਣਾ। ਪਰ ਮੈਨੂੰ ਡਾਂਸ ਤੇ ਆਉਂਦਾ ਨਹੀਂ। ਉਹ ਡਾਂਸ ਨਹੀਂ ਕਮਲਿਆ, ਭੱਜਣ ਬੰਦ ਕੀ ਕਰਨੀ ਆ। ਇੱਕ ਗੱਲ ਹੋਰ, ਜਿੰਨਾ ਚਿਰ ਤੈਨੂੰ ਮੈਂ ਨਾ ਉਠਾਵਾਂ, ਆਪਣੀ ਜਗ੍ਹਾ ਤੋਂ ਉੱਠਣਾ ਨਹੀਂ, ਭਾਵੇਂ ਯਮਦੂਤ ਲੈਣ ਆ ਜਾਵੇ। ਹਾਂਜੀ। ਤੇ ਸ਼ਾਮ ਨੂੰ ਤੇਰੀ ਬੋਤਲ ਪੱਕੀ। ਖੁਸ਼ ਹੈ ਬੜੀ ਰੌਣਕਾਂ ਲੱਗੀਆਂ ਜੀ ਅੱਜ। ਹੈ ਬਸ ਜੀ, ਚਾਈਨਾ ਬਾਜ਼ਾਰ ਚੱਲੇ ਸੀ ਸੇਲ ਤੇ, ਮੈਂ ਸੋਚਿਆ ਭੈਣ ਜੀ ਉਹਨਾਂ ਨੂੰ ਪੁੱਛ ਚੱਲਾਂ ਕੋਈ ਡੋਂਗੇ ਡੂੰਗੇ ਹੀ ਲੈਣੇ ਹੋਣ ਤਾਂ। ਬੜੀ ਡੋਂਗੀ ਸੋਚ ਆ ਜੀ ਤੁਹਾਡੀ, ਸਾਰੇ ਟੱਬਰ ਨੂੰ ਨਾਲੇ ਲੈ ਕੇ ਚੱਲਦੇ ਹੋ ਜੀ ਸੇਲ ਤੇ। ਭੈਣ ਜੀ ਕਿੱਥੇ ਨੇ? ਮੇਕਅਪ ਲਾ ਰਹੇ ਹੋਣੇ? ਨਹੀਂ, ਉਹ ਸਾਡੇ ਸੱਤ ਜਨਮਾਂ ਦੀ ਮੈਲ ਲਾ ਰਹੇ ਨੇ। ਕੱਪੜੇ ਧੋ ਰਹੇ ਨੇ? ਪਾਠ ਕਰ ਰਹੇ ਨੇ। ਆ ਪਾਠ ਕਰ ਰਹੇ ਨੇ ਓਕੇ। ਚਲੋ ਫਿਰ ਪੂਜਾ ਪਾਠ ਕਰਦੇ, ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਆਪਾਂ ਫੇਰ ਮਿਲਾਂਗੇ, ਆਪਾਂ ਚੱਲਦੇ ਆ। ਹਾਂਜੀ, ਆਪਾਂ ਥੋੜਾ ਵੇਟ ਕਰ ਲੈਨੇ ਆ। ਕਦੋਂ ਤੱਕ ਫਿਨਿਸ਼ ਕਰਨਗੇ ਜੀ ਪੂਜਾ ਪਾਠ? ਫਿਰ ਤਾਂ ਤੁਹਾਡੇ ਬਿਸਤਰੇ ਇੱਥੇ ਲਵਾਉਣੇ ਪੈਣੇ ਆ, ਕਿਉਂਕਿ ਮੰਮੀ ਜੀ ਇੱਕ ਵਾਰੀ ਪਾਠ ਸ਼ੁਰੂ ਕਰ ਲੈਣ ਨਾ, ਫਿਰ ਤਾਂ ਰੱਬ ਜੀ ਥੱਕ ਜਾਂਦੇ ਆ, ਮੰਮੀ ਜੀ ਨਹੀਂ ਥੱਕਦੇ। ਮੈਂ ਕਹਿ ਰਹੀ ਆ ਆਪਾਂ ਮੰਮੀ ਜੀ ਨੂੰ ਡਿਸਟਰਬ ਨਾ ਕਰੀਏ ਤੇ ਚੱਲੀਏ। ਹਾਂ, ਮੈਂ ਤੇ ਆਪ ਕਹਿਣਾ ਜੀ। ਚਲੋ। ਨਹੀਂ ਨਹੀਂ ਜੀ, ਹੁਣ ਤਾਂ ਮੰਮੀ ਜੀ ਦੇ ਅੱਗੇ ਭਾਵੇਂ ਢੋਲ ਵਜਾਈ ਚੱਲੋ, ਉਹ ਨਹੀਂ ਡਿਸਟਰਬ ਹੁੰਦੇ। ਕਾਕਾ ਜੀ, ਢੋਲ ਤਾਂ ਸਾਡੇ ਕੋਲ ਵਜਾਉਣ ਲਈ ਹੈ ਨਹੀਂ, ਗਾਣਾ ਗਾ ਲੈਂਦੇ ਆ। ਉਹ ਸ਼ਹਿਰ ਵਿੱਚ ਰੌਲਾ ਪੈ ਗਿਆ, ਉਹ ਪਿੰਡ ਵਿੱਚ ਰੌਲਾ ਪੈ ਗਿਆ, ਉਹ ਸ਼ਹਿਰ ਵਿੱਚ ਰੌਲਾ ਪੈ ਗਿਆ, ਉਹ ਪਿੰਡ ਵਿੱਚ ਰੌਲਾ ਪੈ ਗਿਆ। ਉਹ ਆਪਣਾ ਘਰ ਹੈ ਹੁਣ ਤਾਂ ਬਈਏ, ਜਿੰਨਾ ਮਰਜ਼ੀ ਰੌਲਾ ਪਾ ਲਓ, ਇਹ ਨਹੀਂ ਉੜਦਾ। ਆਪਾਂ ਮੰਮੀ ਜੀ ਨਹੀਂ ਉੜਦੇ ਨਾ ਕਦੇ ਵੀ। ਅੰਕਲ ਜੀ ਦੀ ਨਜ਼ਰ ਨਹੀਂ ਆ ਰਹੇ। ਉਹ ਤਾਂ ਥੋੜੇ ਲੇਟ ਹੋ ਜਾਣਗੇ ਜੀ। ਲੱਗਦਾ ਆ ਗਏ, ਮੈਂ ਦੇਖਦਾ। ਸੰਦੀਪ ਜੀ, ਆ ਮਾੜਾ ਜਿਹਾ ਆਉਂਗੇ ਪਲੀਜ਼? ਕੀ ਗੱਲ, ਅੰਕਲ ਜੀ ਨੂੰ ਅੰਦਰ ਨਹੀਂ ਆਉਣ ਦੇਣਾ? ਨਹੀਂ ਨਹੀਂ, ਤੁਸੀਂ ਆ ਕੇ ਲੈ ਜਾਓ ਨਾ। ਘਰ ਇਹਨਾਂ ਦਾ ਜੀ, ਤੇਲ ਸਾਨੂੰ ਚੋਣਾ ਪੈਣਾ। ਸਾਡੇ ਹੁਸਰ ਲਾਪਰਵਾਹੀ ਹੈ। ਅਸੀਂ ਦੋਨੇ ਜਾਣੇ ਘਰੇ ਵਿਹਲੇ ਬੈਠੇ ਰਹਿੰਦੇ ਆ, ਤੁਸੀਂ ਕੱਲੇ ਹੀ ਬੋਝ ਲਈ ਬੈਠੇ ਹੋ ਕੰਮ ਦਾ। ਅੱਜ ਤਾਂ ਤੁਸੀਂ ਰਾਹ ਜਾਂਦੇ ਸਿਰਫ ਬੇਹੋਸ਼ੀ ਹੋਏ ਹੋ। ਮੈਂ ਤਾਂ ਦੀਦੀ ਨੂੰ ਕਹਿੰਦਾ ਹੁੰਦਾ, ਜੇ ਇਹੀ ਹਾਲ ਰਿਹਾ ਤੁਹਾਡਾ, ਕਿਸੇ ਨਾ ਕਿਸੇ ਨੂੰ ਪਟਾਕਾ ਹੀ ਪਊ, ਟਰੱਕ ਦੇ ਟਾਇਰ ਵਾਂਗੂ। ਹਨਾ ਦੀਦੀ, ਸ਼ਰਮ ਨਹੀਂ ਆਉਂਦੀ ਤੈਨੂੰ ਆਪਣੇ ਜੀਜੇ ਦਾ ਪਟਾਕਾ ਪਵਾਉਂਦੇ? ਉਹ ਤਾਂ ਸ਼ੁਕਰ ਹੈ ਜੀ, ਦੇਖੋ ਮੇਰੇ ਘਰ ਦੇ ਸਾਹਮਣੇ ਆ ਕੇ ਦੌਰਾ ਪਿਆ ਇਹਨਾਂ ਨੂੰ। ਮੈਂ ਚੱਕ ਕੇ ਅੰਦਰ ਲੈ ਆਇਆ ਤੇ ਇਹਨਾਂ ਤੋਂ ਫੋਨ ਨੰਬਰ ਲੈ ਕੇ ਤੁਹਾਡਾ ਤੁਹਾਨੂੰ ਫੋਨ ਕਰ ਲਿਆ। ਅਦਰਵਾਈਜ਼ ਜੇ ਕਿਤੇ ਹੋਰ ਡਿੱਗੇ ਹੁੰਦੇ ਨਾ,
ਹੁਣ ਤੱਕ ਤੇ ਨਾ ਤੇ ਮੱਖੀਆਂ ਬਹਿ ਜਾਣੀਆਂ ਹਾਏ ਰੱਬਾ ਚਲ ਤੁਸੀਂ ਗੱਡੀ ਚੱਕੋ ਤੇ ਘਰ ਚਲੋ ਨਹੀਂ ਨਹੀਂ ਮੈਂ ਅੰਦਰ ਆਰਾਮ ਕਰ ਲਈਏ ਨਹੀਂ ਨਹੀਂ ਹਲੇ ਨਹੀਂ ਜੀ ਮੈਂ ਇਹਨਾਂ ਨੂੰ ਜਾਣ ਦੇਣਾ ਹੈਗਾ ਕਿਉਂਕਿ ਦਵਾਈ ਦਾ ਅਸਰ ਤਾਂ ਦੇਖੋ ਕਿੰਨਾ ਖੋੜੇ ਖੋੜੇ ਡਿੱਗੀ ਜਾਂਦੇ ਨੇ ਦੋ ਤਿੰਨ ਘੰਟੇ ਅੰਦਰ ਸੌ ਲੈਣ ਦੋ ਜੀ ਮੈਂ ਤਾਂ ਕਹਿੰਦਾ ਤੁਸੀਂ ਵੀ ਆਓ ਅੰਦਰ ਅੰਦਰ ਆ ਕੇ ਸੌ ਲਓ ਦੋ ਤਿੰਨ ਘੰਟੇ ਹੋ ਨਹੀਂ ਨਹੀਂ ਉਹਨਾਂ ਜਾਣਾ ਹੋਣਾ ਨਾ ਫਿਰ ਨਹੀਂ ਨਹੀਂ ਉਹ ਤਾਂ ਤੁਹਾਡਾ ਫੋਨ ਆ ਗਿਆ ਸੀ ਆ ਗਿਆ ਉੱਥੇ ਹਰਲੀਨ ਵੇਟ ਕਰਦੀ ਹੈ ਅੱਛਾ ਉਹਨਾਂ ਨੂੰ ਵੀ ਇੱਥੇ ਹੀ ਬੁਲਾ ਲਓ ਜੀ ਉਹ ਵੀ ਦੋ ਤਿੰਨ ਘੰਟੇ ਅੰਦਰ ਸੌ ਲੈਣਗੇ ਯਾਰ ਨਹੀਂ ਨਹੀਂ ਉਹ ਐਕਚੁਅਲੀ ਹਰਲੀਨ ਇਹਦੀ ਫੇਸਬੁੱਕ ਫਰੈਂਡ ਹੈ ਮੈਨੂੰ ਮਿਲਾਉਣ ਲੈ ਕੇ ਚੱਲੇ ਆ ਮੈਂ ਇੱਕ ਵਾਰੀ ਕੁੜੀ ਨੂੰ ਮਿਲ ਲੈਣੀ ਆ ਜੇ ਵਧੀਆ ਲੱਗਦੀ ਹੈ ਤੇ ਫਿਰ ਅਸੀਂ ਰਿਸ਼ਤੇ ਦੀ ਗੱਲ ਕਰ ਲਵਾਂਗੇ ਫੇਸਬੁੱਕ ਫਰੈਂਡ ਆ ਤਾਂ ਜੀ ਉਹਨੂੰ ਛੇਤੀ ਜਾ ਕੇ ਮਿਲ ਹੀ ਲਓ ਕਿਉਂਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇੱਧਰ ਉੱਧਰ ਚੈਟਿੰਗ ਚੱਲਣ ਲੱਗ ਜਾਂਦੀ ਹੈ ਕਿਉਂ ਭਾਜੀ ਦੀਦੀ ਛੇਤੀ ਚੱਲੀਏ ਤੁਸੀਂ ਆਰਾਮ ਕਰ ਲਓ ਪਰ ਕੱਲ ਤੋਂ ਤੁਹਾਡੀ ਇਹ ਟੂਰ ਇੰਸ਼ੂਰਿੰਗ ਮੈਂ ਸਭ ਬੰਦ ਕਰਾ ਦੇਣੀ ਹੈ ਕੀ ਗੱਲ ਹੋ ਗਈ ਜੀ ਤੁਸੀਂ ਬਾਹਰ ਹੀ ਨਹੀਂ ਲਾ ਲਏ ਬਸ ਸਭ ਭਾਜੀ ਹੋਰੀ ਆਏ ਸੀ ਤੇ ਨਾਲ ਭੈਣ ਜੀ ਹੋਰੀ ਇਹ ਤੁਹਾਡੇ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਹਾਡੇ ਹਸਬੈਂਡ ਦਾ ਕਿਵੇਂ ਥੈਂਕਸ ਕਰੀਏ ਅੱਜ ਜੇ ਤੁਹਾਡੇ ਹਸਬੈਂਡ ਨਾ ਹੁੰਦੇ ਤਾਂ ਮੇਰੇ ਹਸਬੈਂਡ ਦੀ ਜਾਨ ਦਾ ਕੀ ਹਾਲ ਹੋਣਾ ਸੀ ਮੈਨੂੰ ਹੀ ਪਤਾ ਏਦਾਂ ਨਹੀਂ ਸੱਚੀ ਦਾ ਜੀ ਸੱਚੀ ਬੜੀ ਨੇਕ ਰੂਹ ਇਸੇ ਕਰਕੇ ਤੇ ਸਾਡਾ ਇਹਨਾਂ ਨਾਲ ਰਿਸ਼ਤਾ ਜੁੜਿਆ ਜੀ ਬਾਜੀ ਪ੍ਰਮਾਤਮਾ ਜੋੜੀਆਂ ਬਣਾਈ ਰੱਖੇ ਜੋੜੀਆਂ ਨਹੀਂ ਹੁੰਦੀਆਂ ਵੀਰੇ ਜੋੜੀ ਹੁੰਦੀ ਹੈ ਹਸਬੈਂਡ ਦੀ ਵੈਲਿਊ ਕੀ ਹੁੰਦੀ ਹੈ ਇਹ ਮੈਨੂੰ ਪਤਾ ਹੈ ਕਿਉਂ ਮੈਨੂੰ ਕੀ ਪਤਾ ਜੀ ਮੇਰਾ ਕਿਹੜਾ ਕੋਈ ਹਸਬੈਂਡ ਹੈ ਚਲੋ ਜੀ ਅਸੀਂ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੈਸਟ ਬਾਹਰੋਂ ਭੇਜ ਦਿੱਤੇ ਉਹ ਤਾਂ ਮੈਨੂੰ ਲੈਣ ਆਏ ਸੀ ਜੀ ਧਰਨੇ ਤੇ ਬਿਠਾਉਣ ਦੇ ਲਈ ਮੈਂ ਭਾਜੀ ਹੁਣਾਂ ਨੂੰ ਮਲਾ ਕੇ ਮਸਾਂ ਜਾਨ ਚੜਾਈ ਆ ਵੀ ਮੇਰੇ ਲੌਜ਼ ਆਏ ਹੋਏ ਨੇ ਫਿਰ ਤਾਂ ਇਹਨਾਂ ਨੇ ਤੁਹਾਨੂੰ ਬਚਾ ਲਿਆ ਅੱਜ ਥੈਂਕ ਯੂ ਭਾਜੀ ਤੁਸੀਂ ਮੈਨੂੰ ਬਚਾ ਲਿਆ ਤੁਸੀਂ ਚਾਹੁੰਦੇ ਤਾਂ ਵੈਸੇ ਮੈਨੂੰ ਹਸਾ ਸਕਦੇ ਸੀ ਚਲੋ ਜੀ ਚਲੀਏ ਅੰਦਰ ਚਲੀਏ ਚਲੋ ਚਲੋ ਗੱਲ ਸੁਣੋ ਮੇਰੀ ਮੈਂ ਤਾਂ ਧਰਨੇ ਤੇ ਗਿਆ ਨਹੀਂ ਪਰ ਆ ਜਿਹੜੇ ਅੰਦਰ ਧਰਨਾ ਲਈ ਬੈਠੇ ਆ ਨਾ ਇਹਨਾਂ ਨੂੰ ਲੈ ਕੇ ਤਿੱਤਰ ਹੋ ਜਾ ਨਹੀਂ ਤਾਂ ਵਰਲਡ ਰਿਕਾਰਡ ਬਣਾਏਗਾ ਇੱਕੇ ਦਿਨ 'ਚ ਦੋ ਤਲਾਕਾਂ ਦਾ ਚਲੋ ਚਲੋ ਤੁਸੀਂ ਅੰਦਰ ਤੇ ਆਓ ਕਰਦੇ ਆ ਸਾਰਾ ਕੁਛ ਬਾਅਦ ਚਲੋ ਉੱਠੋ ਯਾਰ ਹੁਣ ਕਦੋਂ ਤੱਕ ਕਿਸੇ ਦੀ ਪਾਠ ਪੂਜਾ ਡਿਸਟਰਬ ਕਰੀ ਜਾਣੀ ਅਗਲੇ ਦੇ ਗੈਸਟ ਬਾਹਰੋਂ ਮੋੜ ਮੋੜ ਕੇ ਜਾ ਰਹੇ ਨੇ ਚਲੋ ਭੈਣ ਜੀ ਉੱਠ ਲੈਣ ਨਾ ਕੀ ਭੈਣ ਜੀ ਉੱਠ ਲੈਣ ਤੁਸੀਂ ਕਿਕਲੀ ਪਾਣੀ ਭੈਣ ਜੀ ਨਾਲ ਜਾਂ ਪੋਸ਼ਮ ਪਾ ਖੇਲਣਾ ਭੈਣ ਜੀ ਨਾਲ ਤੁਸੀਂ ਯਾਰ ਪਰ ਪੁੱਤਰ ਹੁਣ ਆਏ ਆ ਤੇ ਹਾਂ ਪ੍ਰਸ਼ਾਦ ਲੈ ਕੇ ਜਾਵਾਂਗੇ ਹੁਣ ਜੇ ਆਏ ਆ ਕਮਾਲ ਕਰਦੇ ਪਏ ਯਾਰ ਤੁਸੀਂ ਆਪ ਕਦੇ ਰੱਬ ਦਾ ਨਾਂ ਲਿਆ ਨਹੀਂ ਕਿਸੇ ਨੂੰ ਤੁਸੀਂ ਲੈਣ ਨਹੀਂ ਦੇਣਾ ਹੈ ਕਾਕਾ ਕਿਹੜੀ ਬੋਟੀ ਸੁੰਘ ਆਇਆ ਬਾਹਰੋਂ ਚਲੋ ਮੈਂ ਉੱਥੇ ਜਾ ਕੇ ਆਂਟੀ ਜੀ ਨੂੰ ਮੱਥਾ ਟੇਕਾਨੀ ਆ ਆਪਣੀ ਸੱਸ ਨੂੰ ਕਦੇ ਮੱਥਾ ਟੇਕਿਆ ਨਨਾਨ ਦੀ ਸੱਸ ਨੂੰ ਮੱਥਾ ਟੇਕਾਉਣੀ ਆ ਮੈਂ ਜਾ ਕੇ ਮੈਂ ਆਪੇ ਹੀ ਟੇਕ ਆਉਣਾ ਮੱਥਾ ਲੈ ਆਉਣਾ ਆਸ਼ੀਰਵਾਦ ਸਾਰਿਆਂ ਜਾ ਕੇ ਵੰਡ ਦਿਆਂਗਾ ਆਸ਼ੀਰਵਾਦ ਮੈਂ ਯਾਰ ਨਾ ਬੋਲੋ ਤੁਸੀਂ ਵਿੱਚ ਮੈਂ ਤਾਂ ਬੋਲਿਆ ਹੀ ਨਹੀਂ ਬੋਲਣ ਤੇ ਲੱਗਿਆ ਸੀ ਨਾ ਰੋਂਦਾ ਜੀ ਮੈਂ ਮਿਲੇ ਇਹਨਾਂ ਦੇ ਮੰਮੀ ਜੀ ਨੂੰ ਟੇਕ ਲਿਆ ਮੱਥਾ ਚੱਲੀਏ ਸ਼ਕਲਾਂ ਵਰਗੀਆਂ ਸ਼ਕਲਾਂ ਪਰ ਕਿੰਨਾ ਭੁਲੇਖਾ ਪਿਆ ਪਰ ਹੁਣ ਭੁਲੇਖਾ ਦੂਰ ਹੋ ਗਿਆ ਨਾ ਹਾਂਜੀ ਮੇਰਾ ਭੁਲੇਖਾ ਥੋੜਾ ਵੱਧ ਦੂਰ ਹੋ ਗਿਆ ਚੱਲਣ ਵਾਲੀ ਗੱਲ ਕਰੋ ਹੁਣ ਪਰ ਉਹ ਪੁੱਤਰ ਉਹ ਯਾਰ ਚਲੋ ਤੁਸੀਂ ਕਿਸੇ ਦੇ ਘਰ ਆ ਕੇ ਮੈਂ ਕਹਿੰਦਾ ਸੀ ਮਿਲ ਕੇ ਜਾਂਦੇ ਨਹੀਂ ਨਹੀਂ ਬਾਬਾ ਮਿਲਦੇ ਰਹਿਣਾ ਕੋਈ ਨਵੀਂ ਗੱਲ ਹੈ ਤਾਂ ਰਿਸ਼ਤੇਦਾਰੀ ਹੈ ਚਲੋ ਨਿਕਲੋ ਬਾਹਰ ਚਲੋ ਚਲੋ ਹਨ ਚਲੋ 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 ਨਿਕਲੋ ਥੈਂਕ ਯੂ ਤੂੰ ਭਾਬੀ ਖੇਡਣ ਵਾਲਾ ਮੈਂ ਤਾਂ ਕਿਸੇ ਨੂੰ ਸੀਪ 'ਚ ਨਹੀਂ ਜਿੱਤਣ ਦਿੱਤਾ ਤੇ ਬਾਕੀ ਸਭ ਵਧੀਆ ਹਾਂਜੀ ਚਲੋ ਮੈਮ ਕੀ ਲਾਉਂਗੇ ਵਨ ਕਾਫੀ ਵਿਦ ਸ਼ੂਗਰ ਫ੍ਰੀ ਜੇ ਸ਼ੂਗਰ ਫ੍ਰੀ ਮਿਲਦੀ ਹੈ ਤਾਂ ਕਿਲੋ ਮੈਨੂੰ ਵੀ ਕਾਫੀ ਤੁਸੀਂ ਦੱਸੋ ਫੇਸਬੁੱਕ ਤੇ ਇੱਕ ਦੂਜੇ ਨੂੰ ਕਿਵੇਂ ਪਸੰਦ ਕੀਤਾ ਇਹ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਚੜਦਾ ਸੀ ਇਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਇਹਦੇ ਲੱਕ ਤੇ ਮਰਦਾ ਸੀ ਇਹਦੀ ਲੁੱਕ ਤੇ ਇਹਨਾਂ ਨੇ ਫੋਟੋ ਹੀ ਇੰਨੇ ਸੋਹਣੇ ਮਾਡਲ ਦੀ ਲਗਾਈ ਸੀ ਕਿ ਮੈਂ ਡੁੱਲ ਗਈ ਤੇ ਮੈਂ ਇਕੱਠੀ ਕਰ ਲਈ ਪਰ ਸੱਚੀ ਦੱਸਿਓ ਜਦ ਐਕਚੁਅਲ ਵਿੱਚ ਦੇਖਿਆ ਤਾਂ ਧੱਕਾ ਤਾਂ ਲੱਗਿਆ ਹੋਣਾ ਦਿਲ ਤਾਂ ਕੀਤਾ ਸੀ ਇਹਨਾਂ ਦੇ ਵੱਟ ਕੇ ਇੱਕ ਚਪੇੜ ਲਾਵਾਂ ਪਰ ਫਿਰ ਇਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਜੇ ਸੁੱਕਾ ਜਿਹਾ ਮਾਡਲ ਵੀ ਮੋਟਾ ਹੋ ਗਿਆ ਫਿਰ ਵੀ ਤਾਂ ਜ਼ਿੰਦਗੀ ਗੁਜ਼ਾਰੇਂਗੀ ਸਿੰਪਲ ਐ ਤਾਂ ਸਿਆਣਾ ਹੈ ਚਲੋ ਕੁੜੀ ਤਾਂ ਮੈਨੂੰ ਪਸੰਦ ਹੈ ਹੁਣ ਇਹ ਦੱਸ ਅੱਗੇ ਕੀ ਕਰਨਾ ਅੱਗੇ ਕੀ ਕਰਨਾ ਕਾਫੀ ਆ ਜਾਣਾ ਤਾਂ ਫਿਰ ਲੰਚ ਕਰਦੇ ਆ ਤੁਹਾਡੇ ਡੈਡੀ ਨੂੰ ਇਹ ਪਸੰਦ ਤਾਂ ਆ ਜੂ ਡੈਡ ਨੂੰ ਕਹਾਂਗੀ ਕਿ ਵਿਆਹ ਤੋਂ ਬਾਅਦ ਇਹਨਾਂ ਨੂੰ ਪੇਕੇ ਘੱਟ ਲੈ ਕੇ ਆਵਾਂਗੀ ਤੇ ਡੈਡ ਦੇ ਸਾਹਮਣੇ ਤੁਸੀਂ ਜ਼ਿਆਦਾ ਬੋਲਣਾ ਵੀ ਨਹੀਂ ਕਿਉਂਕਿ ਮੇਰੇ ਡੈਡ ਨੂੰ ਘੱਟ ਸਿਆਣੇ ਲੋਕ ਪਸੰਦ ਨਹੀਂ ਵੈਸੇ ਗੱਲ ਸੁਣ ਸਾਰੇ ਜਿੰਨਾ ਤੂੰ ਦੇਖਣ ਨੂੰ ਤੁਹਾਡੀ ਚ ਰਿਸ਼ਤਾ ਕਰਨ ਤੋਂ ਪਹਿਲਾਂ ਲਾੜੇ ਦਾ ਭਾਰ ਵੀ ਤੋਲਦੇ ਨੇ ਜੀ ਪਾਪਾ ਰਿਸ਼ਤਾ ਕਰਨ ਵੇਲੇ ਭਾਰ ਕੌਣ ਪੁੱਛਦਾ ਕੰਮ ਕੀ ਕਰਦੇ ਹੋ ਤੁਸੀਂ ਆਮ ਕੈਪਟਨ ਆਰਮੀ ਚ ਨਾ ਨਾ ਭੰਗੜੇ ਦਾ ਸਿਹਤ ਦੇਖ ਕੇ ਤਾਂ ਤੁਹਾਡੀ ਲੱਗਦਾ ਹੈ ਕਿ ਤੁਸੀਂ ਰੌਲਾ ਹੀ ਪਾ ਸਕਦੇ ਹੋ ਭੰਗੜਾ ਕਿਵੇਂ ਪਾ ਲੈਂਦੇ ਹੋ ਪਾਪਾ ਤੁਸੀਂ ਇਹਨਾਂ ਨੂੰ ਜ਼ਲੀਲ ਕਰ ਰਹੇ ਹੋ ਜੇ ਰਿਸ਼ਤਾ ਗਲਤ ਹੋ ਗਿਆ ਤਾਂ ਸਾਰੇ ਸ਼ਹਿਰ ਨੇ ਮੈਨੂੰ ਜ਼ਲੀਲ ਕਰਨਾ ਹੈ ਲੋਕਾਂ ਨੂੰ ਕੀ ਕਹਾਂਗਾ ਕਿ ਲਾੜਾ ਲੁੱਡੀਆਂ ਬਣਨਾ ਹੈ ਪਰ ਪਾਪਾ
ਭੰਗੜੇ ਦਾ ਕੈਪਟਨ ਹੋਣਾ ਕੋਈ ਛੋਟੀ ਗੱਲ ਨਹੀਂ। ਅੱਛਾ, ਮੈਂ ਕਿਸੇ ਭੰਗੜੇ ਵਾਲੇ ਨੂੰ ਤਨਖਾਹ ਮਿਲਦੀ ਤਾਂ ਦੇਖੀ ਨਹੀਂ ਅੱਜ ਤੱਕ। ਕਾਕਾ ਜੀ, ਤੁਹਾਡੇ ਬਸ ਦਾ ਕੰਮ ਨਹੀਂ ਹੈ, ਕਿਸੇ ਹੋਰ ਨੂੰ ਭੇਜੋ। ਪਰ ਮੈਂ ਵਿਆਹ ਇਹਨਾਂ ਨਾਲ ਹੀ ਕਰਾਉਣਾ ਹੈ। ਮੈਂ ਗੱਲਬਾਤ ਬਾਰੇ ਕਹਿ ਰਿਹਾ, ਕਿਸੇ ਵੱਡੇ ਨੂੰ ਭੇਜੇ। ਪਰ ਇਹਦੇ ਤਾਂ ਮੰਮੀ ਡੈਡੀ ਵੀ ਨਹੀਂ ਹੈਗੇ ਪਾਪਾ। ਅੱਛਾ, ਕੀ ਹੋਇਆ ਸੀ ਉਹਨਾਂ ਨੂੰ? ਮੰਮੀ ਜੀ ਦਾ ਕਤਲ ਹੋ ਗਿਆ ਸੀ ਜੀ। ਤੇ ਡੈਡੀ? ਉਹਨਾਂ ਨੂੰ ਫਿਰ ਫਾਂਸੀ ਹੋ ਗਈ। ਮੁੰਡਾ ਚੰਗੇ ਖਾਨਦਾਨ ਦਾ ਲੱਗਦਾ। ਇਹ ਰੀਤ ਉੱਥੇ ਹੀ ਬੰਦ ਹੋ ਗਈ ਸੀ ਕਿ ਅੱਗੇ ਵੀ ਚੱਲੂ? ਨਹੀਂ ਜੀ, ਬੰਦ ਹੋ ਗਈ ਸੀ ਜੀ। ਹੁਣ ਤਾਂ ਕਰਦਾ ਧਰਤਾ ਮੇਰੇ ਜੀਜਾ ਜੀ ਨੇ ਜੀ ਸਾਰਾ। ਫਿਰ ਉਹਨਾਂ ਨੂੰ ਭੇਜੀ? ਕੀ ਨਾਂ ਹੈ ਉਹਨਾਂ ਦਾ ਜੀ? ਸੰਦੀਪ ਚੀਮਾ। ਸੇਮ ਨਾਮ ਦਾ ਇੱਕ ਸੱਜਣ ਸਾਡਾ ਵੀ ਹੈ ਜਿਨ੍ਹਾਂ ਦੇ ਆਪਾਂ ਕਿਰਾਏਦਾਰ ਹਾਂ। ਤੂੰ ਹੋਏਂਗੀ, ਮੈਂ ਤਾਂ ਕਿਸੇ ਦਾ ਕਿਰਾਏਦਾਰ ਨਹੀਂ ਹੈ। ਹਾਂ ਉਹ ਚੀਮੇ, ਤੂੰ ਮੈਨੂੰ ਭੇਜੀ, ਕਹੀਂ ਆ ਕੇ ਮਿਲੇ ਮੈਨੂੰ। ਨਹੀਂ, ਆਪਸ ਚ ਹੀ ਮਿਲਦੇ ਰਹੋ ਕਿਸੇ ਪਾਰਕ ਚ ਜਿੱਥੇ ਪੁਲਿਸ ਨਾ ਪੈਂਦੀ ਹੋਵੇ। ਚੰਗਾ, ਚਲੋ ਫਿਰ, ਤੁਹਾਡੀ ਭੰਗੜੇ ਦੀ ਰਿਹਰਸਲ ਦਾ ਟਾਈਮ ਹੋਣਾ ਹੈ। ਚੰਗਾ ਜੀ। ਬਸ ਬਸ ਹੋ ਗਿਆ। ਅੱਜ ਦੀਦੀ ਦੀਦੀ ਅੱਜ ਇੱਕ ਪਾਸਾ ਕਰਵਾਈ ਦਿਓ। ਚਿੰਤਾ ਨਾ ਕਰ, ਤੂੰ ਮੇਰੀ ਹੈਲਪ ਕਰਦੇ ਰਹੋ। ਤੂੰ ਗੱਲ ਸ਼ੁਰੂ ਕਰ। ਜੀਜਾ ਜੀ, ਵਿਆਹ ਤਾਂ ਬੰਦੇ ਦਾ ਇੱਕੋ ਵਾਰੀ ਹੋਣਾ ਹੁੰਦਾ ਨਾ। ਕੀ ਮਤਲਬ ਤੇਰਾ? ਓਹੋ, ਇਹ ਕੁੜੀ ਨੂੰ ਪਿਆਰ ਕਰਦਾ ਹੈ। ਅੱਛਾ, ਬੇਟੇ ਮੂੰ ਤੇਰਾ, ਪਤੰਦਰ ਨੇ ਡਰਾ ਕੇ ਰੱਖਤਾ ਸੀ ਮੈਨੂੰ। ਹੈਂ, ਕਿੰਨਾ ਕੁ ਪਿਆਰ ਕਰਦਾ ਕੁੜੀ ਨੂੰ? ਜਦੋਂ ਮਿਲੀਦਾ ਕਾਫੀ ਕਰੀਦਾ ਜੀ, ਬਾਕੀ ਤੁਸੀਂ ਦੇਖ ਲਿਓ। ਪਿਆਰ ਕਰਦੇ ਹਾਂ? ਨਹੀਂ ਜੀ, ਵੈਸੇ ਵੀ ਕੁੜੀ ਕਿਵੇਂ ਹੈ? ਵੇਖ ਬੱਲਿਆ, ਇਸ਼ਕ ਤਾਂ ਉਸ ਰੱਬ ਸੱਚੇ ਦੀ ਬਖਸ਼ਿਸ਼ ਹੁੰਦੀ ਹੈ। ਲੋਕੀ ਤਾਂ ਐਵੇਂ ਕਹਿੰਦੇ ਫਿਰਦੇ ਆ ਵੀ ਮੈਂ ਉਹ ਕੀਤਾ, ਮੈਂ ਆਹ ਕੀਤਾ। ਜਿਹਨੇ ਇਸ਼ਕ ਨੇ ਕੀਤਾ ਉਹਨੇ ਸਵਾਹ ਕੀਤਾ। ਕੀ ਕਰਦੇ ਆ ਕੁੜੀ ਦੇ ਫਾਦਰ? ਫਾਦਰ ਦਾ ਨਾਮ ਮੇਹਰ ਸਿੰਘ ਹੈ ਜੀ, ਤੇ ਉਹਨਾਂ ਦੀ ਦੁਕਾਨ ਹੈ ਬਾਬਲਪੁਰੀ ਜੀ ਦੇ ਰੇਰੂ ਚੌਂਕ। ਹਾਂਜੀ ਹਾਂਜੀ। ਮੈਂ ਚਪੇੜ ਮਾਰਨੀ ਤੇਰੇ ਮੂੰਹ ਤੇ? ਬਕਵਾਸ ਕਰਦਾ, ਇਸ਼ਕ ਕਰੇਗਾ ਵੱਡਾ ਹੈ ਸਾਲਾ, ਰਾਂਝਾ ਕਿਸੇ ਥਾਂ ਦਾ। ਇਸ਼ਕ ਚੜਿਆ ਇਹਨੂੰ? ਹੈ, ਮੈਂ ਕਚੋਨਾ ਮਾਰ ਕੇ ਤੇਰੀ ਨਾਸਾਂ ਭੰਦਣੀਆਂ? ਇਸ਼ਕ ਦਾ ਭੂਤ ਚੜਿਆ ਜਿਹੜਾ ਤੈਨੂੰ। ਤੁਸੀਂ ਆਪ ਹੀ ਤਾਂ ਕਹੇ ਵੀ ਜਿਹਨੇ ਇਸ਼ਕ ਨਹੀਂ ਕੀਤਾ ਉਹਨੇ ਸਵਾਹ ਕੀਤਾ। ਅਬ ਤੂੰ ਸਵਾਹ ਕਰ ਲੈ, ਮੈਂ ਸਵਾਹ ਇਕੱਠੀ ਕਰ ਲਾਂਗਾ। ਤੇਰਾ ਇਸ਼ਕ ਨਹੀਂ ਉਹ ਇਕੱਠਾ ਹੋਣਾ ਮੇਰੇ ਕੋਲੋਂ। ਕਿਸੇ ਨੂੰ ਪਿਆਰ ਕਰਨ ਚ ਕੀ ਬੁਰਾਈ ਹੈ? ਓਏ, ਉਹ ਪਿੱਤਲ ਤੇ ਸੋਨੇ ਦਾ ਪਾਣੀ ਚੜਾ ਕੇ ਵੇਚੀ ਜਾਂਦਾ ਹੈ। ਤੇ ਕਿਹੜਾ ਕੁੜੀ ਤੇ ਪਾਣੀ ਚੜਾ ਕੇ ਉਹਨੂੰ ਤੋੜ ਦੇਣਾ? ਇੱਕ ਵਾਰੀ ਮਿਲ ਤਾਂ ਲਓ। ਮਿਲ ਤਾਂ ਲਓ, ਤੇ ਉਹ ਮਾਰ ਕੇ ਮਾਂ ਨੂੰ ਤਾਂ ਆਪ ਫਾਂਸੀ ਚੜ ਗਿਆ, ਮੁੰਡੇ ਨੂੰ ਇਸ਼ਕ ਚੜੇ ਨੇ। ਦੀਦੀ ਤੂੰ ਕਿਉਂ ਬੈਠੀ ਹੈ? ਤੁਸੀਂ ਵੀ ਤਾਂ ਭੱਜ ਕੇ ਵਿਆਹ ਕਰਾਇਆ। ਤੇ ਅਸੀਂ ਕਿਹੜਾ ਭੱਜ ਕੇ ਜ਼ਿਆਦਾ ਦੂਰ ਚਲੇ ਗਏ ਸੀ, ਇੱਥੇ ਨੇੜੇ ਕਰਾ ਲਿਆ ਸੀ ਵਿਆਹ। ਠੀਕ ਹੈ ਫਿਰ, ਮੇਰੇ ਕੋਲ ਦੋ ਹੀ ਆਪਸ਼ਨਾਂ ਨੇ, ਜਿਹੜੀ ਠੀਕ ਹੈ ਦੱਸ ਦਿਓ। ਦੋਵੇਂ ਗਲਤ ਨੇ। ਸੁਣੀ ਤੱਕ ਵੀ ਨਹੀਂ? ਇੱਕ ਵਾਰੀ ਸੁਣ ਤਾਂ ਲਓ। ਆਪਸ਼ਨਾਂ ਬੋਲ। ਕਮਿਸ ਕੋਲ ਜ਼ਹਿਰ ਹੈ ਤੇ ਕਿਲੋਮੀਟਰ ਤੇ ਨਹਿਰ ਹੈ। ਤੂੰ ਕਾਕਾ ਡੁੱਬ ਕੇ ਹੀ ਮਾਰ ਫਿਰ, ਮਈ ਮਾਲ ਵੀ ਨਹਿਰ ਚ ਡੁੱਬ ਕੇ ਮਰੇ। ਠੀਕ ਹੈ ਫਿਰ। ਵੀਰੇ, ਮੇਰੀ ਗੱਲ ਸੁਣ। ਵੀਰਾ ਤਾਂ ਹੁਣ ਡੁੱਬੂ। ਵੀਰੇ ਵੀਰੇ, ਉਹ ਵੀਰਾ ਤਾਂ ਹੁਣ ਡੁੱਬੂ ਹੀ ਡੁੱਬੂ। ਤੁਸੀਂ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ। ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਨਾ, ਤਾਂ ਇਸ ਘਰ ਚ ਤਬਾਹੀਆਂ ਮਚ ਜਾਣਗੀਆਂ, ਦੇਖ ਲਓ। ਮੇਰੀ ਗੱਲ ਤਾਂ ਵਿਚਾਰਾ ਮੇਰਾ ਵੀਰ। ਠੀਕ ਹੈ, ਹੁਣ ਤਾਂ ਫਿਰ ਭਈਆ ਦੂਜੀ ਮਨਾਇਆ ਕਰੀ, ਕਰਵਾ ਚੌਥ ਤਾਂ ਤੇਰਾ ਗਿਆ। ਤੇ ਨਾ ਪਾਰੀ ਜੀਤੇ, ਸਾਰੇ ਤੇਰੇ ਮਾਪੇ ਪੜੇ ਲਿਖੇ ਨਹੀਂ ਗਏ। ਘਾਟੀ ਥੋੜਾ ਮਤਲਬ ਜਿਦਾਂ ਅੰਡਰ ਮੈਟ੍ਰਿਕ ਤਾਂ ਹੀ ਜੇ ਪੜੇ ਲਿਖੇ ਹੁੰਦੇ ਘੱਟੋ ਘੱਟ ਤੈਨੂੰ ਇਹਨਾਂ ਤਾਂ ਸਿਖਾਉਂਦੇ ਵੀ ਕਿਸੇ ਦੇ ਘਰੇ ਆਉਣ ਤੋਂ ਪਹਿਲਾਂ ਬਿੱਲ ਮਾਰੀ ਦੀ ਹੁੰਦੀ ਆ। ਤੂੰ ਬਿੱਲ ਮਾਰੀ ਨੂੰ ਰੋਣ ਡਿਆ, ਮੇਰੀ ਮੱਤ ਮਾਰੀ ਪਈ ਹੈ। ਪਾਗਲਾ, ਮੈਂ ਤੈਨੂੰ ਮੁਬਾਰਕ ਦੇਣ ਆਇਆ, ਤੇਰੀ ਪ੍ਰਮੋਸ਼ਨ ਹੋ ਗਈ ਆ। ਥੈਂਕ ਯੂ। ਵੈਸੇ ਮੈਂ ਲੱਗਾ ਕੀ ਆ ਵੀ ਜਿਹੜੀ ਮੇਰੀ ਪ੍ਰਮੋਸ਼ਨ ਹੋ ਗਈ? ਨਹੀਂ, ਉਹ ਤੂੰ ਇੱਕ ਵਾਰੀ ਸਾਲਾ ਬਣ ਕੇ ਗਿਆ ਸੀ ਨਾ ਕਿ ਰਿਸ਼ਤਾ ਤੜਾਉਣ ਵਾਸਤੇ, ਐਰਕੀ ਜੀਜਾ ਬਣ ਕੇ ਜਾ ਰਿਹਾ ਰਿਸ਼ਤਾ ਤੜਾਉਣ ਵਾਸਤੇ, ਚੱਕ ਪ੍ਰਮੋਸ਼ਨ। ਇੱਥੇ ਰੱਖ, ਹੁਣ ਕਿਹਦੇ ਢੋਲ ਦਾ ਪੜਾ ਪਾੜਨਾ? ਮੇਰੇ ਸਾਲੇ ਦਾ ਹੀ ਦਬਾਰ ਤੋਂ। ਉਹ ਸਾਲਿਆ, ਜੀ ਲੈਣ ਦੇ ਉਹਨੂੰ, ਆਪਦੇ ਦੋ ਦੋ ਕਰਾਈ ਫਿਰਦਾ, ਉਹਦਾ ਇੱਕ ਨਹੀਂ ਹੋਣ ਦਿੰਦਾ। ਜੇ ਮੇਰੇ ਸਾਲੇ ਦਾ ਇੱਕ ਆਹ ਰਿਸ਼ਤਾ ਨਾ ਟੁੱਟਿਆ ਤੇ ਮੇਰੇ ਦੋਵੇਂ ਟੁੱਟ ਜਾਣੇ, ਤੈਨੂੰ ਮੈਂ ਦੱਸਾਂ। ਆ ਵੇਖ ਲੈ, ਮਿੰਨਤ ਵਾਲੀ ਗੱਲ ਆ ਯਾਰ, ਚਲਾ ਜਾ। ਵੈਸੇ ਇਹੋ ਜਿਹੇ ਕੰਮ ਦੇ ਪੈਸੇ ਪੂਸੇ ਲੈਂਦੇ ਚੰਗੇ ਤਾਂ ਲੱਗਦੇ ਨਹੀਂ। ਨਹੀਂ ਨਹੀਂ, ਪੈਸੇ ਨਹੀਂ ਹੈਗੇ, ਐਡਰੈਸ ਹੈ ਉੱਥੇ ਜਿੱਥੇ ਜਾਣਾ। ਤੂੰ ਕਿੱਥੇ ਫਸ ਗਿਆ ਬਾਪੂ? ਮੈਂ ਬੰਦੇ ਮਾਰਨ ਵਾਲਾ ਬੰਦਾ ਸਾਲਾ, ਲੋਕਾਂ ਦੀਆਂ ਭਾਨੀਆਂ ਮਾਰਦਾ ਫਿਰਦਾ। ਹੋ ਜਾਏਗਾ ਨਾ ਕੰਮ? ਥੈਂਕ ਯੂ ਸੋ ਮਚ। ਭਾਰੀ ਭੈਣ ਤੋਂ ਮੰਗੀ ਸੀ, ਦੇ ਭਰਾ ਗਿਆ। ਚਲੋ, ਫੈਮਿਲੀ ਤਾਂ ਸਾਲੀ ਇੱਕ ਹੀ ਆ। ਹਾਂਜੀ, ਸਤਿ ਸ੍ਰੀ ਅਕਾਲ ਜੀ, ਬੈਠੋ। ਹਾਂਜੀ, ਲੋਕੀ ਮੈਨੂੰ ਚੀਮਾ ਕਹਿੰਦੇ ਨੇ। ਲੋਕੀ ਤਾਂ ਕੁਛ ਨਾ ਕੁਛ ਕਹਿੰਦੇ ਹੀ ਰਹਿੰਦੇ ਆ, ਪਰਵਾਹ ਨਹੀਂ ਕਰੀਦੀ ਹੁੰਦੀ, ਆਪੇ ਹਟ ਜਾਣਗੇ। ਓ ਨਹੀਂ ਨਹੀਂ, ਮੇਰਾ ਨਾਂ ਚੀਮਾ ਹੈ। ਲੈ, ਫਿਰ ਤਾਂ ਲੋਕਾਂ ਨੇ ਕਹਿਣਾ ਹੀ ਹੋਇਆ, ਗਲਤੀ ਤਾਂ ਫਿਰ ਆਪਣੀ ਹੈ ਸਾਰੀ। ਓ ਤੁਸੀਂ ਸਮਝ ਨਹੀਂ ਰਹੇ। ਹਾਂ,
ਮੈਨੂੰ ਕੈਪਟਨ ਮਨਿੰਦਰ ਨੇ ਭੇਜਿਆ। ਰੈਲੀ ਰੁਲੀ ਆ ਕੋਈ? ਉਹ ਕੈਪਟਨ ਸਾਹਿਬ ਨੇ ਨੀ, ਭੰਗੜੇ ਦੇ ਕੈਪਟਨ ਮਨਿੰਦਰ ਨੇ। ਮੈਂ ਉਹਦਾ ਜੀਜਾ ਆ। ਅੱਛਾ ਅੱਛਾ ਅੱਛਾ, ਤੁਸੀਂ ਵੀ ਉਹਦੇ ਨਾਲ ਭੰਗੜਾ ਭੰਗੜਾ ਪਾਉਂਦੇ ਹੋ? ਨਾ, ਆਪਣਾ ਤਾਂ ਬਿਜ਼ਨਸ ਸੈੱਟ ਹੈ ਜੀ, ਭੰਗੜੇ ਭੰਗੜੇ ਵਾਲੇ ਨੂੰ ਅੱਜ ਕੱਲ ਕੁੜੀ ਕੌਣ ਦਿੰਦਾ? ਜੇ ਭੰਗੜੇ ਵਾਲਿਆਂ ਨੂੰ ਕੋਈ ਕੁੜੀ ਨਹੀਂ ਦਿੰਦਾ ਤਾਂ ਤੁਸੀਂ ਇੱਥੇ ਕੀ ਕਰਨ ਆਏ ਹੋ? ਮੈਂ ਤਾਂ ਇਹੀ ਦੇਖਣ ਆਇਆ ਵੀ ਐਸਾ ਕਿਹੜਾ ਕਮੜਾ ਏ ਜਿਹੜਾ ਕੁੜੀ ਦੇਣ ਨੂੰ ਤਿਆਰ ਹੋ ਗਿਆ। ਬਦਤਮੀਜ਼ੀ ਹੈ। ਵਾਹ, ਤੁਸੀਂ ਤਾਂ ਬੜਾ ਮੇਰੇ ਆਉਂਦੇ ਦੇ ਮੂਹਰੇ ਰੂਹ ਅਫਜ਼ਾ ਧਰਤਾ। ਜਿਹੋ ਜਿਹੇ ਬਦਾਮ ਮੇਰੇ ਅੱਗੇ ਕੀਤੇ ਹੋਈ ਮੈਂ ਤੁਹਾਡੇ ਅੱਗੇ ਕਰਤੇ? ਤੁਸੀਂ ਮੇਰੀ ਦੁਕਾਨ ਤੇ ਆ ਕੇ ਮੇਰੀ ਬੇਇੱਜ਼ਤੀ ਕਰ ਰਹੇ ਹੋ? ਤੁਸੀਂ ਜਿੱਥੇ ਕਰਾਉਣੀ ਆ ਆਪਾਂ ਉੱਥੇ ਚਲੇ ਚੱਲਦੇ ਆ, ਖਰਚਾ ਮੇਰਾ। ਇਹਦਾ ਮਤਲਬ ਤੁਸੀਂ ਲੜਾਈ ਕਰਨ ਆਏ ਹੋ ਮੇਰੇ ਨਾਲ? ਨਾ ਜੀ, ਮੈਂ ਤਾਂ ਆਪਦੇ ਸਾਲੇ ਦਾ ਰਿਸ਼ਤਾ ਕਰਨ ਆਇਆ, ਲੜਾਈ ਤਾਂ ਤੁਸੀਂ ਕਰੀ ਜਾਂਦੇ ਹੋ। ਇਸ ਤਰ੍ਹਾਂ ਕਿਸ ਤਰ੍ਹਾਂ ਕਰਦੀ ਹੈ ਰਿਸ਼ਤਾ? ਤੁਹਾਡਾ ਸਾਲਾ ਕੰਮ ਤਾਂ ਕੋਈ ਕਰਦਾ ਨਹੀਂ। ਨਾ, ਤੁਸੀਂ ਛਣਕਣਾ ਕਰਦੇ ਹੋ, ਤੁਹਾਡੇ ਵੀ ਤਾਂ ਕਾਰੀਗਰੇ ਕਰਦੇ ਨੇ। ਅਸੀਂ ਕਿਉਂ ਕਰੀਏ ਕੰਮ? ਅਸੀਂ ਦੁਕਾਨ ਦੇ ਮਾਲਕ ਹੈ। ਵਾਹ, 50 ਰੁਪਏ ਮਹੀਨਾ ਕਿਰਾਏ ਤੇ ਕਿਸੇ ਦੀ ਦੁਕਾਨ ਦੱਬੀ ਹੈ, ਅਖੇ ਅਸੀਂ ਦੁਕਾਨ ਦੇ ਮਾਲਕ ਆ। ਐਦਾਂ ਤਾਂ ਮੇਰਾ ਸਾਲਾ ਵੀ 32 ਕਿੱਲਿਆਂ ਦਾ ਮਾਲਕ ਆ, ਉਹ ਕਿਉਂ ਕਰੇ ਕੰਮ? ਹੁਣ ਤਾਂ 32 ਕਿੱਲਿਆਂ ਦਾ ਮਾਲਕ ਅਸੀਂ। ਕਿੰਨੇ ਕਿੱਲੇ ਕਹੇ ਸੀ? 32। 32 ਕਿੱਲਿਆਂ ਦਾ ਕੱਲਾ ਮਾਲਕ ਹੈ ਉਹ? ਕੱਲਾ ਹੋਊਗਾ 32 ਕਿੱਲਿਆਂ ਦਾ ਮਾਲਕ, ਅਸੀਂ ਕੀ ਲੈਣਾ? ਚਲੋ ਠੀਕ ਹੈ, ਫਿਰ ਰਿਸ਼ਤੇ ਲਿਓ ਨਾ ਹੀ ਸਮਝੀਏ, ਮਾਲਕ ਚੜ੍ਹਦੀ ਕਲਾ ਚ ਰੱਖੇ। ਗੱਲ ਸੁਣ, ਹੱਡੀਆਂ ਤੋੜਨ ਵਾਲਾ ਬੰਦਾ ਜੀ ਪਹਿਲੀ ਵਾਰੀ ਰਿਸ਼ਤਾ ਤੋੜ ਕੇ ਆਇਆ, ਕਿੱਦਾਂ ਦਾ ਲੱਗ ਰਿਹਾ? ਚੇਂਜ ਚੇਂਜ ਜਿਹਾ ਲੱਗ ਰਿਹਾ, ਪਰ ਇੱਕ ਗੱਲ ਆ, ਮੇਰੀ ਤੋੜੀ ਹੱਡੀ ਭਾਵੇਂ ਜੁੜ ਜੇ, ਆ ਰਿਸ਼ਤਾ ਨਹੀਂ ਜੁੜਦਾ। ISI ਮਾਰਕਾ ਲਾ ਕੇ ਤੋੜਿਆ ਸਾਲਾ। ਮਾਰਕਾ ਤੇ ਪਤਾ ਨਹੀਂ ਸਾਲਿਆ, ਮੇਰਾ ਸਾਲਾ ਮਾਰਤਾ ਤੂੰ। ਚੱਲ ਬਹਿ ਜਾ। ਚੱਲ ਹੁਣ ਨਕਲੀ ਜਿਹਾ ਅਫਸੋਸ ਤਾਂ ਕਰ ਲਈਏ। ਐਂ ਕਰ, ਤੂੰ ਕਰ ਅਫਸੋਸ, ਮੈਂ ਬੀਅਰ ਫੜ ਕੇ ਲਿਆਉਣਾ। ਪਰ ਅਫਸੋਸ ਐਸਾ ਕਰੀ ਵੀ ਉਹਨੂੰ ਪਤਾ ਨਾ ਲੱਗੇ ਵੀ ਅੰਦਰੋਂ ਅੰਦਰੀ ਤੂੰ ਖੁਸ਼ ਹੈ। ਨੇਰੀਆਂ ਲਿਆ ਦੇਵਾਂਗੇ। ਹੈਲੋ ਹੈਲੋ ਸਾਲੇ ਵੀਰੇ, ਕੋਈ ਗੱਲ ਨੀ ਹੈ, ਟੈਨਸ਼ਨ ਨੀ ਲਈਦੀ ਹੁੰਦੀ, ਰੱਬ ਜੋ ਕਰਦਾ ਠੀਕ ਹੀ ਕਰਦਾ। ਜੀਜਾ ਜੀ, ਰੱਬ ਇਸ ਤੋਂ ਵਧੀਆ ਹੋਰ ਕੀ ਕਰੂ? ਲਵ ਯੂ ਟੂ ਮਚ ਜੀਜਾ ਜੀ, ਲਵ ਯੂ ਟੂ ਮਚ। ਸਾਲਾ ਹਿੱਲ ਗਿਆ ਲੱਗਦਾ। ਹਾਂ ਜੀਜਾ ਜੀ, ਹਰਲੀਨ ਦੇ ਡੈਡੀ ਰਿਸ਼ਤੇ ਲਈ ਮੰਨ ਗਏ। ਕੀ? ਉਹ ਤਾਂ ਅੱਜ ਹੀ ਆ ਰਿਹਾ ਠਾਕਾ ਲਾਉਣ। ਠਾਕਾ? ਹਾਂਜੀ ਹਾਂਜੀ ਠਾਕਾ। ਕਮਾਲ ਕਰੀ ਜਾਣਾ, ਤੈਨੂੰ ਸਾਲੇ ਐਕਟਿੰਗ ਟਰਾਈ ਕਰਨੀ ਚਾਹੀਦੀ ਆ ਫਿਲਮਾਂ ਫਿਲਮਾਂ ਚ। ਉਹਨਾਂ ਨੇ ਤਾਂ ਫੇਸਬੁੱਕ ਤੇ ਮੇਰੀ ਫੋਟੋ ਵੀ ਅਪਲੋਡ ਕਰਤੀ, ਸਾਡਾ ਕਮਿੰਗ ਸੂਨ ਜੋਈ, ਅੱਜ ਹੀ ਆ ਰਿਹਾ ਮੰਗਣੀ ਕਰਨ। ਤੇਰੀ ਸਾਲਿਆ। ਹਾਂਜੀ ਮੇਰੀ ਜੀਜਾ ਜੀ। ਤੂੰ ਨਹੀਂ ਬਚਦਾ। ਠੀਕ ਆ, ਚੱਕ ਦੇ ਫੱਟੇ। ਹੁਣ ਤਾਂ ਬਚ ਗਿਆ, ਹੁਣ ਨਹੀਂ ਮੇਰਾ ਡੁੱਬਦਾ। ਉਹ ਵਧਾਈਆਂ ਯਾਰ ਤੈਨੂੰ, ਫੋਨ ਕੱਟ ਬਸ। ਕੀ ਹੋਇਆ? ਸਾਲਾ ISI ਮਾਰਕੇ ਦਾ ਕੀ ਕਹਿਆ ਉਹਨੂੰ, ਮੇਰ ਸਿੰਘ ਨੂੰ? ਉਹ ਤੇ ਸ਼ਰਾਧਾ ਦੀ ਸ਼ਕਲ ਲੈ ਕੇ ਆ ਰਿਹਾ ਮੇਰੇ ਸਾਲੇ ਦਾ। ਕਮਾਲ ਦੀ ਗੱਲ ਆ, ਜਿੰਨਾ ਮਾੜਾ ਮੈਂ ਬੋਲ ਕੇ ਆਇਆ, ਉਹ ਇਦੋਂ ਬਾਅਦ ਤਾਂ ਬੰਦਾ ਤੁਹਾਡੇ ਘਰੇ ਮਰੇ ਤੇ ਬੈਣ ਪਾਉਣ ਨਾ ਆਵੇ, ਉਹ ਸ਼ਗਨ ਪਾਉਣ ਆ ਰਿਹਾ। ਮੈਨੂੰ ਤਾਂ ਕੁੜੀ ਦੇ ਕਰੈਕਟਰ ਤੇ ਸ਼ੱਕ ਹੋ ਰਿਹਾ, ਪਤਾ ਕਰਾ ਲਾ ਵੀ ਠੀਕ ਆ ਕਿ ਨਹੀਂ। ਉਹ ਯਾਰ, ਕੁੜੀ ਜਿੱਦਾਂ ਦੀ ਮਰਜ਼ੀ ਹੋਵੇ, ਆਖਰ ਤੇ ਕਿਸੇ ਨਾ ਕਿਸੇ ਦੇ ਘਰ ਜਾਣੀ ਹੁੰਦੀ ਨਾ ਵਿਆਹ ਕੇ। ਹੈਲੋ, ਮੇਰੀ ਗੱਲ ਸੁਣ ਲੈ, ਹੁਣ ਮੇਰੀ ਥਾਂ ਤੇ ਮਨਿੰਦਰ ਦਾ ਜੀਜਾ ਬਣ ਕੇ ਨਾ ਇਹ ਵਿਆਹ ਤੂੰ ਹੀ ਭੁਗਤਾਏਗਾ, ਤਾਂ ਹੀ ਬਣੇਗਾ ਮੇਰਾ ਜੀਜਾ। ਸਲਾਬ, ਜਿਵੇਂ ਦੋ ਦੋ ਥਾਂ ਤੇ ਜੀਜਾ ਬਣਿਆ ਹੋਇਆ, ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਜੀਜਾ ਬਣਾਊਗਾ। ਵਿਆਹ ਦਾ ਸਾਰਾ ਇੰਤਜ਼ਾਮ, ਹਰ ਚੀਜ਼ ਆਪਣੇ ਹੱਥੀ ਸਜਾਈਦੀ ਆ, ਸਿਰਫ ਵਹਟੀ ਨੀ ਛੱਡ ਕੇ। ਲਾੜਾ ਵੀ ਸਜਾ ਦਿੰਦੇ? ਜੇ ਪੇਮੈਂਟ ਪੂਮੈਂਟ ਟਾਈਮ ਸਿਰ ਨਾ ਮਿਲੇ ਤਾਂ ਕਈ ਵਾਰੀ ਲਾੜਾ ਵੀ ਸਜਾ ਦੇਈਦਾ। ਬਹੁਤ ਸ਼ੁਕਰੀਆ। ਚਲੋ ਜੀ, ਦੈਟਸ ਵੈਰੀ ਗੁੱਡ, ਬਸ ਇੰਤਜ਼ਾਮ ਵਧੀਆ ਹੋਣਾ ਚਾਹੀਦਾ। ਲੈ ਵਧੀਆ, ਅਗਲਾ ਪੂਰੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਵੈਡਿੰਗ ਪਲੈਨਰ ਹੈ। 6-6 ਸਾਲ ਵਾਰੀ ਨਹੀਂ ਆਉਂਦੀ ਲੋਕਾਂ ਦੀ, ਜਿਹੜੇ ਲਾੜੇ ਵਹੁਟੀਆਂ ਅਜੇ ਸਕੂਲ 'ਚ ਪੜ੍ਹਦੇ ਆ ਨਾ 9ਵੀਂ 10ਵੀਂ 'ਚ, ਉਹਨਾਂ ਦੇ ਐਡਵਾਂਸ ਫੜੀ ਬੈਠਾ। ਉਹ ਤਾਂ ਸੰਦੀਪ ਮਰਾਈ ਯਾਰ ਬਣ ਗਿਆ ਜੀ, ਬਾਈ ਚਾਂਸ। ਅਦਰਵਾਈਜ਼ ਜੀ ਆ ਮਟਿੰਦਰ ਮੇਰੇ ਕੋਲੇ ਡਾਇਰੈਕਟ ਆਉਂਦਾ ਨਾ ਜੀ, ਆ ਬਿੱਜੂ ਦੇ ਧੌਲੇ ਆ ਜਾਣੇ ਸੀਗੇ, ਪਰ ਵਿਆਹ ਦੀ ਡੇਟ ਨਹੀਂ ਸੀ ਮਿਲਣੀ। ਧੌਲੇ ਤਾਂ ਸਾਲੇ ਦੇ ਹੁਣ ਵੀ ਆਏ ਹੋਏ ਆ, ਡਾਈ ਲਾਉਂਦਾ। ਪਰ ਮੈਂ ਤੁਹਾਡੀ ਕੰਪਨੀ ਦਾ ਨਾਂ ਨਹੀਂ ਸੁਣਿਆ ਜੀ ਕਦੇ। ਨਾਂ ਤਾਂ ਹਲੇ ਛੋਟੇ ਵੀਰ ਮੈਂ ਦੱਸਿਆ ਹੀ ਨਹੀਂ। ਹੁਣ ਤੱਕ ਕਿਹਦੇ ਕਿਹਦੇ ਵਿਆਹ ਕਰਵਾਇਆ ਜੀ? ਸਲਮਾਨ ਖਾਨ ਦਾ ਨਾਂ ਸੁਣਿਆ ਜੀ। ਸੁਣਿਆ ਜੀ? ਉਹਦੇ ਵਿਆਹ ਦਾ ਸਾਰਾ ਇੰਤਜ਼ਾਮ ਆਪਾਂ ਹੀ ਕੀਤਾ, ਪਰ ਉਹਦਾ ਤਾਂ ਹਲੇ ਵਿਆਹ ਹੀ ਨਹੀਂ ਹੋਇਆ। ਛੋਟੇ ਐਡਵਾਂਸ ਫੜਿਆ ਹਲੇ, ਵਿਆਹ ਦੀ ਵਾਰੀ ਤਾਂ ਹਲੇ 6 ਸਾਲਾਂ ਬਾਅਦ ਆਉਣੀ ਆ ਉਹਦੀ। ਛੱਡੋ ਹੁਣ, ਤੁਸੀਂ ਦੱਸੋ ਕੀ ਲਾਓਗੇ? ਆ ਪੇਮੈਂਟ ਤਾਂ ਜੀ ਦੇਖੋ ਚੈੱਕ ਰਾਹੀਂ ਲਵਾਂਗੇ ਜੀ। ਨਹੀਂ ਮੈਂ ਪੁੱਛ ਰਹੀ ਸੀ ਚਾਹ ਕਾਫੀ ਕੁਛ। ਯਾਰ ਬੀਬੀਆਂ ਨੂੰ ਬੜੀ ਪ੍ਰੋਬਲਮ ਹੁੰਦੀ, ਸਿੱਧਾ ਚਾਹ ਕਾਫੀ 'ਚ ਜਾ ਕੇ ਵੜਦੀਆਂ, ਹੋਰ ਵੀ 100 ਗੱਲਾਂ ਹੁੰਦੀਆਂ ਪੁੱਛਣ ਵਾਲੀਆਂ। ਓਕੇ, ਤੁਹਾਨੂੰ ਕੋਈ ਪੁੱਛੇ ਵੈਡਿੰਗ ਕੌਣ ਪਲਾਨ ਕਰ ਰਿਹਾ, ਕੀ ਕਹੋਗੇ? ਇਹ ਮੰਨ ਲਓ ਉੱਥੇ ਨਹੀਂ, ਫੇਰ ਇਹ ਉਹ ਛੱਡ ਕੇ ਅਗਲੇ ਦਾ ਨਾਂ ਹੀ ਪੁੱਛ ਲਓ ਸਿੱਧਾ। ਗੁੱਡ ਆਈਡੀਆ, ਸੌਰੀ ਮੈਂ ਤਾਂ ਤੁਹਾਡਾ ਨਾਂ ਹੀ ਨਹੀਂ ਪੁੱਛਿਆ। ਪੁੱਛੋ ਜੀ, ਕੀ ਨਾਂ ਹੈ ਤੁਹਾਡਾ? ਬੰਦੇ ਨੂੰ ਗੌਰਵ ਜੈਨ ਕਹਿੰਦੇ ਨੇ ਜੀ, ਤੇ ਗੌਰਵ ਜੈਨ ਨੂੰ ਸ਼ਾਰਟ 'ਚ GJ ਕਹਿੰਦੇ ਨੇ ਜੀ।
love you, GJ. GJ. Nice name. GJ. GJ. ਹਰਲੀਨ ਜੀ, ਇਹ ਨੇ ਮੇਰੇ ਮਿੱਤਰ ਪਵਿੱਤਰ ਕੰਗ੍ਰੈਚੁਲੇਸ਼ਨਸ ਜੀ ਭਾਬੀ ਜੀ। ਥੈਂਕ ਯੂ ਜੀ। ਖਾਓ ਪੀਓ ਜੀ ਕੁਛ। ਚੀਮਿਆ ਬਸ ਤਾਂ ਨਹੀਂ ਜਾਵਾਂਗੇ ਓਏ। ਨਾ ਨਾ ਬਸ, ਤੂੰ ਸਾਰੇ ਵਿਆਹ 'ਚ ਮੇਰੇ ਨਾਲ ਨਾਲ ਜੁੜ ਕੇ ਰਹੀਂ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜੀਜਾ ਹੈ ਕਿ ਜੀਤਾ ਹੈ। ਸਾਰੇ ਰਿਸ਼ਤੇਦਾਰ ਆ ਗਏ। ਤੇਰੇ ਜੀਜਾ ਜੀ ਵੀ ਆ ਗਏ। ਓਹ ਇੰਨੀ ਲੇਟ ਕਿਉਂ ਹੋਏ? ਪੱਗ ਬੰਨਣ 'ਚ ਲੇਟ ਹੋ ਗਏ ਹੋਣਗੇ ਜੀ। ਪੱਗ? ਹਾਂਜੀ ਹਾਂਜੀ ਪੱਗ। ਕਿਹਦੀ? ਆਪਦੀ ਜੀ, ਹੋਰ ਕਿਹੜਾ ਇੰਦਰਜੀਤ ਨਿੱਕੂ ਦੀ ਬੰਨ ਕੇ ਆਉਂਦੇ ਆ ਇਹ? ਆਪਦੀ ਪੱਗ ਬੰਨ ਕੇ ਘਰ ਹੀ ਛੱਡ ਆਉਂਦੇ ਆ? ਡੈਡੀ, ਮੇਰੀ ਡੋਲੀ ਤੋਰਨ ਤੋਂ ਬਾਅਦ ਪੀ ਲੈਂਦੇ, ਕਿਉਂ ਐਵੇਂ ਉੱਠ ਪਟਾਂਗ ਬੁੱਲੀ ਜਾਂਦੇ ਹੋ? ਮੈਂ ਤਾਂ ਸੁਣਗੀ ਵੀ ਨਹੀਂ। ਮਨਿੰਦਰ, ਹਾਂਜੀ, ਇਹਨਾਂ ਨੂੰ ਮਿਲੋ, ਇਹ ਮੇਰੀ ਫਰੈਂਡ ਸੋਨੀਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਮੇਰੀ ਪਿਆਰੀ ਭਾਬੀ। ਆਗੇ? ਓ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਚੰਗਾ ਹੋਇਆ ਤੁਸੀਂ ਵੀ ਬਿਨਾਂ ਬੁਲਾਏ ਆ ਗਏ। ਜਿੱਥੇ ਇੰਨੇ ਲੋਕਾਂ ਨੇ ਰੋਟੀ ਖਾਣੀ ਆ ਉੱਥੇ ਤੁਸੀਂ ਵੀ ਛਕ ਲਿਓ। 1800 ਰੁਪਏ ਦੀ ਪਲੇਟ ਹੈ। ਤਾਂ ਕੀ ਹੋ ਗਿਆ? ਸਾਡੀ ਦੁਕਾਨ ਦਾ 3 ਸਾਲ ਦਾ ਕਿਰਾਇਆ ਕੱਟ ਲਿਓ ਤੁਸੀਂ, ਤੁਹਾਡੀ ਰੋਟੀ ਦੀ ਇੱਕ ਪਲੇਟ ਦੇ ਪੈਸੇ ਪੂਰੇ ਹੋ ਹੀ ਜਾਣੇ। ਇਹ ਮੇਰਾ ਦੋਸਤ ਹੈ ਜੀ, ਮੈਂ ਮਿਲਾਇਆ। ਚਲੋ, ਨਾ ਵੀ ਬੁਲਾਇਆ ਹੁੰਦਾ, ਅਸੀਂ ਕਿਹੜਾ ਮਾਈਂਡ ਕਰਨਾ ਸੀਗਾ। ਮਾਈਂਡ ਹੁੰਦਾ ਤੇ ਤੁਸੀਂ ਘਰ ਜਾਣਾ ਸੀ, ਪੱਕੀ ਗੱਲ ਹੈ। ਚਲੋ ਛੱਡੋ ਇਹਨਾਂ ਗੱਲਾਂ ਨੂੰ, ਕੁਲਫੀ ਜ਼ਰੂਰ ਖਾ ਕੇ ਜਾਇਓ ਫਲੂਦੇ ਵਾਲੇ, ਉੱਪਰ ਨਾ ਗੂੰਦ ਕਤੀਰਾ ਪਵਾ ਲਿਓ। ਤੁਸੀਂ ਇੱਥੇ ਕੀ ਕਰਦੇ ਪਏ ਹੋ? ਮੇਰੀ ਫਰੈਂਡਸ ਕਦੀ ਪੁੱਛ ਰਿਆ ਨੇ ਕਿ ਮੇਰੇ ਹਸਬੰਡ ਕਿੱਥੇ ਨੇ। ਕਿੱਥੇ ਕੀ ਲਾਇਆ ਹੋਇਆ? ਕਿੱਥੇ ਕਿੱਥੇ? ਚਲੋ ਹੁਣ। ਭੈਣ ਜੀ, ਮੈਨੂੰ 1 ਮਿੰਟ ਇਹਨਾਂ ਨਾਲ ਕੰਮ ਹੈ। ਤੁਸੀਂ ਇਹਨਾਂ ਨੂੰ ਰੱਖੋ, ਤੁਸੀਂ ਮੇਰੇ ਨਾਲ ਚਲੋ। ਹੈ ਮੇਰੇ ਐਡਾ ਵੀ ਕੀ ਐਡਵਾਂਸ ਹੋਣਾ ਵੀ ਜੇ ਹਸਬੰਡ ਬਿਜ਼ੀ ਹੈ ਤਾਂ ਦੋਸਤੀ ਚੱਲੂ? ਤੁਸੀਂ ਇਹਨੂੰ ਸਮਝਾਉਂਦੇ ਕਿਉਂ ਨਹੀਂ ਕੁਛ? ਆ ਵੀਰੇ, ਜਨਾਨੀਆਂ ਸੁਣਦੀਆਂ ਕਿਸੇ ਦੀ ਗੱਲ? ਛੱਡੋ, ਤੁਸੀਂ ਦੱਸੋ ਕੀ ਕੰਮ ਸੀ? ਜੀਜੇ, ਜੀਜੇ, ਇਹ ਕੀ ਤਰੀਕਾ ਹੋਇਆ ਬੁਲਾਉਣ ਦਾ? ਆ ਵੀਰੇ ਛੱਡੋ, ਆਪਾਂ ਕਿਸੇ ਨੂੰ ਅਕਲ ਸਿਖਾਉਣ ਤੋਂ ਤਾਂ ਰਹੇ। ਓ ਜੀਜੇ, ਆਇਆ 1 ਮਿੰਟ। ਹੱਦ ਹੈ, ਇਹ ਤਾਂ ਕੱਲ ਨੂੰ ਮੈਨੂੰ ਵੀ ਐਦਾਂ ਹੀ ਵਾਜਾ ਮਾਰੂ। ਸੌਰੇ, ਓ ਸੌਰੇ। ਹਾਂ ਦੱਸ, ਮੇਰੇ ਸੌਰਾ ਸਾਹਿਬ ਨੂੰ ਪੁੱਛ ਲਓ, ਕੰਨੇਦਾਨ ਤਾਂ ਫੇਰ ਵੀ ਹੁੰਦਾ ਰਹੂ, ਜੇ ਕੁੱਟ ਲਾਉਣੀ ਹੈ ਤਾਂ ਲਾ ਲੈਣ। ਲੋ ਆਈ ਦਿੰਦੇ ਆ। ਦੱਸ, ਤੈਨੂੰ ਕੋਈ ਤਮੀਜ਼ ਤਮੂਜ ਹੈ ਕਿ ਨਹੀਂ? ਕਿਉਂ, ਮੈਂ ਕੀ ਕਰਤਾ ਹੁਣ? ਆਪਣੇ ਜੀਜਾ ਜੀ ਨੂੰ ਕਿਵੇਂ ਬੁਲਾਉਣਾ? ਜਿਵੇਂ ਬੁਲਾਈਦਾ ਉਵੇਂ ਬੁਲਾਉਣਾ। 1 ਮਿੰਟ, ਜੀਜੇ ਬੋਲ, ਇਹ ਨੇ ਮੇਰੇ ਸਹੁਰਾ ਸਾਹਿਬ। ਉਹ ਤੇਰਾ ਦਿਮਾਗ ਠੀਕ ਹੈ? ਇਹਨੂੰ ਤਾਂ ਪਤਾ ਹੈ। ਚਲੋ, ਆ ਤਾਂ ਵਧੀਆ ਹੈ, ਤੁਸੀਂ ਸਾਰੇ ਕੰਮ ਛੱਡ ਕੇ ਮੇਰੇ ਸਹੁਰਾ ਸਾਹਿਬ ਦੇ ਅੱਗੇ ਪਿੱਛੇ ਰਹਿਣਾ। ਜੀਜੇ, ਤੂੰ ਤਮੀਜ਼ ਸਿੱਖ ਲੈ, ਨਹੀਂ ਤਾਂ ਹੱਦ ਹੋ ਗਈ। ਡੈਡੀ, ਇੱਕ ਤਾਂ ਤੁਹਾਡੀ ਸੇਵਾ 'ਚ ਬੰਦਾ ਲਾ ਰਿਹਾ, ਉਹ ਤਾਂ ਮੈਨੂੰ ਤਮੀਜ਼ ਹੈ ਨਹੀਂ। ਖੁਸ਼ੀ ਦੇ ਮੌਕੇ ਤੇ ਐਦਾਂ ਮੂੰਹ ਬਣਾ ਕੇ ਨਾ ਫਿਰੋ, ਸਗੋਂ ਇੰਜੋਏ ਕਰੋ ਤੇ ਜੀਜਾ ਜੀ ਨੂੰ ਵੀ 2 ਪੈਕ ਲਵਾਓ। ਹੁਣ ਠੀਕ ਹੈ ਜੀਜਾ ਜੀ? ਜੀਜੇ, ਕੀ ਆਇਲਾ, ਆਪ ਲੋਗ ਐਸੇ ਕਿਉਂ ਦੇਖ ਰਹੇ? ਅਗਰ ਡਾਂਸ ਅੱਛਾ ਲਗਾ ਤਾਂ ਤਾਲੀਆਂ ਦੇ ਵਜਾ। ਥੈਂਕ ਯੂ ਸਰ, ਮੈਂ ਦਿੱਤਾ ਕਮਾਲ। ਸ਼ੁਕਰੀਆ ਮਿਹਰਬਾਨੀ, ਸ਼ੁਕਰੀਆ ਮਿਹਰਬਾਨੀ। ਸੋ ਅਸਲੀ ਰਿਤਿਕ ਰੋਸ਼ਨ ਤੋਂ ਵੀ ਵਧੀਆ, ਡੁਪਲੀਕੇਟ ਰਿਤਿਕ ਰੋਸ਼ਨ ਤੋਂ ਬਾਅਦ ਸਿੰਗ ਸਕਿੰਗ ਤੇ ਡਾਂਸ ਕਰਨ ਲਈ ਸਾਰੇ ਤਿਆਰ ਹੋ ਜਾਓ, ਕਿਉਂਕਿ ਆ ਰਹੇ ਨੇ ਬਾਲੀਵੁੱਡ ਦੇ ਸਭ ਤੋਂ ਵੱਡੇ ਸਟਾਰ ਅਕਸ਼ੇ ਕੁਮਾਰ। ਹਾਂਜੀ ਭਰਾਓ ਤੇ ਭੈਣੋ, ਆ ਰਹੇ ਨੇ ਅਕਸ਼ੇ ਕੁਮਾਰ ਦੇ ਡੁਪਲੀਕੇਟ ਬਖਸ਼ੇ ਕੁਮਾਰ। ਉਹ ਜਾਲੀ ਕੋਟ ਫਟ ਗਿਆ ਤੇਰਾ? ਓਏ ਮਾਮਾ, ਫਟ ਗਿਆ ਤੇ ਕੀ ਹੋਇਆ? ਸਿੰਗ ਸਕਿੰਗ ਵੇਲੇ ਸਵਾਇਆ ਸੀ, ਇੰਨੇ ਸਾਲਾਂ 'ਚ ਤੇ ਫਿਲਮਾਂ ਦੇ ਪ੍ਰਿੰਟ ਘਸ ਜਾਂਦੇ ਨੇ, ਤੇ ਫਿਰ ਵੀ ਕੋਟ ਹੈ? ਤੇ ਮਾਮਾ ਰਫੂ ਨਹੀਂ ਕਰਾਇਆ ਜਾਂਦਾ? ਓ ਕਿੱਥੋਂ ਕਿੱਥੋਂ ਰਫੂ ਕਰਾਵਾ, ਸਭ ਜਗ੍ਹਾ ਤੋਂ ਫਟ ਗਿਆ। ਨਾਲੇ ਇੱਕ ਵਿਆਜ 10 ਵਾਰੀ ਸਿੰਗ ਸਕਿੰਗ ਦੀ ਆਈਟਮ ਕਰਵਾ ਲੈਣੇ ਨੇ ਮੇਰੇ ਕੋਲੋਂ। ਇਹਨੂੰ ਦੇਖੋ ਕਿੱਥੇ ਅਕਸ਼ੈ ਕੁਮਾਰ ਨਾਲ, ਉਹ ਲੰਡਨ ਵਾਲੀ ਕਤਰੀਨਾ ਕੈਫ, ਇੱਥੇ ਮੇਰੇ ਨਾਲ ਲੰਡਨ ਵਾਲੀ ਭੋਲੀ ਭੇਜ ਦਿੰਦੇ ਨੇ। ਇਹ ਦੇਖੋ ਕਿਸ ਤਰ੍ਹਾਂ ਚਿਕਨ ਖਾ ਰਹੀ ਹੈ, ਲੱਗਦਾ ਪੂਰਾ ਪੋਲਟਰੀ ਫਾਰਮ ਖਾ ਜਾਊਗੀ। ਉਹ ਇਹਨਾਂ ਨਾ ਖਾ ਚੁੰਝ ਨਿਕਲਾਊਗੀ। ਜੂ ਸ਼ਟ ਅਪ, ਆਪਣੇ ਆਪ ਨੂੰ ਅਸਲੀ ਅਕਸ਼ੈ ਕੁਮਾਰ ਸਮਝਣ ਲੱਗ ਪਏ ਹੈ। ਜਾਂ ਮੈਂ ਨਹੀਂ ਕਰਦੀ ਤੇਰੇ ਨਾਲ ਐਟਮ ਐਟਮ। ਵੀ ਰਾਜੂ, ਗੁਲਾਬ ਜਾਮਨ ਲਿਆਈ ਵੇ? ਉਹ ਜਿੰਨੀ ਤੇਰੀ ਪ੍ਰੈਕਟਿਸ ਹੋ ਗਈ ਹੈ ਨਾ ਖਾਣ ਦੀ, ਤੂੰ ਦੰਦਾਂ ਨਾਲ ਸਰੀਆ ਮੋੜਨ ਦੀ ਆਈਟਮ ਲਾ ਕੇ ਭੋਲੀਏ। ਲਓ ਜੀ, ਹੁਣ ਆ ਰਹੇ ਨੇ ਬਖਸ਼ੇ ਕੁਮਾਰ ਤੁਹਾਨੂੰ ਲੁੱਟਣ। ਨਾ ਲੁੱਟਣ ਨੂੰ ਮੈਂ ਝੋਣਾ ਮੋੜਾਂ? ਉਹ ਸਾਲੇ ਨੂੰ ਕਿੰਨੀ ਵਾਰੀ ਸਮਝਾਇਆ ਸਟੇਜ ਲੁੱਟਣ ਕਹੀਦਾ? ਤੇ ਮਾਮਾ ਸਟੇਜ ਲੁੱਟ ਲਾ ਜਾ ਕੇ ਹੁਣ। ਉਹ ਮਜ਼ਾ ਹੀ ਕਿਰਕਿਰਾ ਕਰਤਾ ਸਾਲੇ ਨੇ। ਯਾਰ ਬਖਸ਼ਿਆ, ਸਿੰਘ ਸਕਿੰਗ ਵਾਲੀ ਸੀਡੀ ਫਸ ਗਈ। ਪਹਿਲਾਂ ਮੇਰਾ ਕੋਟ ਫਟ ਗਿਆ, ਉਹ ਤਾਂ ਮੇਰੀ ਸੀਡੀ ਫਸ ਗਈ। ਮੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਤੁਸੀਂ ਲੋਕਾਂ ਨੇ। ਜਾ ਜਾ ਕੇ ਪਿੰਡ ਵਾਲੀ ਸੀਡੀ ਲੈ, ਜਲਦੀ ਮਾਰ। ਉਹ ਦੇਖ ਮਨਿੰਦਰ, ਉਹ ਸੀਡੀ ਲਾਤੀ,
दो मिनट और लगने स्टेज साहब उन तक मारो एक धरती ते दो मावा एक मां ने दिल्ली चांदनी चौक पे जमया ओ अक्षय कुमार दूजी मां ने जग्गू चौक जलंधर विच जमया ए तुहाडा अपना बख्शे तुहानू लोकां नू की पता एक डुप्लीकेट दी लाइफ की होंदी है सानू ना दस वीरे तू ता एक दा डुप्लीकेट आ मैं ता तीन तीन दा डुप्लीकेट आ साळियो हर गल वधा वधा के दसी जांदे हो पर पैसे नहीं वधांदे हो बेशर्मो मेरे नाल चलिया करो मैं जदों नचया करां तुसी पैसे इकट्ठे करके अपने कोल रखिया करो गरीब बंदे दी बद्दुआ लगेगी दो वारी ब्याह कराना तू तू दो वारी फसेगा डबल फसेगा तू तू दंद ना कट तू तीन बंदे दा डुप्लीकेट है ना तू मामा तीन वारी फसेगा कुत्तियो ओ साले दी बद्दुआ लग तां नहीं जाऊगी साला आप डुप्लीकेट है दी बद्दुआ भी डुप्लीकेट ही होनी है मनिंदर ਤੁਸੀਂ ਵੀ ਵਿਆਹ ਲਈ ਕੁਝ ਲੈ ਲਓ ਸਾਰਾ ਕੁਝ ਤੇ ਮੈਂ ਹੀ ਲਿਆ ਮੈਂ ਪੰਗਾ ਲਿਆ ਤਾਂ ਹੋਇਆ ਵਿਆਹ ਦਾ ਤੁਸੀਂ ਵਿਆਹ 'ਚ ਪੰਗਾ ਪਾ ਕੇ ਆਓਗੇ ਮੈਂ ਤਾਂ ਕੀ ਪੰਗਾ ਪਾਉਣਾ ਰੱਬ ਨਾ ਪੰਗਾ ਪਾਵੇ ਟੈਟੂ ਆਹ ਬਾਹ ਦੇ ਨਾਲ ਲਿਖਾਈਏ ਪ੍ਰੀਤੇ ਮਨਿੰਦਰ ਪਾਗਲ ਹੋ ਗਈ ਤੂੰ ਬਾਹ ਦੇ ਨਾਲ ਤਾਂ ਉਹ ਲਿਖਵਾਉਂਦੇ ਜਿਹਨੂੰ ਗੁਆਚਣ ਦਾ ਡਰ ਹੋਵੇ ਉਹ ਆਪਾਂ ਇੱਕ ਦੂਜੇ ਦਾ ਨਾਮ ਲਿਖਵਾਂਗੇ ਨਾ ਤੁਸੀਂ ਪ੍ਰੀਤ ਤੇ ਮੈਂ ਮਨਿੰਦਰ ਪਰਮਾਨੈਂਟ ਪਾਗਲ ਹੋ ਗਈ ਪਰਮਾਨੈਂਟ ਜੇ ਕੱਲ ਨੂੰ ਆਪਣਾ ਤਲਾਕ ਹੋ ਗਿਆ ਤੇਰੇ ਦੂਜੇ ਘਰ ਵਾਲੇ ਤੇਰੀ ਮਾਂ ਨਹੀਂ ਫੜਨੀ ਹੈਗੀ ਵਿਆਹ ਤੋਂ ਪਹਿਲੇ ਤੁਸੀਂ ਤਲਾਕ ਦੀਆਂ ਗੱਲਾਂ ਕਰ ਰਹੇ ਹੋ ਮੈਂ ਤੇ ਲਿਖਾਉਂਗੀ ਅੱਛਾ ਜਾ ਕੱਚੇ ਰੰਗ ਨਾਲ ਲਿਖਵਾ ਲਾ ਕੱਚੇ ਰੰਗ ਨੂੰ ਉਹ ਚੁਣਿਆ ਰੰਗ ਦਾ ਪਿਆ ਉਹ ਚੱਲ ਜੇ ਲਿਖਾਉਣਾ ਹੀ ਆ ਤਲਖਾ ਜੋ ਜੀਤਾ ਉਹੀ ਸਿਕੰਦਰ ਸਿਕੰਦਰ ਕਿਉਂ ਜੋ ਜੀਤਾ ਵਹੀ ਮਨਿੰਦਰ ਉਹ ਜੋ ਜੀਤਾ ਉਹ ਮਨਿੰਦਰ ਨਹੀਂ ਹੈਗਾ ਲੋਕੀ ਲਿਖਾਉਂਦੇ ਇੱਕ ਦੂਜੇ ਦਾ ਨਾਮ ਮੈਂ ਵੀ ਲਿਖਾਉਂਗੀ ਦਿਲ ਤੇ ਲਿਖਾਉਂਦੇ ਨੇ ਲੜੇ ਲਿਖਾਉਂਦੇ ਕੀ ਫੀਲਿੰਗਸ ਹੁੰਦੀਆਂ ਨੇ ਗਾਣੇ ਨਹੀਂ ਸੁਣਿਆਗੇ ਦਿਲ ਤੇ ਲਿਖਿਆ ਤਰ੍ਹਾਂ ਨਾ ਕਦੇ ਸੁਣਿਆ ਬਾਹ ਤੇ ਲਿਖਿਆ ਤਰ੍ਹਾਂ ਨਾ ਸੜਾ ਧੌਣ ਕੇ ਪਿੱਛੇ ਲਿਖਿਆ ਤਰ੍ਹਾਂ ਨਾ ਚਿੰਮਾ ਜੀ ਚਿੰਮਾ ਜੀ ਵਾਹ ਪ੍ਰੀਤ ਚਿੰਮਾ ਜੀ ਵਾਹ ਪਹਿਲਾ ਬੰਦਾ ਦੇਖਿਆ ਜਿਹੜਾ ਕੁੜੀ ਨੂੰ ਉਹਦੇ ਗੋਤ ਤੋਂ ਬੁਲਾ ਰਿਹਾ ਚੀਮਾ ਜੀ ਚੀਮਾ ਜੀ ਵੈਸੇ ਪ੍ਰੀਤ ਚੀਮਾ ਜੀ ਹੈ ਕੌਣ ਸਾਡੇ ਕਿਰਾਏਦਾਰ ਕਿਰਾਏਦਾਰ ਚੀਮਾ ਜੀ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਜੀ ਚੀਮਾ ਜੀ ਇੱਥੇ ਕੀ ਕਰ ਰਹੇ ਹੋ ਸ਼ਾਪਿੰਗ ਕਰਨ ਆਈ ਸੀ ਚੀਮਾ ਜੀ ਭਾਬੀ ਜੀ ਕਿੱਥੇ ਹੈ ਕਰ ਤੁਸੀਂ ਨਾ ਬੋਲਿਓ ਬੇਟਾ ਜੀ ਪਲੀਜ਼ ਚੀਮਾ ਜੀ ਭਾਬੀ ਜੀ ਨੂੰ ਪਤਾ ਕਿ ਤੁਸੀਂ ਇੱਥੇ ਹੋ ਹਾਂ ਤੁਸੀਂ ਫੇਰ ਵਿੱਚ ਇਹ ਕਿਉਂ ਨਹੀਂ ਬੋਲ ਰਹੇ ਮੈਂ ਸਿਰਫ ਤੁਹਾਡੇ ਕਰਕੇ ਰਿਸ਼ਤੇ ਨੂੰ ਮੰਨਿਆ ਹੱਦ ਹੈ ਤੁਸੀਂ ਕੌਣ ਹੁੰਦੇ ਹੋ ਮੰਨਣ ਨਾ ਮੰਨਣ ਵਾਲੇ ਕਿਰਾਏਦਾਰ ਹੋ ਕਿਰਾਏਦਾਰ ਹੋ ਐਵੇਂ ਮੇਰੀ ਜ਼ਬਾਨ ਨਾ ਖਲਾ ਕਿਉਂ ਲੱਗੀ ਹੈ ਕਿਸੇ ਦਾ ਘਰ ਪੱਟਣ ਤੇਰੀ ਮਾਂ ਤੇਰੇ ਵਿਆਹ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ ਸਬਰ ਕਰ ਲੈ ਤੇਰਾ ਆਪ ਦਾ ਆਜੂ ਹਾਂ ਹੱਦ ਹੈ ਤੁਹਾਨੂੰ ਕਿਰਾਇਆ ਵਧਾਉਣ ਲਈ ਕੀ ਕਹਿ ਦਿੱਤਾ ਤੁਸੀਂ ਐਦਾਂ ਦੀਆਂ ਹਰਕਤਾਂ ਤੇ ਉਤਰ ਆਏ ਦੱਸ ਨਹੀਂ ਆਵੇਂ ਵੀਰ ਜੀ ਨੂੰ ਛੱਡਣਗੇ ਨਹੀਂ ਤੁਹਾਨੂੰ ਤੁਸੀਂ ਖੜੇ ਹੋਏ ਹੋ ਕੁਝ ਬੋਲਦੇ ਕਿਉਂ ਨਹੀਂ ਮੰਮੀ ਨੇ ਕਿਹਾ ਸੀ ਬਗਾਨਿਆਂ ਦੇ ਮੂੰਹ ਨਹੀਂ ਲੱਗੀਦਾ ਚੱਲ ਆਪਾਂ ਚੱਲੀਏ ਬਗਾਨੇ ਅੱਜ ਆਪਣੇ ਹੋਏ ਬਗਾਨੇ ਜੇ ਤੈਨੂੰ ਤੇਰੇ ਘਰ ਦੇ ਵਿੱਚ ਹੀ ਬਗਾਨਾ ਨਾ ਕੀਤਾ ਤਾਂ ਮੈਨੂੰ ਕਹੀ ਮਨਿੰਦਰੇ ਮਨਿੰਦਰੇ ਕੌਣ ਹੈ ਬੀਬਾ ਜੀ ਡੈਡੀ ਜੀ ਡੈਡੀ ਉਹ ਸਤਿ ਸ਼੍ਰੀ ਅਕਾਲ ਅੰਕਲ ਹਾਂ ਜੀ ਸਤਿ ਸ਼੍ਰੀ ਅਕਾਲ ਗੱਲ ਦੱਸਣ ਵਾਲੀ ਤਾਂ ਨਹੀਂ ਪਰ ਦੱਸਣੀ ਪੈਣੀ ਹੈ ਕੀ ਹੋ ਗਿਆ ਅੰਕਲ ਤੁਹਾਡੇ ਘਰ ਵਾਲੇ ਦਾ ਮੇਰੀ ਦੁਕਾਨ ਮਾਲਕਾਂ ਦੀ ਕੁੜੀ ਨਾਲ ਭੜੀਕਾ ਹੈ ਭੜੀਕਾ ਡੈਡੀ ਕਿੱਦਾਂ ਦੀ ਛੀ ਵਰਡਿੰਗ ਯੂਜ਼ ਕਰ ਰਹੇ ਹੋ ਤੁਸੀਂ ਦੀਦੀ ਤੁਹਾਨੂੰ ਮੈਂ ਦੱਸਦੀ ਹਾਂ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੀਜਾ ਜੀ ਦਾ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਡੈਡੀ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕੀ ਬੋਲ ਰਹੇ ਹੋ ਤੁਸੀਂ ਅੰਕਲ ਕਿਹਨੇ ਦੱਸਿਆ ਤੁਹਾਨੂੰ ਮੈਂ ਆਪ ਹੁਣੀ ਦੋਹਾਂ ਨੂੰ ਇਕੱਠੇ ਦੇਖ ਕੇ ਆਇਆ ਹੁਣੇ ਹਾਂ ਇੱਕ ਮਿੰਟ ਡੈਡੀ ਕੀ ਹੋ ਗਿਆ ਤੁਹਾਨੂੰ ਕੀ ਕਹਿ ਰਹੇ ਹੋ ਤੁਸੀਂ ਉਹ ਮੈਂ ਸੱਚ ਕਹਿ ਰਿਹਾ ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ ਲੈ ਕੀ ਹੋਇਆ ਕੌਣ ਆਇਆ ਆਓ ਜ਼ਰਾ ਆਓ ਆਗੇ ਹੁਣ ਬੋਲੋ ਇੰਨੀ ਛੇਤੀ ਸ਼ਿਕਾਇਤ ਪਹੁੰਚ ਵੀ ਗਈ ਕੀ ਹੋਇਆ ਐਦਾਂ ਕੀ ਹੋਣਾ ਸਾਰੇ ਬੈਠੇ ਗੱਲ ਕਰੋ ਜਿਹੜੀ ਹੈਗੀ ਹੈ ਵਿੱਚੋਂ ਅੰਕਲ ਹੁਣ ਬੋਲਦੇ ਕਿਉਂ ਨਹੀਂ ਹੁਣੇ ਤੁਸੀਂ ਕਹਿ ਰਹੇ ਸੀ ਮੇਰੇ ਹਸਬੈਂਡ ਦਾ ਇੱਥੇ ਉੱਥੇ ਕੋਈ ਚੱਕਰ ਪਤਾ ਨਹੀਂ ਕੀ ਹੁਣ ਬੋਲਦੇ ਕਿਉਂ ਨਹੀਂ ਗੱਲ ਕੀ ਵਿੱਚੋਂ ਮੈਨੂੰ ਲੱਗਦਾ ਡੈਡੀ ਦੇ ਪੈਣਗੇ ਅੱਜ ਹੈ ਬੱਚੇ ਦੇ ਪਿੱਛੇ ਲੱਗ ਕੇ ਬੜੇ ਤੇ ਹੱਥ ਨਹੀਂ ਚੁੱਕੀ ਦੋਂਦਾ ਮੈਂ ਪੁੱਛਿਆ ਗੱਲ ਜਿਹੜੀ ਕਲੀਅਰ ਕਰੋ ਸਾਰੇ ਹੈਰਾਨ ਹੋ ਰਹੇ ਕੀ ਗੱਲ ਹੋਣੀ ਪਤਾ ਨਹੀਂ ਕੀ ਵਿੱਚੋਂ ਸੌਰੀ ਸੌਰੀ ਕਿਉਂ ਹੁਣ ਮੂੰਹ ਤੇ ਬੋਲਣ ਦੇ ਵੀ ਕੁੜੀ ਕੌਣ ਹੈ ਕਹਿੰਦੇ ਆਖੇ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਚੱਕਰ ਹੈ ਡੈਡੀ ਇੱਥੇ ਵੀ ਕਰਾਦੀ ਬੇਇੱਜ਼ਤੀ ਮੈਂ ਸੌਰੀ ਕਹਿ ਤਾਂ ਦਿੱਤਾ ਹੋ ਸਕਦਾ ਮੈਂ ਤੋਂ ਦੇਖਣ ਵਿੱਚ ਮੈਨੂੰ ਭਲੇਖਾ ਲੱਗਿਆ ਹੋਵੇ ਨਹੀਂ ਦੇਖਣ 'ਚ ਭਲੇਖਾ ਲੱਗਣ ਦਾ ਕੀ ਮਤਲਬ ਯਾਰ ਤੁਸੀਂ ਆ ਇਹਨਾਂ ਤੁਸੀਂ ਕੁਇੰਟਲ ਸੋਨਾ ਪਾਇਆ ਗੱਲ ਦੇ ਵਿੱਚ ਇਹਦੇ 'ਚੋਂ ਇੱਕ ਅੱਧਾ ਤੜਾ ਕੇ ਦੇ ਅਣਕ ਲਵਾਓ ਅੱਖਾਂ ਤੇ ਹੈ ਐਦਾਂ ਕੀ
ਮੈਂ ਕਰਾਇਆ ਫਤਾ ਤੂੰ ਓ ਨਹੀਂ ਯਾਰ ਇਦਾਂ ਕੰਨਾਂ ਚ ਨਾ ਸੌਰੀਆਂ ਤੁਸੀਂ ਮੰਗੋ ਮੇਰੇ ਕੋਲੋਂ ਸਾਰਿਆਂ ਸਾਹਮਣੇ ਗੱਲ ਕਰੋ ਜਿਹੜੀ ਕਰਨੀ ਕੰਨ ਚ ਸੌਰੀ ਓ ਜੇ ਤੁਸੀਂ ਦੁਕਾਨ ਤੋਂ ਲੇਟ ਨਾ ਨਾ ਹੋ ਰਹੇ ਹੁੰਦੇ ਤੇ ਇੱਥੇ ਸੱਚੀ ਬਹੁਤ ਕਲੇਸ਼ ਪੈਣੇ ਸੀ ਹਾਂ ਸੱਚ ਮੈਂ ਤਾਂ ਸੱਚੀ ਦੁਕਾਨ ਤੋਂ ਲੇਟ ਹੋ ਰਿਹਾ ਅੱਛਾ ਵੈਰੀ ਗੁੱਡ ਓਕੇ ਮੈਂ ਉਦਾਂ ਹੀ ਗੱਲ ਬਸ ਹਾਂ ਚਲੋ ਦੱਸੋ ਯਾਰ ਹੱਦ ਹੋ ਗਈ ਵੈਸੇ ਲੋਕਾਂ ਵਾਲੀ ਨਹੀਂ ਤੁਹਾਨੂੰ ਕੀ ਹੋ ਗਿਆ ਇੰਨਾ ਪਸੀਨਾ ਵੈਸੇ ਤਾਂ ਸਿਰਫ ਘਬਰਾਹਟ ਚ ਪਸੀਨਾ ਆਂਦਾ ਅੱਜ ਦੇਖੋ ਗੁੱਸੇ ਚ ਵੀ ਅੱਜ ਮੈਨੂੰ ਗੁੱਸੇ ਚ ਹੀ ਘਬਰਾਹਟਾਂ ਹੋ ਰਹੀਆਂ ਅਨੂ ਦਾਜ ਦਾ ਤਾਂ ਮੈਨੂੰ ਲੱਗਦਾ ਸਾਰਾ ਸਮਾਨ ਪੈਕ ਹੋ ਗਿਆ ਹੈ ਨਾ ਹਾਂਜੀ ਮੰਮੀ ਜੀ ਬਸ ਤੁਸੀਂ ਉਹ ਗੋਦਰੇ ਦੇ ਸੇਫ ਵਿੱਚੋਂ ਨਾ ਜੁਐਲਰੀ ਲੈ ਲਓ ਹਾਂ ਸੱਚ ਉਹ ਤਾਂ ਭੁੱਲ ਹੀ ਗਈ ਅਨੂ ਇਹ ਚੂੜੀਆਂ ਕਿੱਥੇ ਨੇ ਮੰਮੀ ਜੀ ਸਾਰਾ ਕੁਝ ਇੱਥੇ ਰੱਖਿਆ ਸੀ ਪਰ ਚੂੜੀਆਂ ਤਾਂ ਵਿੱਚ ਹੈ ਹੀ ਨਹੀਂ ਚੋਰੀ ਤਾਂ ਨਹੀਂ ਹੋ ਗਿਆ ਹਾਏ ਹਾਏ ਗੋਦਰੇਜ ਦੀ ਸੇਫ ਚੋਂ ਕੋਈ ਭੂਤ ਨਹੀਂ ਚੋਰੀ ਕਰ ਸਕਦਾ ਬੰਦਾ ਕਿੱਦਾਂ ਕਰ ਲੋ ਤੁਸੀਂ ਫਿਰ ਮੇਰ ਸਿੰਘ ਅੰਕਲ ਨੂੰ ਫੋਨ ਕਰਕੇ ਪੁੱਛੋ ਚੂੜੀਆਂ ਭੇਜੀਆਂ ਵੀ ਸੀ ਕਿ ਨਹੀਂ ਉਹਨਾਂ ਨੇ ਹਾਂ ਉਸੇ ਨੂੰ ਫੋਨ ਕਰਦੀ ਹਾਂ ਹੈਲੋ ਮੇਰ ਸਿੰਘ ਜੀ ਹਾਂਜੀ ਬੋਲ ਰਹੇ ਹਾਂ ਜੀ ਮੈਂ ਮਿਸੇ ਚੀਮਾ ਬੋਲਦੀ ਹਾਂ ਇਹ ਗਹਿਣਿਆਂ ਚੋਂ ਚੂੜੀਆਂ ਤਾਂ ਮਿਲੀਆਂ ਹੀ ਨਹੀਂ ਭੈਣ ਜੀ ਚੂੜੀਆਂ ਤਾਂ ਤਿਆਰ ਪਈਆਂ ਸ਼ਾਮੀ ਦੁਕਾਨ ਬੰਦ ਕਰਕੇ ਦੇਣ ਆ ਜਾਊਂਗਾ ਸ਼ਾਮ ਦਾ ਕੀ ਫਾਇਦਾ ਵਿਆਹ ਤਾਂ ਸਵੇਰ ਦਾ ਅੱਜ ਹੈ ਵਿਆਹ ਤੇ ਹੋਰ ਕੀ ਭੈਣ ਜੀ ਇੰਨੇ ਮਹਿੰਗੇ ਗਹਿਣੇ ਬਣਵਾਏ ਆ ਚਾਰ ਕਾਰਡ ਹੋਰ ਛਪਵਾ ਲੈਂਦੇ ਇੱਕ ਅੱਧਾ ਮੈਨੂੰ ਤਾਂ ਮਿਲ ਜਾਂਦਾ ਤੁਹਾਨੂੰ ਕਾਰਡ ਮਿਲਿਆ ਹੀ ਨਹੀਂ ਲੈ ਕਿੱਥੇ ਪਰ ਤੁਹਾਡਾ ਕਾਰਡ ਤਾਂ ਅੱਡ ਕੱਢ ਕੇ ਰੱਖਿਆ ਸੀ ਚਲੋ ਇੱਧਰ ਉੱਧਰ ਹੋ ਗਿਆ ਹੋਣਾ ਹੁਣ ਅਸੀਂ ਤਾਂ ਥੋੜੀ ਦੇਰ ਚ ਪੈਲਸ ਪਹੁੰਚਣ ਲੱਗੇ ਆ ਤੁਸੀਂ ਇਦਾਂ ਕਰੋ ਚੂੜੀਆਂ ਲੈ ਕੇ ਸਿੱਧਾ ਪੈਲਸ ਪਹੁੰਚ ਜਾਓ ਜੇ ਮੈਂ ਸ਼ਹਿਰ ਦੇ ਸਾਰੇ ਮੈਰਿਜ ਪੈਲਸਾਂ 'ਚ ਤੁਹਾਨੂੰ ਲੱਭੂਗਾ ਫਿਰ ਤਾਂ ਬਹੁਤ ਟਾਈਮ ਲੱਗ ਜੂ ਤੁਸੀਂ ਮੈਨੂੰ ਪੈਲਸ ਦਾ ਨਾਮ ਪਤਾ ਦੱਸ ਦਿਓ ਮੈਂ ਸਿੱਧਾ ਉੱਥੇ ਹੀ ਵੱਜੂਗਾ ਤੁਸੀਂ ਸੰਧੂ ਪੈਲਸ ਪਹੁੰਚ ਜਾਓ ਸੰਧੂ ਪੈਲਸ ਠੀਕ ਹੈ ਰੈਡੀ ਲਫਾਫੇ ਛਗੇ ਨਾ ਲਿਆ ਬਈ ਓਏ ਮੇਰਾ ਸਗਨ ਨਹੀਂ ਛੱਡਦਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯਾਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਭਾਈ ਸਾਹਿਬ ਥੈਂਕ ਯੂ ਐਲੋ ਚੂੜੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਭਾਜੀ ਸਿਰਾ ਚੱਕੋ ਫੋਟੋ ਖਿੱਚਣੀ ਆ ਜੀ ਅਬ ਤੂੰ ਮੇਰੀ ਸਿਰੇ ਚੱਕ ਵੀ ਫੋਟੋ ਨਹੀਂ ਖਿੱਚੀ ਹੈਗੀ ਐਦਾਂ ਹੀ ਖਿੱਚ ਸਿਰੇ ਛਾ ਭਾਈ ਸਾਹਿਬ ਚੂੜੀਆਂ ਤਾਂ ਬਹੁਤ ਸੋਹਣੀਆਂ ਬਣਾਈਆਂ ਨੇ ਚਲੋ ਹੁਣ ਤੁਸੀਂ ਨਾ ਨਾਸ਼ਤਾ ਕਰ ਲਓ ਚੂੜੀਆਂ ਦੇ ਬਦਲੇ ਕਿੰਨਾ ਕੁ ਨਾਸ਼ਤਾ ਕਰ ਲੂੰ ਮੈਂ ਮਰਨਾ ਥੋੜੀ ਹੈ ਤੁਸੀਂ ਪੇਮੈਂਟ ਹੀ ਕਰ ਦੋ ਓਹੋ ਭਾਈ ਸਾਹਿਬ ਪੇਮੈਂਟ ਤਾਂ ਤੁਹਾਡੀ ਕਰਨੀ ਹੋਈ ਹੈ ਆਏ ਹੋ ਇਦਾਂ ਕਿੱਦਾਂ ਜਾਣ ਦੇਾਂਗੇ ਨਾਸ਼ਤਾ ਕੀਤੇ ਬਿਨਾਂ ਅੱਛਾ ਹੁੰਦਾ ਵੈਸੇ ਨਾਸ਼ਤੇ ਦੀ ਤਾਂ ਭੁੱਖ ਨਹੀਂ ਮੈਨੂੰ ਮੈਂ ਕਰਕੇ ਆਇਆ ਸੀਗਾ ਲੰਚ ਸਮਝ ਕੇ ਖਾ ਲੂੰ ਮੈਂ ਆਓ ਆਓ ਭਾਈ ਸਾਹਿਬ ਬੈਠੋ ਬੈਠੋ ਓਏ ਮੂੰਹ ਕਿਉਂ ਲੁਕੋਈ ਜਾਂਦਾ ਜਦੋਂ ਦਾ ਸ਼ਹਿਰ 'ਚ ਤੁਹਾਡੇ ਕੋਲੇ ਆਇਆ ਵਾਂ ਮੂੰਹ ਦਿਖਾਉਣ ਵਾਲਾ ਕੰਮ ਹੀ ਕਿਹੜਾ ਕੀਤਾ ਨਾ ਪਿੰਡ 'ਚ ਤੂੰ ਬੜੇ ਰਾਸ਼ਟਰਪਤੀ ਅਵਾਰਡ ਵਾਲੇ ਕੰਮ ਕਰਦਾ ਰਿਹਾ ਹੈ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਸਤਿ ਸ਼੍ਰੀ ਅਕਾਲ ਮੇਰੇ ਨਾਲ ਤਾਂ ਮੂੰਹ ਦਿਖਾ ਕੇ ਫੋਟੋ ਖਿਚਾਣੀ ਪੈਣੀ ਹੈ ਆ ਚੱਕੋ ਸੇਰਾ ਪਲੀਜ਼ ਓ ਚੱਕ ਲੈ ਹੁਣ ਮੰਮਾ ਜੀ ਆਪਣਾ ਨੁਕਸਾਨ ਹੋ ਜਾਣਾ ਹੈ ਉਹ ਨੁਕਸਾਨ ਨੂੰ ਆਪਾਂ ਕਿਹੜਾ ਮੰਡੀ 'ਚੋਂ ਗਿੱਲੀ ਕਣਕ ਚੱਕਣੀ ਹੈ ਸਿਰਾ ਹੀ ਚੱਕਣਾ ਓ ਮਾਮਾ ਇੰਨੀਆਂ ਮਿੰਨਤਾਂ ਤਾਂ ਕੁੜੀਆਂ ਰਿਬਨ ਕਟਾਉਣ ਲਈ ਨਹੀਂ ਕਰਾਉਂਦੀਆਂ ਜਿੰਨੀਆਂ ਤੁਸੀਂ ਇਹਦਾ ਚੱਕਣ ਲਈ ਕਰਵਾ ਰਹੇ ਹੈ ਓ ਮਾਮਾ ਜੀ ਜੇ ਮੈਂ ਸਿਰਾ ਚੱਕ ਲਿਆ ਇਹਨਾਂ ਨੇ ਡਾਂਗਾ ਚੱਕ ਲੈਣੀਆਂ ਨੇ ਓ ਭਾਜੀ ਮੈਂ ਚੱਕਾਂ ਕਿ ਤੁਸੀਂ ਚੱਕਦੇ ਹੋ ਲੈ ਖਿੱਚ ਦੇ ਦੀ ਫੋਟੋ ਹਾਂਜੀ ਰੈਡੀ ਬੈਠੋ ਭਾਈ ਸਾਹਿਬ ਮੈਂ ਵੇਟਰ ਭੇਜਦੀ ਹਾਂ ਠੀਕ ਹੈ ਵਨ ਮੋਰ ਭਾਜੀ ਫੇਰ ਤੱਕ ਲਿਆ ਤੂੰ ਫੋਟੋ ਮੈਂ ਖਿੱਚਣੀ ਹੈ ਖਿੱਚਣੀ ਦਫਾ ਹੋ ਜਾ ਤੂੰ ਸਾਨੂੰ ਬੁੱਕ ਕੀਤਾ ਕਿ ਅਸੀਂ ਤੈਨੂੰ ਬੁੱਕ ਕੀਤਾ ਸਤਿ ਸ਼੍ਰੀ ਅਕਾਲ ਜੀ ਮਾਮਾ ਮਿਲਾਈਆਂ ਉਹ ਚਾਹ ਪਾਣੀ ਪਿੱਛੇ ਲੱਗਿਆ ਭਾਈ ਉੱਥੇ ਜਾ ਕੇ ਛੱਕ ਲੈ ਮਾੜਾ ਜਿਹਾ ਲਾੜੇ ਦਾ ਸਿਰ ਛੱਕੋਗੇ ਮਾਮਾ ਇਹਨੂੰ ਪੈ ਜਾ ਓਏ ਮਾਮਾ ਕੁੱਤਾ ਜਿਹੜਾ ਪੈ ਜੇ ਮੈਂ ਬਿਨਾਂ ਗੱਲੋਂ ਕਦੇ ਮੰਜੇ ਨੂੰ ਨਹੀਂ ਪਿਆ ਇਹਨੂੰ ਕਿਵੇਂ ਪੈ ਜਾ ਪਲੀਜ਼ ਇੱਕ ਵਾਰੀ ਚੱਕੋਗੇ ਘੁੰਗਟ ਤੇਰੀ ਮਾਂ ਦਾ ਘੁੰਗਟ ਹੈ ਸਿਹਰਾ ਹੈ ਜੋ ਵੀ ਹੈ ਇੱਕ ਵਾਰੀ ਚੱਕੋਗੇ ਕਿਉਂ ਚੱਕਾ ਮੈਂ ਸ਼ਗਨ ਪਾਣਾ ਨਾ ਸ਼ਗਨ ਤੁਸੀਂ ਇਹਦੇ ਮੂੰਹ ਚ ਪਾਣਾ ਨਹੀਂ ਪਰ ਸ਼ਗਨ ਤਾਂ ਲਾੜੇ ਦਾ ਮੂੰਹ ਦੇਖ ਕੇ ਹੀ ਪਾਣਾ ਹੈ ਨਾ ਇਹ ਡੱਕ ਡੱਕ ਸ਼ਗਨ ਪਾਉਣਾ ਤੁਸੀਂ ਜਿਹੜਾ ਸਿਰਾ ਚਕਾਉਣ ਨੂੰ ਫਿਰਦੇ ਹੋ 21 ਰੁਪਏ ਦਾ ਸ਼ਗਨ ਪਾਣਾ ਹੈ ਯਾਰ ਇਹ 21 ਰੁਪਈਆਂ ਦੇ ਸ਼ਗਨ ਵਾਲਿਆਂ ਨੂੰ ਅੰਦਰ ਬਾੜਦਾ ਕੌਣ ਹੈ ਭਾਜੀ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਨਾ ਬੇਇੱਜ਼ਤੀ ਤਾਂ ਤੁਸੀਂ ਲਾੜੇ ਦੀ ਕਰ ਰਹੇ ਹੋ ਕਿਉਂ ਇੰਨੇ ਘੱਟ ਪੈਸੇ ਤਾਂ ਕੋਈ ਲਾਗੀ ਨੂੰ ਨਹੀਂ ਦਿੰਦਾ
ਤੁਸੀਂ ਲਾੜੇ ਨੂੰ ਦੇਣੇ ਫਿਰਦੇ ਹੋ ਕੱਢੋ 1100 ਰੁਪਏ ਹੁਣੇ ਚੁਕਾਉਣਾ ਮੈਂ ਸਿਰਾ मामे दिया अखां मूहरों पर्दा तां चक हुण तैनूं की दसां मामा की हो रहा यह सारे जब थोड़े ही पाए हुए ने मेरे कहदे जब पाए हुए है सुनो गल मेरी यह गल उदों दी है हेलो हाँ जी डैडी पुत मनिंदर है तेरा जीजा दूजा ब्याह करवा रहा है दूजा ब्याह करवा रहा है कौन दूजा ब्याह करवा रहा है जीजा जी जीजा जी हेलो अंकल थानू किने दसिया मैं आप उसे ब्याह च खड़ा संधू पैलेस दे विच अज आखरी बार मेरा यकीन कर लो मेरे पिछले रिकॉर्ड ते ना जाया नहीं थोड़ा पति रिकॉर्ड तोड़ दो मनिंदर बरादरी कठी कर ले संधू पैलेस चलिए दीदी बरादरी इकट्ठी कर जाना सारा खाना मुक जाना शर्म नहीं आती भैन का घर उजड़ रहा है तेनू खानी पई है ओ दीदी मेरा मतलब है सारे लोग खाना खा के चले जाएंगे तू छड़ अपनी बरादरी ओदी बरादरी अगे झंड कर दे चलो शगन कोई खास नहीं पे बंदे ही नहीं पहुंचे हले गल सुन की है पुराने नु शिकायत है वे लाड़ा मुंह खा के फोटो खिचा रहा है जे मैं मुंह दिखाता ना तां तैं मुंह दिखाउण जोगा नहीं रहना मेरी गल सुन जब तेनू पता सी वी बहावलपुरी दा सदना ओरे खतरनाक हा तू ओनू सद्या क्यों अब ਇਹਦਾ ਸਾਲੇ ਦਾ ਕਾਰਡ ਤੇ ਮੈਂ ਆਪ ਪਾੜ ਕੇ ਗੱਟਰ ਚ ਸੁੱਟਿਆ ਸੀ ਇਹ ਗੱਟਰ ਚੋਂ ਕੱਢ ਲਿਆ ਕਿ ਕਿਸੇ ਹੋਰ ਦੇ ਕਾਰਡ ਤੇ ਐਂਟਰੀ ਮਾਰ ਗਿਆ ਪਤਾ ਨਹੀਂ ਭਰਾਵਾ ਮੈਂ ਤਾਂ ਅਜ ਤੱਕ ਸੁਣਿਆ ਸੀ ਵੀ ਸਾਲੀ ਬਰਾਤ ਕੁੱਟੀ ਗਈ ਕਿਤੇ ਹੁਣ ਸੱਚੀ ਉਹਨਾਂ ਕੁੱਟੀ ਜਾਵੇ ਉਹ ਵੇਟਰ ਪਾਣੀ ਪਿਲਾ ਯਾਰ ਉਹ ਤੂੰ ਕਿਉਂ ਟੈਨਸ਼ਨ ਲੈਣਾ ਹਾਂਜੀ ਬਰਾਤ ਤਾਂ ਕੁੜੀ ਵਾਲੇ ਕੁੱਟਦੇ ਨੇ ਨਾ ਕੁੜੀ ਵਾਲਾ ਆ ਬੈਠਾ ਬਾਹਰੋਂ ਥੋੜੀ ਕਿਸੇ ਨੇ ਆਉਣਾ ਕੁੱਟਣ ਆ ਲਓ ਜੀ ਪਾਣੀ ਆਪਾਂ हेलो हेलो पहले पाजी जगतार दा मुंडा जीता इत्थे शहर च ब्याह करा रहा ओ संगिया आपां तां कुड़ी देनी है शहर च ब्याह कराए भावे पिंड च की फर्क पैंदा ओहो ओदा ब्याह किसे होर कुड़ी नाल हो रहा संधू पैलेस मैं उत्थे ही खड़ा ओए दारू तां पीती तू लै की गल्लां करदे पाजी दारू तां हल्ले तक शुरू नहीं होई तैनू पक्का पता ओ जीता ही है पाजी जीते नूं मैं किवें भुल सकदा जीता तां मैनूं हर लंघदे जित्थे हुंदा भरे गलास लैके जांदा ठंडियां दे वरताउण तक दे रहे जांदे फोन रख तू डैड जी ਡੈਡੀ ਜੀ ਹਾਂ ਬੋਲ ਉਹ ਜਗਤਾਰ ਦਾ ਮੁੰਡਾ ਵਿਆਹ ਕਰ ਰਿਹਾ ਚਲੋ ਮੈਂ ਬਿਨਾਂ ਬੁਲਾਏ ਕਿਸੇ ਦੇ ਵਿਆਹ ਤੇ ਨਹੀਂ ਜਾਂਦਾ ਉਹ ਡੈਡੀ ਜੀ ਉਹ ਆਪਣੀ ਰੂਪ ਨਾਲ ਮੰਗਿਆ ਹੋਇਆ ਪਰ ਵਿਆਹ ਕਿਸੇ ਹੋਰ ਨਾਲ ਕਰ ਰਿਹਾ ਕੀ ਬਕਵਾਸ ਕਰ ਰਿਹਾ ਸਵੇਰੇ ਜਗਤਾਰ ਮੈਨੂੰ ਮਿਲਿਆ ਮੋਟਰ ਤੇ ਬੈਠਾ ਖਰਬੂਜਾ ਖਾ ਰਿਹਾ ਸੀ ਉਹਨੇ ਤੁਹਾਨੂੰ ਨਾਲ ਖਰਬੂਜਾ ਖਾਣ ਲਈ ਪੁੱਛਿਆ ਨਾ ਇੱਥੋਂ ਹੀ ਪਤਾ ਲੱਗਦਾ ਕਿ ਉਹਦੇ ਮਨ 'ਚ ਮਹਿਲ ਸੀ ਓਏ ਕੱਢੋ ਮੇਰੀ ਪਿਸਤੌਲ ਕਿੱਥੇ ਹੈ ਪਰ ਡੈਡੀ ਤੁਹਾਡੀ ਪਿਸਤੌਲ ਤੇ ਖਰਾਬ ਆ ਉੱਥੇ ਸਰਵਿਸ ਸਟੇਸ਼ਨ ਗਈ ਹੈ ਠੀਕ ਹੋਣ ਲਈ ਓ ਮੇਰੀ ਪਿਸਤੌਲ ਖਰਾਬ ਕਿਵੇਂ ਹੋ ਗਈ ਮੈਂ ਤਾਂ ਕਦੇ ਚਲਾਈ ਨਹੀਂ ਤੁਸੀਂ ਵੀ ਤਾਂ ਸਾਨੂੰ ਕਹਿੰਦੇ ਹੋ ਕਿ ਸਾਡਾ ਦਿਮਾਗ ਖਰਾਬ ਹੋਇਆ ਅਸੀਂ ਕਦੇ ਚਲਾਏ ਓਏ ਸਾਲੇ ਪਤਾ ਨਹੀਂ ਕਿਹੜੀ ਗੱਲ ਕਿੱਥੇ ਲਾ ਦਿੰਦੇ ਨੇ ਚਲੋ ਰਹਿਣ ਦੋ ਡੈਡੀ ਰਹਿਣ ਦੋ ਤੁਹਾਡੀ ਅੱਖ ਦਾ ਆਪਰੇਸ਼ਨ ਹੋਇਆ ਹੈ ਜੱਟ ਦੀ ਦੂਜੀ ਅੱਖ ਤਾਂ ਅਜੇ ਤੱਕ ਕਾਇਮ ਹੈ ਵੈਸੇ ਵੀ ਬੇਟਾ ਗੋਲੀ ਚਲਾਉਣ ਲਈ ਇੱਕ ਅੱਖ ਤੇ ਬੰਦ ਕਰਨੀ ਪੈਂਦੀ ਹੈ ਚਲੋ ਚਲ ਬਈ ਅੰਕਲ ਕਿੱਥੇ ਨੇ ਆਜੋ ਮੇਰੇ ਨਾਲ ਡੈਡੀ ਰੱਬ ਕਰੇ ਤੁਹਾਡੀ ਗੱਲ ਸੱਚ ਹੀ ਹੋਵੇ ਜੇ ਅੱਜ ਵੀ ਝੂਠ ਨਿਕਲੀ ਨਾ ਤਾਂ ਇੱਕ ਗੱਲ ਯਾਦ ਰੱਖਿਓ ਕੀ ਤੁਹਾਡੀ ਧੀ ਦਾ ਬੈਗ ਮੈਂ ਨਾਲ ਹੀ ਪੈਕ ਕਰਕੇ ਲਿਆ ਮੇਰੀ ਧੀ ਦਾ ਕਿਉਂ ਆਪਣੀ ਦੀਦੀ ਦਾ ਬੈਗ ਪੈਕ ਕਰਕੇ ਲਿਆਣਾ ਸੀਗਾ ਪੁੱਤਰ ਜੀ ਤੁਹਾਡਾ ਜੀਜਾ ਤਾਂ ਗਿਆ ਹੈ ਤੂੰ ਸਟੇਜ ਤੇ ਬੈਠਾ ਸ਼ਗਨ ਇਕੱਠੇ ਕਰ ਰਿਹਾ ਹੈ ਕਿੱਥੇ ਉਹ ਸਾਹਮਣੇ ਸਟੇਜ ਤੇ ਮੈਂ ਪੁੱਛ ਰਹੀ ਹਾਂ ਇਹ ਕਿੱਥੇ ਨੇ ਉਹੀ ਤਾਂ ਮੈਂ ਦੱਸ ਰਿਹਾ ਇਹ ਉਹ ਬੈਠਾ ਹੈ ਲਾੜਾ ਬਣੀ ਇਹ ਤਾਂ ਜੀਜੇ ਹੈ ਹੋਰ ਤੂੰ ਫੁੱਫੜ ਲੱਭ ਰਿਹਾ ਅੰਕਲ ਅਸੀਂ ਇਹਨਾਂ ਨੂੰ ਲੱਭ ਰਹੇ ਹਾਂ ਹਾਂ ਇਹ ਤਾਂ ਜੀਜੇ ਹੈ ਉਹ ਤੁਸੀਂ ਤਾਂ ਉਹਨਾਂ ਨੇ ਮੈਨੂੰ ਕਮਲਾ ਕਰ ਦੇਣਾ ਇੱਕ ਮੰਨ ਰਿਹਾ ਦੂਜਾ ਮਨਾ ਕਰ ਰਿਹਾ ਓਕੇ ਰੈਡੀ ਅੰਕਲ ਇਹ ਉਹ ਨਹੀਂ ਹੈਗੇ ਇਹ ਜੀਜੇ ਹੈ ਪਹਿਲਾਂ ਤੁਸੀਂ ਦੋਨੇ ਜਾਣੇ ਸਾਈਡ 'ਚ ਜਾ ਕੇ ਇਹ ਸਲਾਹ ਕਰ ਲਓ ਵੀ ਇਹ ਹੈ ਭਾਜੀ ਕੀ ਹੋ ਗਿਆ ਅਬ ਨਹੀਂ ਉਹ ਫੋਟੋ ਖਿੱਚਣ ਲੱਗਿਆ ਤੂੰ ਫਲੈਸ਼ ਮਾਰਨੀ ਮੈਨੂੰ ਡਰ ਬੜਾ ਲੱਗਦਾ ਲੈ ਮੈਂ ਕਿਹੜਾ ਫਲੈਸ਼ ਲਾ ਕੇ ਮਾਰਨੀ ਆ ਨਹੀਂ ਨਹੀਂ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਹੋਇਆ ਵੀ ਜੇ ਮੇਰੇ ਤੇ ਫਲੈਸ਼ ਵੱਜ ਗਈ ਨਾ ਮੇਰਾ ਘਰ ਉਜੜ ਜਾਣਾ ਜਾਣ ਦਿਓ ਓਹ ਤੁਹਾਨੂੰ ਕੀ ਹੋ ਗਿਆ ਚੰਗੇ ਭਲਿਆਂ ਨੂੰ ਓ ਯਾਰ ਮੈਂ ਉਹਨਾਂ ਨੇ ਫੋਟੋਆਂ ਕਰਾ ਤੂੰ ਇਹਨਾਂ ਨੂੰ ਜਾਣ ਦਿਓ ਜੀ ਡੈਡੀ
दीदी दे ब्याह च जीजे दे बूट मैं लकोए सी हुण मैनु नहीं पता इहदे घर वाला कौन है पर हुणी तां तू जीजे जीजे लाई होई सीगी जीजे नु जीजे ही कहूं हुण जीजे होण नाल कोई दीदी दे घर वाला थोड़ी बन गया कमाल है तुहाडी जदों नवे नवे मिले सीगे बड़े संस्कारां दीआं गल्लां करदे सीगे तुसीं तां अंग्रेजां तों वी वध उपर निकले जे तेरी भैण दा घर वाला नहीं है तां बाहर वाला होणा डैडी इह मत भुल्लो कि थोड़ी धी दा बैग पैक कीता होया मैं ओए तेरी भैण दा घर उजड़ रिहा है थोड़ा है अपना घर ना उजाड़ डैडी सच्ची है दीदी दा घर वाला नहीं हैगा हां मैं 20 साल अपनी ती फुल्ला वांग पाली तिना ने तू तिना ची पागल कर दित्ती ओए जगतारिया बाहर निकल ओए की गल है ओए अखा दे नाल नाल तेरा दिमाग भी खराब हो गया भूल गया कि कुड़म नु किदा सद्दा देईदा आ गया ओए तेरा लफंडर मुंडा किथे है मेरे मुंडे नु लफंडर दसदा तेरी जी इथे सिविल सर्जन लगी है ओए जो मर्जी कही जा पर मेरी ती तेरे मुंडे मांगू धोखा देके व्याह नहीं करवाउंदी ओए बकवास ना कर की सबूत है तेरे को ओए सबूत नु हुन 9 महीने बाद तेरा पोटा लेके आईए चल आपे चल के देख ले संधू पैलेस जे गल गलत होई ना मैं गोली मार दूंगा तेनु ओए मुंडे नु की डरावना सीधा मेरे नाल गल कर ओए मैं तेरे नाल ही गल कर रहा जे गल गलत होई ना तो मैं गोली मार दूंगा तेनु जे गल सच्ची होई यही गोली अपने आप नु मार ली चलो ओए डैडी क्यों ना आपां छोड़ी गड्डी ले चलिए क्यों वापस आने लगे तोड़े दो च एक बंदा ता कट ही जाने मैं थप्पड़ मारू सारे दे बकवास करता है चलो तुरो ओए उधर ओके ना साला एक मिनट दीदी जिस दिन आपा जीजे दे घर गए सी इने की दिन इंट्रोड्यूस कराया सी आपा नु याद आया कुछ बस पाजी हो रही है सी ते नाल भैन जी हो रही ए तोड़े भाभी जी सस्रीकाल जी सस्रीकाल जी मैनु ता समझ नहीं आ रहा कि मैं थोड़े हस्बैंड दा किवें थैंक्स करूं हाय ओ रब्बा बाहरी खड़ जा क्यों मेरे कपड़े सोने नहीं पाए असि कोई बरात आया लड़न चले जा रहे कुड़ी चंडा तू चल भाई साहब इत्थे व्याह की हो रहा इन्हे दे घर वाले दा डैडी ए कित्थों आ गए ओहो पर ए मेरा घर वाला है ही नहीं ओहो थोड़ा दीन मन है के नहीं हुने ते मन्ने सी कदों मन्ने सी उस दिन सानू लगा थोड़ी अखां च फर्क है पर आज मैनू लगदा है फर्क थोड़े दिमाग च है मैनू ता ए समझ नहीं आउंदी वी एदी मां ने थोड़े नाल जिंदगी किवें कट ली और तेरी मां कटदी मेहर सिंह मनिंदर पापा ना तमीज ना गल करो इहनां नू बड़ी तमीज है प्लीज हाथ में चुको सामने मूवी बन रही है तुसीं भावे एक दूजे दा सिर पाड़ दियो पर सानू वेला करो ए दसो व्याह किदा हो रहा है यस मैनू नहीं पता इहनां नू पुछ लो जीजे दा हो रहा है ਕਰਨਿਆ ਤੇਰੀ ਗੱਲ ਝੂਠ ਨਿਕਲੀ ਆ ਗੋਲੀ ਖਾਣ ਨੂੰ ਤਿਆਰ ਹੋ ਜਾ ਡੈਡੀ ਜਾਇਦਾਦ ਵੰਡ ਕੇ ਮਰਿਓ ਕੋਠੀ ਮੈਂ ਰੱਖ ਲਾਂ ਪੈੜੀ ਔਲਾਦ ਬਾਪ ਨੂੰ ਮਰਵਾ ਕੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਪਾਜੀ ਸਿਰਾ ਚੱਕੋ ਫੋਟੋ ਖਿੱਚਣੀ ਹੈ ਮੈਂ ਇੱਥੇ ਫੋਟੋ ਖਿਚਾਉਣ ਆਇਆ ਮਾਂ ਉਹ ਕੀ ਗੱਲ ਬੇਟਾ ਜੀ ਖੜੇ ਕਿਉਂ ਹੋ ਗਏ ਆ ਬਾਬਾ ਕਹੇ ਜੇ ਰਿਸ਼ਤੇਦਾਰ ਸੱਦੇ ਨੇ ਸਾਲੇ ਨਾਲ ਚਿਪ ਚਿਪ ਫੋਟੋ ਖਿਚਾਉਂਦੇ ਨੇ ਸੈਂਟ ਕਿਸੇ ਨਹੀਂ ਲਾਇਆ ਬੇਟਾ ਜੀ ਇਦਾਂ ਕਿਸੇ ਨੂੰ ਰੁਕਦੇ ਚੰਗੇ ਨਹੀਂ ਲੱਗਦੇ ਸਾਡੇ ਕਰਕੇ ਨੱਕ ਬੰਦ ਕਰਕੇ ਫੋਟੋਆਂ ਖਿਚਵਾਈ ਜਾਓ ਨਾ ਹਾਂਜੀ ਆਇਆ ਜੀ ਸੇਰਾ ਚੱਕੋ ਭਾਜੀ ਫੋਟੋ ਖਿੱਚਣੀ ਆ ਜੇ ਦੁਬਾਰਾ ਸੇਰਾ ਚੱਕਣ ਨੂੰ ਕਿਹਾ ਮੈਂ ਜੁੱਤੀ ਚੱਕ ਲੈਣੀ ਆ ਉਹ ਮੈਂ ਸੱਚੀ ਕਹਿ ਰਿਹਾ ਇਹਨਾਂ ਦਾ ਹੀ ਮੁੰਡਾ ਵਿਆਹ ਕਰਾ ਰਿਹਾ ਸੁਣ ਲਓ ਉਹ ਮੇਰਾ ਘਰ ਵਾਲਾ ਨਹੀਂ ਹੈ ਨਾ ਇਹ ਕਮਲਾ ਜਿਹੜਾ ਕਹਿ ਰਿਹਾ ਤੇਰਾ ਘਰ ਵਾਲਾ ਦੂਜਾ ਵਿਆਹ ਕਰਾ ਰਿਹਾ ਕਿਉਂ ਜੀ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਦਾਲ ਤਰੀ ਸੀ ਖਿਚੜੀ ਬਣ ਗਈ ਆ ਗਿਆ ਨਾ ਕਾਕਾ ਲੈ ਲੈ ਗੁੱਡ ਲੈ ਲੈ ਨਹੀਂ ਨਹੀਂ ਠੀਕ ਹਾਂ ਓਕੇ ਮਾਮਾ ਮੈਂ ਅੱਛਾ ਗੱਲ ਸੁਣ ਉਹ ਕਾਲੀ ਪਾਗਲਾ ਆ ਜਿਹੜਾ ਪਸਵਾਲ ਭਾਈ ਗਾਲਾ ਫੁਗਲਾ ਜਾ ਤੇਰਾ ਪਿਓ ਨਹੀਂ ਹੈ ਕਿਉਂ ਨਹੀਂ ਹੈ ਓਏ ਲਾਰੇ ਨੂੰ ਸਾਹਮਣੇ ਲਿਆਓ ਸਾਰੀ ਗੱਲ ਕਲੀਅਰ ਹੋ ਜਾਏਗੀ ਕਲੀਅਰ ਤੂੰ ਸੁੰਘ ਕੇ ਕਰੇਗਾ ਦੀਨਾ ਦਾ ਤੈਨੂੰ ਹੈ ਨਹੀਂ ਮਮਾ ਮੈਂ ਤਾਂ ਕਹਿੰਦਾ ਜੇ ਤੂੰ ਵੀ ਮੇਰੇ ਵਾਂਗੂ ਸੇਰਾ ਲਾਲਾ ਨਹੀਂ ਤਾਂ ਮਾਮੀ ਨੂੰ ਲੈ ਕੇ ਇੱਥੋਂ ਡੈਂਟਰ ਹੋ ਜਾ ਅੱਜ ਬਹੁਤ ਪੈੜੀ ਆ ਉਹ ਪਰ ਤੂੰ ਕਿਹਾ ਸੀ ਕਿ ਅੱਜ ਵਿਆਹ ਤੇਰਾ ਪਿਓ ਮੈਂ ਤੂੰ ਸਾਰਾ ਅਜ਼ਰੀ ਪਿਓ ਕਿਉਂ ਸਾਥ ਲਿਆ ਉਹ ਮੈਨੂੰ ਤਾਂ ਆਪ ਨਹੀਂ ਪਤਾ ਬਾਬਾ ਇਹ ਕਿੱਥੋਂ ਆ ਗਏ ਤੂੰ ਕਹਿੰਦਾ ਸੀ ਸੀਕਰਟ ਵਿਆਹ ਕਰਾਉਣਾ ਸੀਕਰਟ ਵਿਆਹ ਕਰਾਉਣਾ ਇਹ ਸਾਰਾ ਸੀਕਰਟ ਵਿਆਹ ਪੂਰੀ ਦੁਨੀਆ ਦੁੜੀ ਫਿਰਦੀ ਹੈ ਹਾਂਜੀ ਟੱਟੂ ਸੀਕਰਟ ਵਿਆਹ ਹੈ ਪਰ ਮੈਂ ਵੀ ਦੇਖਦਾ ਕੌਣ ਮੈਨੂੰ ਤੇਰੇ ਪਿਓ ਦੀ ਕੁਰਸੀ ਤੇ ਉਠਾਉਂਦਾ ਓ ਮਾਮਾ ਆਪਣੇ ਇੰਨੀਆਂ ਪੈਣੀਆਂ ਨੇ ਇਹਨਾਂ ਨੇ ਕਿਸੇ ਕੁਰਸੀ ਤੇ ਬਹਿਣ ਜੋਗਾ ਨਹੀਂ ਛੱਡਣਾ ਓ ਮੈਂ ਕਹਿੰਦਾ ਤੂੰ ਮਾਮੀ ਨੂੰ ਲੈ ਕੇ ਫਟਾਫਟ ਤੇ ਤਰੋ ਬੇਟਰ ਨੂੰ ਕਹਿਣਾ ਮਾ ਇਹਨਾਂ ਨੂੰ 5 ਮਿੰਟ ਸਾਹਮ ਕੇ ਰੱਖਦਾ ਵਾ ਨਿਕਲ ਤੋ ਮਾਮਾ ਛੇਤੀ ਡੀਜੀ ਵਾਲੇ ਪਾਸੇ ਹੋਈਆਂ ਮਾਮੀ ਨਿਕਲ ਸਰ ਗਜਰੇਲਾ ਲੋ ਅਰੇ ਅੱਛਾ ਗਜਰੇਲਾ ਖਾਣ ਨਹੀਂ ਆਏ ਓ ਚਾਟ ਚੱਲੇਗੀ ਓਏ ਪੁੱਛ ਕੇ ਮੇਰਾ ਖਾਣ ਦਾ ਮੂਡ ਨਾ ਬਣਾ ਮੇਰੀ ਕੁੜੀ ਦਾ ਘਰ ਬਰਬਾਦ ਹੋ ਰਿਹਾ ਹੱਡ ਦੇ ਕੋ ਪਰੇ ਜੇ ਜਿੱਤਣਾ ਨਾ ਹੋਇਆ ਚੁੱਪ ਕਰਕੇ ਬਾਹਰ ਆ ਜੀ ਕਿਉਂ ਸਾਹਮਣੇ ਲਿਖਿਆ ਹੋਇਆ ਪਹਿਲੇ ਅੰਦਰ ਗੋਲੀ ਚਲਾਉਣਾ ਮਨਾ ਹੈ ਓ ਡੈਡ ਜੀ ਚਲੋ ਅੱਗੇ ਚਲੀਏ ਜਾਂ ਤੇ ਅੰਕਲ ਤੁਹਾਨੂੰ ਗੋਲੀ ਮਾਰਨ ਜਾਂ ਤੁਸੀਂ ਅੰਕਲ ਨੂੰ ਗੋਲੀ ਮਾਰੋ ਤਾਂ ਕੰਮ ਮੁੱਕੇ ਕਿਉਂ ਜੀ ਲੈਣੀ ਔਲਾਦ ਚੁੱਪ ਕਰ ਇਹੋ ਜੇ ਘਰ ਚ ਮੁੰਡਾ ਵਿਆਹ ਨਾਲ ਤਾਂ ਮੈਂ ਆਪਣੀ ਜਾਨ ਦੇ ਦਾਂ ਓਏ ਚਲੋ ਚਲੋ
ਮਨਿੰਦਰ ਕੌਣ ਨੇ ਇਹ? ਮੈਨੂੰ ਕੀ ਪਤਾ, ਆਹ ਕਿਤੇ ਦੇਖੇ ਦੇਖੇ ਨੀ ਲੱਗਦੇ। ਕੌਣ ਤੁਸੀਂ? ਕੌਣ? ਮੈਂ ਚਰਨ ਸਿੰਘ। ਤੇ ਜੀਤੇ ਦਾ ਵਿਆਹ ਮੇਰੀ ਕੁੜੀ ਨਾਲ ਪੱਕਾ ਹੋਇਆ। ਪੱਕਾ ਹੋਇਆ ਤੇ ਫਿਰ ਇਹ ਕੀ ਤਰੀਕਾ ਹੋਇਆ ਦੱਸਣ ਦਾ? ਹੋਰ ਕਿਵੇਂ ਦੱਸਾਂ, ਮੇਰੀ ਕੁੜੀ ਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਾ ਰਿਹਾ। ਤੁਹਾਡੀ ਕੁੜੀ ਦਾ ਦੋ ਦੋ ਨਾਲ ਰਿਸ਼ਤਾ ਹੋਇਆ, ਨਾਲੇ ਜੀਤਾ ਕਹੀ ਜਾਂਦੇ ਹੋ ਨਾਲੇ ਅਨੂ ਕਹੀ ਜਾਂਦੇ ਹੋ। ਇਹ ਜੀਤਾ ਹੀ ਹੈ ਤਾਂ ਹੋਊਗਾ, ਅਸੀਂ ਕੀ ਲੈਣਾ ਹੈ? ਇਹ ਲਾੜੇ ਦੀ ਗੱਲ ਕਰ ਰਿਹਾ। ਇਹ ਮਨਿੰਦਰ ਹੈ। ਓਏ ਮਨਿੰਦਰ ਤਾਂ ਮੈਂ ਆ। ਪੰਜ ਛੇ ਮਨਿੰਦਰ ਬਾਹਰ ਵੀ ਹੋਣੇ, ਮੈਂ ਕੀ ਲੈਣਾ? ਇਹ ਮਨਿੰਦਰ ਮੇਰਾ ਹੈ। ਇਹ ਤਾਂ ਵਿਆਹਿਆ ਹੋਇਆ, ਤੂੰ ਤਾਂ ਲੁੱਟੀ ਗਈ ਭੈਣੇ। ਲੁੱਟੀ ਤਾਂ ਤੂੰ ਗਈ ਹੈ ਛਤੈਣੇ। ਇਹ ਮੇਰਾ ਘਰ ਵਾਲਾ ਨਹੀਂ ਹੈ। ਇਹ ਤਾਂ ਚੀਚੇ ਆ। ਓਏ ਉਹ ਗਜਨੀ ਚੌਗੰਜਾ 15 ਮਿੰਟਾਂ ਬਾਅਦ ਭੁੱਲ ਜਾਂਦਾ ਸੀ। ਇਹ ਸਾਲੀ ਕਿਹੜੀ ਬਿਮਾਰੀ ਹੈ ਬਈ, ਬੰਦਾ 15 ਸਕਿੰਟਾਂ ਬਾਅਦ ਹੀ ਭੁੱਲ ਜਾਂਦਾ। ਤੂੰ ਮੂੰਹ ਨੂੰ ਕੋਈ ਖੜਾ ਜ਼ਰਾ ਸੱਕ। ਮਨਿੰਦਰ ਤੁਸੀਂ ਵਿਖਾ ਦਿਓ ਨਾ ਮੂੰਹ। ਅਬ ਨਹੀਂ ਨਹੀਂ, ਮੈਂ ਬਹੁਤ ਸੋਹਣਾ ਲੱਗ ਰਿਹਾ, ਮੈਂ ਨਜ਼ਰ ਬੁੱਟੀ ਸਾਲੇ ਨਜ਼ਰ ਲਾਉਣਗੇ। ਆਲੋ ਆ ਵੇਖ ਲਓ। ਨਹੀਂ ਹੈ ਮਨਿੰਦਰ ਹੈ। ਨਹੀਂ ਨਹੀਂ ਨਹੀਂ, ਇਹ ਸੰਦੀਪ ਹੈ, ਪੁੱਛ ਲਓ। ਨਹੀਂ ਹੈ ਮਨਿੰਦਰ ਹੈ। ਮੈਨੂੰ ਲੱਗਦਾ ਗੁੰਗਾ ਹੈ। ਬੋਲਣਾ ਤੂੰ ਕੌਣ ਹੈ? ਮੈਂ ਲਾੜਾ ਹੈ ਜੀ। ਨਾ ਤੂੰ ਲਾਰਾ ਦਿੱਤਾ, ਸਿੱਧਾ ਨਾਂ ਦੱਸ। ਆ ਵੀ ਜੀ ਨੂੰ ਨਾਂ ਦੱਸ, ਉਹਨੂੰ ਕੋ ਦੱਸ। ਮਤਲਬ ਕਿ ਨਾਮ ਦੱਸ ਤੂੰ ਜੀਤਾ। ਓਏ ਮੈਂ ਬਾਂਦਰ ਹੈ ਜਿਹੜਾ ਪੌਂਖ ਰਿਹਾ ਹੈ ਬਈ। ਇਹ ਸੰਦੀਪ ਜੀ ਮੈਂ। ਸੰਦੀਪ ਜੀ ਮੈਂ ਥੋੜੀ ਨੇ, ਸੰਦੀਪ ਜੀ ਮੈਂ ਤੇ ਮੇਰੇ ਹਸਬੰਡ ਨੇ। ਤੇਰੇ ਹਸਬੰਡ? ਸ਼ਾਬਾਸ਼, ਇੰਨੀ ਛੇਤੀ ਹਸਬੰਡ ਵੀ ਬਦਲ ਲਿਆ, ਦੱਸੋ। ਹੈਲੋ, ਇੱਕ ਮੁੱਦਾ ਚੱਲਣ ਦੋ, ਤੁਸੀਂ ਹੋਲਡ ਰੱਖੋ ਜੀ। ਇਹਨਾਂ ਨੂੰ ਦੱਸੋ ਤੁਸੀਂ ਦੋਵੇਂ ਕੌਣ ਹੋ? ਮੈਂ ਬ੍ਰਾਈਡ। ਮੈਂ ਲਾੜਾ। ਬ੍ਰਾਈਡ ਲਾੜਾ ਤਾਂ ਸੁਣਿਆ ਸੀ, ਬ੍ਰਾਈਡ ਲਾੜਾ ਪਹਿਲੀ ਵਾਰ ਸੁਣਿਆ। ਓਏ ਜੀਤੇ ਬੇਟੇ ਦੱਸ ਦੇ ਤੂੰ ਜੀਤਾ, ਅਸੀਂ ਗੋਲੀ ਚਲਾਉਣ ਵਾਲੇ ਬਣੀਏ। ਓਏ ਸੰਦੀਪ ਚੀਮਾ। ਸੰਦੀਪ ਚੀਮਾ ਮੇਰਾ ਘਰ ਵਾਲਾ ਹੈ। ਸੰਦੀਪ ਚੀਮਾ ਮੇਰਾ ਘਰ ਵਾਲਾ ਹੈ। ਸ਼ਟ ਅਪ। ਓਏ ਉਹ ਪਹਿਲਾਂ ਇੱਕ ਨਹੀਂ ਸੀ ਬੰਦੀ, ਹੁਣ ਦੋ ਦੋ ਬਣ ਗਈ ਹੈ। ਇੱਕ ਜਣਾ ਕਲੇਮ ਕਰੋ ਕਿ ਇਹ ਕਿਹਦਾ ਘਰ ਵਾਲਾ ਹੈ। ਇਹ ਮੇਰਾ ਘਰ ਵਾਲਾ ਨਹੀਂ ਹੈ। 5 ਸਕਿੰਟਾਂ ਚ ਬਦਲ ਗਈਆਂ। ਓਏ ਕੋਈ ਮੇਰੇ ਸਿਰ ਚ ਕੜਚੀ ਮਾਰੂ। ਓਏ ਭਾਬੀ ਵੀਰਾ ਕਿੱਥੇ ਬੁਲਾਓ ਉਹਨਾਂ ਨੂੰ? ਉਹਨਾਂ ਨੂੰ ਤੇ ਮੈਂ ਲੱਭਦੀ ਪਈ ਆ। ਸੰਦੀਪ ਵੀਰ ਜੀ ਤਾਂ ਆ ਰਹੇ। ਤੁਸੀਂ ਬਕਸਿਆਂ ਪਿੱਛੇ ਬੜੇ ਹੋਏ ਆ। ਆ ਲਾ ਰਿਹਾ ਸੀਗਾ। ਅੱਛਾ ਅੱਛਾ ਸੀਗਾ ਜੀ। ਸੰਦੀਪ ਜਲਦੀ ਆਓ। ਮਿਲ ਗਏ, ਇਹੀ ਤਾਂ ਨਹੀਂ ਮੇਰੇ ਹਸਬੰਡ, ਮੇਰੇ ਹਸਬੰਡ ਨੇ। ਸ਼ਟ ਅਪ। ਭੈਣ ਜੀ ਮੈਂ ਤੁਹਾਡੇ ਹੱਥ ਜੋੜਦਾ। ਜਨਾਨੀਆਂ ਤਾਂ ਸਾਰਾ ਸਾਲ ਲੜਦੀਆਂ ਨੇ, ਇੱਕ ਵਿਆਹ ਹੀ ਹੁੰਦਾ ਬੰਦਿਆਂ ਨੂੰ ਲੜਨ ਲਈ। ਪਲੀਜ਼ ਸਾਨੂੰ ਲੜ ਲੈਣ ਦਿਓ। ਭਾਜੀ ਇਦਾਂ ਖਰਾਬ ਕਰਕੇ ਆਉਣ, ਪਜਾਮਾ ਗਿੱਲਾ ਹੋ ਗਿਆ ਯਾਰ। ਭਾਜੀ ਇਦਾਂ ਰੁਸੀਕਾ ਨਹੀਂ ਹੁੰਦਾ। ਮੈਂ ਰੁਸਿਆ ਨਹੀਂ ਆ। ਕਮਾਲ ਹੈ ਭਾਈ ਸਾਹਿਬ, ਤੁਹਾਡਾ ਹੀ ਮੁੰਡਾ, ਤੁਹਾਨੂੰ ਹੀ ਨਹੀਂ ਪਤਾ ਇਹ ਹੋ ਕੀ ਰਿਹਾ ਹੈ। ਭੈਣ ਤੇ ਭਰਾਵੋ, ਮੈਨੂੰ ਤਾਂ ਬਾਅਦ ਵੀਡੀਓ ਦੇਖਣਾ ਪੈਣਾ, ਮੇਰੇ ਤਾਂ ਕੋਈ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ। ਤੂੰ ਲਾੜਾ ਬਣ ਕੇ ਸੁਣੋ ਗਿਆ, ਬੋਲਣਾ ਤੂੰ ਮੇਰਾ ਮੁੰਡਾ। ਉਹ ਕੀ ਪਕਾਈ ਮਾਰੀ ਜਾਂਦੇ ਹੋ, ਇਹ ਤਾਂ ਇਹਨਾਂ ਦਾ ਮੁੰਡਾ ਹੈ। ਓਏ ਇਹ ਤਾਂ ਮਾਮਾ ਤੇ ਮੈਂ ਮਾਸੜ ਹੈ। ਓਏ ਉਹ ਜਗ੍ਹਾ ਕੋਡਾ ਕੇ ਦਿਓ, ਮੈਂ ਬੇਹੋਸ਼ ਹੋ ਕੇ ਡਿੱਗਣਾ ਹੈ। ਆ ਦੇਖ ਲੈ ਤੇਰੇ ਪਿਓ ਨੂੰ, ਹੁਣ ਇਹਦੇ ਡਿੱਗਣ ਵਾਸਤੇ ਭਰਾਂਡਾ ਪਾ ਦਈਏ। ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ, ਕੌਣ ਕਿਦਾਂ ਕੀ ਹੈ। ਭੈਣ ਜੀ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਕਿ ਤੁਹਾਡਾ ਹਸਬੰਡ ਹੈ? ਸਾਰਾ ਜੱਫ ਮੁੱਕੇ ਕਿਉਂ ਬੋਲਿਆ ਜਦ ਮੇਰਾ ਹਸਬੰਡ ਇਹ ਹੈ? ਉਹ ਤੇਰਾ ਖਸਮ ਹੈ, ਇਹ ਮੇਰੇ ਹਸਬੰਡ ਨੇ। ਉਹ ਤਾਂ ਨਹੀਂ ਇਹਨਾਂ ਦੇ ਘਰ, ਤਾਂ ਇਹਨੂੰ ਆਪਣਾ ਖਸਮ ਦੱਸਦੀ ਸੀ, ਇਹਨੇ ਛੇਤੀ ਖਸਮ ਬਦਲ ਲੈਂਦੀ ਹੈ। ਮੈਂ ਤੇਰੇ ਵੱਟ ਕੇ ਰੈਂਟਾ ਮਾਰਨਾ, ਇਹ ਮੇਰੇ ਘਰ ਵਾਲਾ ਤੇ ਉਹਦਾ ਭਰਾ ਹੈ। ਡੈਡੀ ਤੁਸੀਂ ਕੁਝ ਕਿਉਂ ਨਹੀਂ ਬੋਲਦੇ? ਮੈਂ ਕੁਝ ਨਹੀਂ ਬੋਲਣਾ, ਜਿਹਦਾ ਜਿਹਦਾ ਜੋ ਜੋ ਹੈ ਛੱਡ ਕੇ ਲੈ ਜਾਓ। ਪ੍ਰੀਤ ਪੁੱਤਰ ਇਹ ਕੀ ਹੋ ਰਿਹਾ ਹੈ? ਮੰਮੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਦੱਸਦਾ, ਇਹ ਮੇਰਾ ਮੁੰਡਾ ਤੇ ਇਹਦਾ ਰਿਸ਼ਤਾ ਇਹਦੇ ਨਾਲ ਹੋਇਆ। ਹਾਏ ਹਾਏ ਕਾਕਾ, ਤੇਰੇ ਦੋ ਪਿਓ ਨੇ? ਹਾਂ ਹਾਂ ਜੀ, ਹੈ ਤਾਂ ਦੋ ਪਰ ਕੰਮ ਦਾ ਇੱਕ ਵੀ ਨਹੀਂ। ਓਏ ਪਤੰਦਰਾ ਸੰਗ ਨਹੀਂ ਆਉਂਦੀ ਦੋ ਕਹਿੰਦੇ ਨੂੰ? ਇੱਥੇ ਸਭ ਤੋਂ ਦੋ ਹੋਏ ਪਏ ਐ। ਓਏ ਪਿਓ ਨੂੰ ਮਾਰ ਗੋਲੀ। ਐ ਦੱਸ, ਮੇਰੀ ਧੀ ਲਈ ਮਨਿੰਦਰ ਦਾ ਰਿਸ਼ਤਾ ਲੈ ਕੇ ਤੂੰ ਹੀ ਆਇਆ ਸੀਗਾ ਨਾ? ਹਾਏ ਤੁਸੀਂ ਆਪਣਾ ਰਿਸ਼ਤਾ ਲੈ ਕੇ ਕਿਤੇ ਹੋਰ ਵੀ ਕੈਸੇ ਮਨਿੰਦਰ? ਮਨਿੰਦਰ ਇਹ ਹੈ? ਨਹੀਂ ਇਹ ਮਨਿੰਦਰ ਹੈ। ਇਹ ਤਾਂ ਜੀਜੇ ਹੈ। ਹੁਣ ਵੀ ਕਿਉਂ ਮੰਨਿਆ? ਓਏ ਤੂੰ ਬੋਲ ਕੇ ਮੇਰਾ ਮੁੰਡਾ ਹੈ। ਇਹ ਇਹਨਾਂ ਦਾ ਮੁੰਡਾ ਹੈ। ਇਹ ਯਾ ਪੁਆੜਾ, ਮੁੰਡਾ ਜਿਹਦਾ ਮਰਜ਼ੀ ਹੈ ਪਰ ਇਹ ਘਰ ਵਾਲਾ ਇਦਾਂ ਹੈ। ਉਹ ਮੇਰਾ ਘਰ ਵਾਲਾ ਨਹੀਂ, ਇਦਾਂ ਘਰ ਵਾਲਾ ਹੈ। ਪਰਚੀਆਂ ਪਾ ਲਓ, ਜਿਹਦਾ ਨਿਕਲ ਆਇਆ ਲੈ ਜਿਓ। ਦੇਖਿਆ ਜਗਤਾਰ, ਮੇਰੀ ਗੱਲ ਸੱਚੀ ਨਿਕਲੀ। ਹੁਣ ਤੂੰ ਆਪਣੇ ਆਪ ਨੂੰ ਆਪ ਗੋਲੀ ਮਾਰੇਗਾ ਜਾਂ ਮੈਂ ਮਾਰਾਂ? ਖਬਰਦਾਰ ਜੇ ਮੇਰੇ ਡੈਡੀ ਨੂੰ ਕੁਝ ਬੋਲਿਆ। ਡੈਡੀ ਆ ਗਈ ਅਕਲ ਟਿਕਾਣੇ, ਨੱਕ ਵੜਾਤਾ ਮੇਰਾ। ਕੀ ਕਰਦਾ ਮੈਂ, ਜਦੋਂ ਦਾ ਜੰਮਿਆ ਤੁਹਾਡੀਆਂ ਲੜਾਈਆਂ ਹੀ ਦੇਖਦਾ ਆ ਰਿਹਾ।
ਛੋਟੇ ਹੁੰਦਿਆਂ ਜਦੋਂ ਮੈਂ ਚਰਨ ਦੇ ਜਵਾਕਾਂ ਨੂੰ ਘੁੱਟ ਕੇ ਘਰੇ ਆਉਂਦਾ ਸੀ, ਆਪਣੀਆਂ ਸੱਟਾਂ ਤੇ ਪੱਟੀ ਕਰਨ ਲੱਗਦਾ ਸੀ ਤਾਂ ਤੁਸੀਂ ਟੁੱਟੀ ਜਿਹੀ ਹਿੰਦੀ 'ਚ ਮੈਨੂੰ ਕਹਿੰਦੇ ਸੀ, ਜੱਟ ਕੋ ਸੱਟ ਨਹੀਂ ਲੱਗਦੀ। ਇੱਕ ਵਾਰੀ ਚੁਬਾਰੇ ਤੁਹਾਡੇ ਪਿਆ ਤੁਹਾਡੀਆਂ ਅੱਖਾਂ ਸਾਹਮਣੇ। ਆਂਢ ਗੁਆਂਢ ਦੇ ਲੋਕਾਂ ਨੇ ਪੁੱਛਿਆ ਕੀ ਹੋ ਗਿਆ, ਸਿਰਫ ਤੁਹਾਡੀ ਇੱਜ਼ਤ ਬਚਾਉਣ ਕਰਕੇ ਮੈਂ ਕਹਿਤਾ, ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਹੁਣੇ ਆਇਆ ਵਾਂ। ਤੇ ਜੇ ਤੁਹਾਡੀਆਂ ਲੜਾਈਆਂ ਖਤਮ ਹੋਈਆਂ ਸਿੱਧੇ ਕੁੜਮੇ ਬਣ ਗਏ, ਕਦੇ ਸਾਨੂੰ ਵੀ ਪੁੱਛਿਆ ਕਿ ਅਸੀਂ ਕੀ ਚਾਹੁੰਦੇ ਹਾਂ? ਮੈਂ ਰੂਪ ਨੂੰ ਪਿਆਰ ਨਹੀਂ ਸੀ ਕਰਦਾ, ਸ਼ਹਿਰ ਆਇਆ ਤੇ ਪ੍ਰੀਤ ਨਾਲ ਪਿਆਰ ਹੋ ਗਿਆ, ਪਰ ਇਹ ਸੱਚ ਦੱਸਣ ਤੋਂ ਮੈਂ ਤੁਹਾਡੇ ਤੋਂ ਡਰਦਾ ਸੀ। ਬਸ ਇਹ ਸੱਚਾਈ ਹੈ। ਸੱਚ ਹਾਲੇ ਹੋਰ ਵੀ ਆ ਪਾਪਾ, ਪਰ ਮੈਂ ਤੁਹਾਨੂੰ ਕਦੀ ਕਹਿ ਨਹੀਂ ਸਕੀ। ਮੈਂ ਜੀਤੇ ਨਾਲ ਨਹੀਂ ਹਰਭਜਨ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ, ਪਰ ਫਰਕ ਸਿਰਫ ਇੰਨਾ ਹੈ ਕਿ ਜੀਤਨ ਸਹੀ ਫੈਸਲਾ ਲੈ ਕੇ ਉੱਥੋਂ ਨਿਕਲ ਗਿਆ ਤੇ ਮੈਂ ਚੁੱਪ ਰਹੀ। ਜੇ ਕੋਈ ਹੋਰ ਸੱਚ ਹੈ ਤਾਂ ਉਹ ਵੀ ਦੱਸ ਲੈ, ਇਹੀ ਥਾਂ ਹੈ ਸਾਰੇ ਸੱਚ ਦੱਸਣ ਵਾਲੀ। ਸੱਚ ਤਾਂ ਸਾਹਮਣੇ ਆ ਹੀ ਗਿਆ। ਭਈਆ ਮੇਰੀ ਗੱਲ ਤੇ ਸੁਣੋ ਤੁਸੀਂ ਕੀ, ਪਹਿਲਾਂ ਤਾਂ ਮੈਂ ਤੁਹਾਡੇ ਪੈਰ ਤੋੜਨੇ ਨੇ ਜਿਹੜੇ ਹਫ਼ਤੇ 'ਚ 3 ਦਿਨ ਨਾ ਤੁਹਾਨੂੰ ਇਹਦੇ ਘਰ ਲੈ ਕੇ ਜਾਂਦੇ ਸੀ। ਯਾਰ ਮੈਂ ਪੈਦਲ ਤੁਰ ਕੇ ਜਾਂਦਾ ਸੀ, ਜਿਹੜੇ ਮੇਰੇ ਪੈਰ ਤੋੜਨੇ ਤੋੜਨੇ ਤਾਂ ਮੇਰੇ ਪੈਰ ਨਹੀਂ ਗੱਡੀ ਦੇ ਟਾਇਰ ਤੋੜ ਜਿਹੜੀ ਮੈਨੂੰ ਇਹਦੇ ਘਰ ਲੈ ਕੇ ਜਾਂਦੀ ਸੀ। ਬਦਤਮੀਜ਼ ਕਾਰ, ਹਾਏ ਤੁਸੀਂ ਤੋੜ ਕੇ ਤਾਂ ਦੇਖੋ ਮੇਰੀ ਦਾਜ ਵਾਲੀ ਕਾਰ ਨੂੰ, ਜਿਹੜਾ ਦੂਜਾ ਵਿਆਹ ਕਰਾ ਕੇ ਮੇਰਾ ਦਿਲ ਤੋੜਿਆ ਉਹ ਘੱਟ ਹੈ। ਮੈਨੂੰ ਸ਼ਰਮ ਆ ਰਹੀ ਹੈ ਤੇਰੀ ਇਸ ਕਰਤੂਤ ਤੇ। ਤੂੰ ਤਾਂ ਆਪਣੀ ਮਾਂ ਦੇ ਦੁੱਧ ਦੀ ਵੀ ਇਲਾਜ ਨਹੀਂ ਰੱਖੀ। ਮਾਂ ਦੇ ਦੁੱਧ ਦੀ ਇਲਾਜ ਰੱਖਦਾ ਹੀ ਤਾਂ ਮੈਂ ਇਸ ਮੁਸੀਬਤ ਦੇ ਵਿੱਚ ਫਸਿਆ। ਦੁੱਧ ਨਾਲੋਂ ਚੰਗਾ ਸੀ ਮੈਨੂੰ ਸਹਿਰੇ ਲੈ ਕੇ ਪਾਲਿਆ ਹੁੰਦਾ, ਆ ਮੁਸੀਬਤ ਤੇ ਨਾ ਪੈਂਦੀ। ਤੂੰ ਵੀ ਯਾਦ ਕਰ ਜਿੱਦਣ ਅਸੀਂ ਚੋਰੀ ਵਿਆਹ ਕਰਾਉਣ ਲੱਗੇ ਸੀ, ਮੈਨੂੰ ਘਰੋਂ ਐਮਰਜੈਂਸੀ ਕਾਲ ਆ ਗਈ ਸੀ। ਮੈਨੂੰ ਜਾਂਦੇ ਨੂੰ ਤੂੰ ਵਾਰਨਿੰਗ ਦਿੱਤੀ ਸੀ ਬਈ ਇੱਕ ਹੱਥ ਜ਼ਹਿਰ ਫੜਿਆ ਤੇ ਇੱਕ ਹੱਥ ਸੰਦੂਰ, ਜਾਂ ਤੇ 2 ਘੰਟੇ ਬਾਅਦ ਆ ਕੇ ਮੇਰੇ ਸਿਰ 'ਚ ਸੰਦੂਰ ਪਾ ਦੇ ਤੇ ਜਾਂ ਫਿਰ ਮੇਰਾ ਭੋਗ ਪਵਾ ਦੇਈਂ। ਉਧਰ ਮੈਂ ਘਰ ਗਿਆ, ਡੈਡੀ ਦਿਲ ਫੜ ਕੇ ਬੈਠੇ ਹੋਏ ਸੀ, ਦਵਾਈਆਂ ਚੁੱਕ ਚੁੱਕ ਕੇ ਮਾਰ ਰਹੇ ਸੀ। ਕਹਿੰਦੇ ਮੈਂ ਇਹਦੇ ਪਿਓ ਨੂੰ ਤੁਹਾਡੇ ਵਿਆਹ ਦਾ ਵਾਅਦਾ ਕੀਤਾ ਹੋਇਆ, ਅਨੂ ਦਾ ਹੱਥ ਫੜ ਲੈ ਪੁੱਤਰ, ਮੈਂ ਦਿਲ ਤੇ ਬੋਝ ਲੈ ਕੇ ਨਹੀਂ ਮਰਨਾ ਚਾਹੁੰਦਾ। ਮੰਮੀ ਜੀ ਉਧਰ ਵੀ ਤੁਸੀਂ ਸਾਈਡ ਤੇ ਲਿਜਾ ਕੇ ਮੈਨੂੰ ਇਹੀ ਕਿਹਾ ਸੀ, ਪੁੱਤਰ ਅਨੂ ਦਾ ਸੁਹਾਗ ਬਣ ਜਾਂਦੀ ਤੇ ਮੇਰਾ ਸੁਹਾਗ ਉੱਜੜ ਜਾਣਾ, ਮੇਰੇ ਦੁੱਧ ਦੀ ਇਲਾਜ ਰੱਖ ਲੈ ਪੁੱਤਰ। ਉਹ ਕਿੰਨਾ ਕੁ ਦੁੱਧ ਪੀ ਲਿਆ ਸੀ ਯਾਰ, ਮੈਂ ਸਾਰਾ ਦੁੱਧ ਮੈਂ ਇਕੱਲੇ ਨੇ ਪੀ ਲਿਆ, ਭੈਣ ਭਰਾ ਭੁੱਖੇ ਮਾਰਦੇ ਸੀ ਮੈਂ ਆਪਣੇ। ਅਨੂ ਪੁੱਤਰ ਕਸੂਰ ਮੇਰਾ ਹੀ ਹੈ, ਅਸੀਂ ਰਿਸ਼ਤਿਆਂ ਦੇ ਇਮੋਸ਼ਨਸ ਨੂੰ ਲੈ ਕੇ ਇਹਨੂੰ ਬਲੈਕਮੇਲ ਕਰਦੇ ਰਹੇ ਹਾਂ। ਤੇ ਹੋਰ ਇੱਧਰ ਮੈਂ ਅਨੂ ਦਾ ਹੱਥ ਫੜਿਆ, ਉਧਰੋਂ ਡੈਡੀ ਛਾਲ ਮਾਰ ਕੇ ਉੱਠ ਪਏ। ਮੰਗਾਓ ਬਈ ਬੰਗਾਲੀ ਤੋਂ ਕਲਾਕੰਦ, ਸ਼ੂਗਰ ਹਾਈ ਹੋਣ ਕਰਕੇ ਹਾਰਟ ਅਟੈਕ ਹੋਇਆ ਸੀ, ਅੱਧਾ ਡੱਬਾ ਕਲਾਕੰਦ ਦਾ ਫੇਰ ਖਾ ਗਏ। ਸਾਰਾ ਕਸੂਰ ਸਾਡਾ ਹੀ ਆ ਬੇਟੇ। ਨਹੀਂ ਕਸੂਰ ਤਾਂ ਮੇਰਾ ਵੀ ਹੈ, ਮੈਂ ਤਾਂ ਮੁਹੱਬਤ ਤੇ ਕੰਡੀਸ਼ਨ ਲਾਤੀ, ਸੁਸਾਈਡ ਦੀ ਧਮਕੀ ਉਹ ਗਲਤ ਗੱਲ ਸੀ, ਆਮ ਸੋਰੀ। ਤੁਸੀਂ ਆਪਣੇ ਪੇਰੈਂਟਸ ਦੇ ਇਮੋਸ਼ਨਸ ਨੂੰ ਵੀ ਹਰਟ ਨਹੀਂ ਹੋਣ ਦਿੱਤਾ ਤੇ ਆਪਣੇ ਪਿਆਰ ਦੀ ਵੀ ਲਾਜ ਰੱਖੀ, ਤੁਸੀਂ ਇਹਨਾਂ ਦੋਨਾਂ ਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਮਾਫ਼ ਕਰ ਦਾਂਗੀ। ਪਰ ਮੈਂ ਸਟਾਰ ਨੂੰ ਕਦੀ ਮਾਫ਼ ਨਹੀਂ ਕਰਾਂਗੀ ਜਿਹੜਾ ਮਨਿੰਦਰ ਬਣ ਕੇ ਮੇਰੇ ਨਾਲ ਵਿਆਹ ਕਰਾ ਰਿਹਾ ਸੀ। ਉਹ ਮਨਿੰਦਰ ਮਨਿੰਦਰ ਲਾਈਆ, ਇੱਕ ਵਾਰੀ ਮਨਿੰਦਰ ਦੇਖਤਾ ਲੈ ਹੈ ਕਹਿ ਜਿਆ, ਜੇ ਨਾ ਸਾਰੀ ਜ਼ਿੰਦਗੀ ਕੁਆਰੀ ਬੈਠੀ ਰਹੀ ਤਾਂ ਕਹੀਂ। ਮੂੰਹ ਸਵਾਲ ਕੇ ਗੱਲ ਕਰ ਓਏ, ਮੈਨੂੰ ਮਿਰਗੀ ਪੈਂਦੀ ਹੈ। ਉਹ ਤੂੰ ਤਾਂ ਚੁੱਪ ਕਰ ਯਾਰ, ਤੇਰੇ ਤੇ ਮੇਹਰ ਸਿੰਘ ਨੇ ਮੇਹਰ ਕਰਤੀ, ਨਹੀਂ ਤੂੰ ਤਾਂ ਛੜਿਆਂ ਦਾ ਬ੍ਰਾਂਡ ਐਂਬੈਸਡਰ ਹੋਣਾ ਸੀ। ਚਲੋ ਛੱਡੋ ਜੀ, ਮੇਰੀ ਧੀ ਦਾ ਜੋ ਵਿਗੜਨਾ ਸੀ ਵਿਗੜ ਗਿਆ, ਹੁਣ ਯਾਦ ਨਾ ਕਰਾਂ। ਨਹੀਂ ਨਹੀਂ ਜੀ, ਤੁਹਾਡੀ ਧੀ ਦੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਮੁੰਡਾ ਮਨਿੰਦਰ। ਆ ਸੰਦੀਪ ਦਾ ਸਾਥ ਦੇਣ ਦੇ ਚੱਕਰ 'ਚ ਮੈਨੂੰ ਵੀ ਪਤਾ ਨਹੀਂ ਕੀ ਕੀ ਬਣਨਾ ਪਿਆ, ਸਾਲੀ ਫੋਨ ਚੱਕਣ ਵੇਲੇ ਵੀ ਇਹੀ ਕਨਫਿਊਜ਼ਨ ਰਹਿੰਦੀ ਸੀ ਕਿ ਮੈਂ ਕੌਣ ਬੋਲਦਾ, ਜੀਤਾ ਮਨਿੰਦਰ ਜਾਂ ਚੀਮਾ। ਮੈਨੂੰ ਝੂਠ ਤੋਂ ਸਖਤ ਨਫ਼ਰਤ ਹੈ। ਨਾ ਮੈਂ ਝੂਠ 'ਚ ਬੀਏ ਕੀਤੀ ਆ, ਤੇਰੇ ਭਰਾ ਦੇ ਦੋਨੋਂ ਘਰ ਬੱਚੇ ਰਹਿਣੇ ਇਸ ਚੱਕਰ ਦੇ ਵਿੱਚ ਤੁਹਾਡੇ ਘਰ ਆਇਆ ਸੀ ਮਨਿੰਦਰ ਬਣ ਕੇ, ਬੈਡ ਇੰਪ੍ਰੈਸ਼ਨ ਪਾਉਣ ਦੇ ਲਈ, ਪਰ ਤੈਨੂੰ ਦੇਖਦੇ ਹੀ ਐਸਾ ਗੁੱਡ ਇੰਪ੍ਰੈਸ਼ਨ ਪਿਆਦਰਾ, ਮੈਂ ਪਲਟੀ ਮਾਰ ਗਿਆ। ਫੈਸਲਾ ਕੀਤਾ ਵੀ ਤੇਰੇ ਭਰਾ ਦੇ ਭਾਵੇਂ ਦੋਨੇ ਘਰ ਉੱਜੜ ਜਾਣ, ਮੇਰਾ ਘਰ ਵਸਣਾ ਚਾਹੀਦਾ।